ਉਹਨੇ ਪਾਣੀ ਨਿਕੇ ਯਾਰ ਮੈਂ ਘੰਟਾ ਹੋ ਗਿਆ ਪਤਾ ਨੀ ਕੀ ਉਹਨੂੰ ਬਾਲਣ ਲਾ ਗਈ ਵੀ ਪਾਣੀ ਗਲਾਸ ਹੀ ਭਰ ਕੇ ਲਿਆਉਣਾ ਉਹ ਪਾਣੀ ਲਿਆਉਣ ਨੂੰ ਕਿਹਾ ਤੈਨੂੰ ਘੰਟਾ ਹੋ ਗਿਆ ਇਹਨੂੰ ਕੋਈ ਉਬਾਲਣ ਲੱਗ ਗਈ ਕਿੱਧਰ ਜਾ ਮਰੀ ਲਿਆਉਣੀ ਆ ਕਿ ਜਾਨ ਨਿਕਲਦੀ ਆ ਪਾਣੀ ਬਿਨਾ ਲਿਆਉਣੀ ਹੈਗੀ ਕਿ ਮੈਂ ਤੜਫ ਜਾਂਦਾ ਕਿ ਜਾਨ ਨਿਕਲਦੀ ਆ ਪਾਣੀ ਬਿਨਾ ਕੰਮ ਨੀ ਕੋਈ ਨਿਬੇੜਨ ਦਿੰਦਾ ਸਾਰਾ ਦਿਨ ਇਸੇ ਦੀ ਗੋਲੇ ਧੰਦੇ ਲਾਈ ਰੱਖਦਾ ਪਾਣੀ ਤੇ ਚੱਕ ਕੇ ਪੀ ਲਾ ਤੈਨੂੰ ਦਿਸਦਾ ਨੀ ਹੈਗਾ ਕੰਮ ਕਰੀ ਜਾਂਦੀ ਹੋਕਰੇ ਦੇ ਹੋਕਰੇ ਮਾਰੀ ਜਾਂਦਾ ਬੈਠਾ ਇੰਨਾ ਟਾਈਮ ਨੂੰ ਉਬਾਲਣਾ ਸੀ ਕੀ ਹੋਇਆ ਕਹਿੰਦਾ ਮੱਚੀ ਜਾਂਦਾ ਲੈ ਫੜ ਪਾਣੀ ਕੀ ਮੱਚੀ ਜਾਂਦਾ ਕੰਮ ਕਰੀ ਜਾਂਦੀ ਸੀ ਕਿ ਮੈਂ ਕਹਾ ਪਹਿਲੀ ਬੈਠੀ ਸੀ ਪਾਣੀ ਦਾ ਗਲਾਸ ਚੱਕ ਕੇ ਪੀ ਸਕਦਾ ਆਦਤ ਹੀ ਪੈ ਰਹੀ ਹੈ ਕਿ ਸਾਰਾ ਦਿਨ ਬੁੜ 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 ਕਰਨ ਦੀ ਪਤਾ ਨੀ ਕਿਉਂ ਬੁੜੀਆਂ ਕਾਹਦੀ ਖਤਰ ਹੁੰਦੀ ਆ ਪਾਣੀ ਬਣਾਉਣ ਵਾਸਤੇ ਹੁੰਦੀ ਆ ਟੈਂਪਰ ਗਲ ਚ ਪਾ ਕੇ ਰੱਖ ਲਿਆ ਕਰ ਲਿਆ ਕਰ ਟੈਂਪਰ ਬੋਲਦੀ ਰਹਿ ਕਰ ਮੈਂ ਤੇਰਾ ਖਾਸ ਨੂੰ ਲੱਗਦਾ ਨਾ ਇਹ ਬੋਲਦੀ ਆ ਮੈਨੂੰ ਵੀ ਦੀਨ ਹੈਗਾ ਨਿਆਣੀ ਨੀ ਹੈਗੀ ਮੈਂ ਹੈਗੀ ਇੰਨੀ ਕੁ ਤਾਂ ਉਮਰ ਮੇਰੀ ਵੀ ਖਾਸ ਮਾਂ ਮੇਰਾ ਪਰ ਖਾਸ ਮਾਂ ਦੇ ਤਰੀਕੇ ਵੀ ਵਰਤ ਲਿਆ ਕਰ ਇਧਰ ਆ ਦੇ ਨਾ ਜਿਹੜਾ ਖਾ ਕੇ ਤੇ ਕੰਮ ਦੱਸਾਂ ਕੀ ਕੰਮ ਹੈਗਾ ਮੇਰਾ ਆਉਂਦਾ ਗਾ ਭਾਣ ਜਾ ਇਹਦੇ ਆਇਆ ਨੀ ਉਹ ਤੇ ਉਹਦੀ ਸੇਵਾ ਪੂਰੀ ਕਰਨੀ ਆਇਆ ਮਾਝਾ ਚ ਕੇ ਹੋਰ ਹੋਊਗਾ ਮਹੀਨਾ ਇੱਕ ਅੱਛਾ ਇੱਥੇ ਆਉਂਦਾ ਹੈ ਹਾਂ ਕਦੇ ਆਇਆ ਨੀ ਹੈਗਾ ਤੇਰਾ ਦੋਤਾ ਲੱਗਦਾ ਕਦੇ ਉਹਨੂੰ ਕੁਛ ਹੋਰ ਕਹੇ ਦੀ ਤੱਕ ਦੇਵੇ ਠੀਕ ਆ ਕੋਈ ਗੱਲ ਨੀ ਆ ਜਾਣ ਤੇ ਫਿਰ ਮੈਂ ਕਿਹੜਾ ਜੇ ਕੋਈ ਰਿਸ਼ਤੇਦਾਰ ਆ ਗਿਆ ਮਨਾ ਕਰ ਦਿੰਦਾ ਵੀ ਨਾ ਆਵੇ ਪੂਰੀ ਸੇਵਾ ਕਰਨੀ ਜੱਜ ਤੇ ਕੋਈ ਗੱਲ ਨੀ ਉਹ ਤਾਕੜੇ ਉਹ ਵੀ ਵਾਲੇ ਨੇ ਫਿਰ ਕਾਦੀ ਇੱਥੇ ਕੋਈ ਜੌਬ ਲੱਗੇਗਾ ਹੈ ਜੌਬ ਨੌਕਰੀ ਲੱਗੀ ਉਹਦੀ ਹਾਂ ਹਾਂ ਅੱਛਾ ਕਿੰਨੀ ਕੁ ਉਮਰ ਦਾ ਹੈ ਛੋਟਾ ਜਿਹਾ ਉਹ 18-19 ਸਾਲ ਦਾ ਉਹ ਅੱਛਾ ਫਿਰ ਤਾਂ ਮੁੱਛ ਮੁੱਟ ਗੱਭਰੂ ਆ ਜਮਾ ਮਗਾਂ ਬੰਦਾ ਤੰਦਾ ਚਲੋ ਵਧੀਆ ਹੈ ਕਰੇ ਹੈ ਤਾਂ ਪਤਾ ਲੱਗ ਜੂ ਅੱਛਾ ਹਾਂ ਜੇ ਘਰ ਕੋਲ ਬੰਦੇ ਫੋਨ ਚਲੇ ਤੇ ਪਿਆ ਹੋ ਸੌਖੇ ਉਹ ਤਾਂ ਇੱਕ ਕਹਿੰਦਾ ਮਾਮਾ ਮੈਂ ਆਉਣਾ ਮੈਂ ਮਾਂ ਕੋਈ ਆ ਜਾ ਚੱਲ ਵਧੀਆ ਚੱਲ ਇੱਥੇ ਨੇੜੇ ਜੋਬ ਲੱਗ ਗਿਆ ਨੇੜੇ ਨੌਕਰੀ ਉਹਦੇ ਡਿਊਟੀ ਹੋ ਗਈ ਤੇ ਚੱਲ ਵਧੀਆ ਕੋਈ ਗੱਲ ਨਹੀਂ ਨੌਕਰੀ ਮਿਲ ਗਈ ਉਹਨੂੰ ਨੇੜੇ ਚੱਲ ਮੈਂ ਲਾ ਲਾ ਵੀ ਨਾ ਚੱਲ ਨਾ ਕੋਈ ਗੱਲ ਨਹੀਂ ਅਰੇ ਤੜਕੇ ਨਾ ਹੱਥੋਂ ਕੇ ਭਾਗ ਜਾ ਫਿਰ ਚੱਲ ਕੋਈ ਨਹੀਂ ਆ ਜਾਣ ਤੇ ਕੋਈ ਨਹੀਂ ਲਿਆ ਚੱਲ ਤੂੰ ਭਾਗ ਜਾ ਇੱਕ ਉੱਤ ਜਾਣਾ ਕਰਦਾ ਕੰਮ ਨਿਬੇੜ ਲਾ ਟਾਈਮ ਨਾ ਮਾੜਾ ਕੰਮ ਜਾਣਾ ਨਾ ਕੋਈ ਨਹੀਂ ਚੱਲ ਮੁੱਚ ਪੁੱਟ ਗੱਭਰੂ ਆ ਸੋਹਣਾ ਵੀ ਆ ਚੜ੍ਹਦੀ ਜਵਾਨੀ ਆ ਜਵਾਨੀ ਤਾਂ ਢਾਲ ਦੂੰਗੀ ਮੈਂ ਆ ਤਾਂ ਜਾਣਦੇ ਕਹਿੰਦਾ ਸੋਹਣਾ ਸੁਨੱਖਾ ਬਥੇਰਾ ਪਿਆਰ ਨਾਲ ਹੀ ਰੱਖੂ ਕੰਮ ਤਾਂ ਗਏ ਨਿਬੜ ਮੈਂ ਵੀ ਥੋੜ੍ਹਾ ਜਿਹਾ ਤਿਆਰ ਹੋ ਜਾ ਸੋਹਣੀ ਜੀ ਬਣ ਜਾ ਆਉਣ ਵਾਲਾ ਗਾ ਫਿਰ ਅੱਡੇ ਤੇ ਵੀ ਲੈਣ ਜਾਊਂਗੀ ਤੇ ਪਿੰਡ ਦੇ ਵੀ ਖੜੇ ਹੋਣਗੇ ਆਪ ਕੀ ਪਤਾ ਕਿੰਨਾ ਕੁ ਸੋਹਣਾ ਹੋਊਗਾ
ਨਹੀਂ ਆਏ ਆਖੂਗਾ ਮੇਰੀ ਮਾਮੀ ਤਾਂ ਰੂੜੀ ਪੁੜੀ ਦੀ ਫਿਰਦੀ ਹੈਗੀ। ਚੱਲ ਫੋਨ ਤਾਂ ਆਉਣ ਵਾਲੀ ਆ, ਨੇੜੇ ਹੋਊਗਾ, ਐਨ ਪਤਾ ਘਰ ਰੱਖਦਾ ਹੋਵੇ ਆ ਪਿਆ। ਚਲੋ ਬਾਹਰ ਗਏ ਤਾਂ ਸਵਾਗਤ ਕਰੂੰਗੀ। ਸੱਚ ਫੋਨ ਵੱਜੀ ਜਾਂਦਾ ਉੱਧਰ ਹੀ ਰੱਖ ਗਿਆ ਹਨਾ। ਲਦੀਂਦਾ ਤਾਂ ਹੈ ਨੀ ਗਾ ਕਿਤੇ, ਮੈਨੂੰ ਮੈਨੂੰ ਲੱਗਦਾ ਮਾਮੀ ਆ। ਉਹੀ ਆ, ਚੱਲ ਆ ਗਿਆ। ਸਤਿ ਸ਼੍ਰੀ ਅਕਾਲ ਮਾਮੀ। ਸਤਿ ਸ਼੍ਰੀ ਅਕਾਲ, ਕੀਪੂ ਤੇਰਾ ਨਾਮ ਹੀ ਆ? ਹਾਂ ਹਾਂ। ਅੱਛਾ, ਆਏ ਮੈਂ ਤਾਂ ਕਦੋਂ ਹੀ ਦੇਖੀ ਮਾਮੀ ਨੇ ਕਰਤਾ ਸੀ ਫੋਨ ਮੈਨੂੰ। ਅੱਛਾ ਅੱਛਾ, ਕਿਹਦੀ ਤੇਰੀ ਮਾਮੀ ਆ ਜੂਗੀ? ਅੱਛਾ, ਆ ਜਾ ਆ ਜਾ ਆਪ, ਮੈਂ ਤਾਂ ਕਦੋਂ ਦੀ ਡਿੱਕੀ ਆਂਦੀ ਸੀ ਤੈਨੂੰ ਖੜੀ। ਅੱਛਾ ਅੱਛਾ, ਤੇ ਕੀਪੂ ਗੱਲ ਦੱਸ, ਵਿਆਹ ਹੈ ਤੂੰ ਅੱਜ? ਨਾ, ਤੁਹਾਨੂੰ ਲੱਗਦਾ ਮੇਰੀ ਮੈਂ ਤਾਂ ਹਲੇ ਜਵਾਕ ਆ, ਕਿੱਥੇ ਵਿਆਹ ਹੂ ਹੋਇਆ ਮੇਰਾ। ਅੱਛਾ, ਫੇਰ ਜੀ ਇੱਕ ਤਾਂ ਹੋਊਗੀ? ਨਾ ਨਾ, ਕਿੱਥੇ ਮਾਮੀ ਯਾਰ, ਜੀ ਇੱਕ ਬਣੀ ਨਹੀਂ ਹਲੇ ਕੋਈ। ਕਿੰਨਾ ਭਾਰ ਚੱਕਿਆ ਇਹਦਾ ਫਿਰ ਕੱਪੜੇ ਆ ਮੇਰੇ। ਅੱਛਾ ਅੱਛਾ, ਚੱਲ ਧਰ ਦੇ ਇਧਰ ਸਾਈਡ ਤੇ, ਕੋਈ ਗੱਲ ਨੀ, ਲੋਟ ਜੇ ਹੋ ਕੇ ਬਹਿ ਜਾ, ਕੋਈ ਗੱਲ ਨੀ, ਪੈਰ ਉੱਪਰ ਕਰਕੇ ਬਹਿ ਜਾ। ਬਸ ਬੈਠੇ ਆ। ਹੋਰ ਫਿਰ ਮਾਮੀ ਠੀਕ ਰਹਿੰਦੀ ਆ? ਹਾਂ ਹਾਂ, ਬਸ ਵਧੀਆ, ਜਿਹੜਾ ਟਾਈਮ ਪਾਸ ਹੋਈ ਜਾਂਦਾ। ਬਾਕੀ ਤੇਰੇ ਮਾਮੇ ਦਾ ਤਾਂ ਤੁਹਾਨੂੰ ਆ ਮੇਰੇ ਨਾਲ ਵੱਧ ਹੀ ਪਤਾ। ਮਾਮਾ ਤਾਂ ਫਿਰ ਥੋੜਾ ਜਿਹਾ ਪਹਿਲਾਂ ਤੋਂ ਹੀ ਨਾ ਅਰਬੀ ਆ, ਤੁਹਾਨੂੰ ਪਤਾ ਹੀ ਆ, ਕਿਉਂਕਿ ਉਹ ਤਾਂ ਨਹੀਂ ਬਾਲਾ ਬੋਲਦਾ ਬਾਲਦਾ ਤਾਂ ਨਹੀਂ ਤੁਹਾਨੂੰ? ਬਸ ਟਾਈਮ ਪਾਸ ਹੋਈ ਜਾਂਦਾ, ਬੋਲਦਾ ਬੋਲੀ ਜਾਂਦਾ ਗਾ। ਬਸ ਮੈਂ ਪਿਆਰ ਤਾਂ ਕਰਦੀ ਹੂੰ, ਰਾਖੀ ਰਹਿੰਦੇ ਹੋਊਗੇ। ਬਸ ਤੈਨੂੰ ਕੀ ਦੱਸਾਂ ਹੁਣ, ਤੂੰ ਐਂ ਕਹੇਗਾ ਮੈਂ ਮਾਮੀ ਕੋਲੇ ਆ ਕੇ ਬਹਿ ਕਾਹਦਾ, ਕਿ ਆਪਦੇ ਦੁੱਖੜੇ ਲੈ ਕੇ ਬਹਿਗੀ, ਕਿਹੜਾ ਮੋਹ ਪਿਆਰ, ਉਹਨੂੰ ਤਾਂ ਕਾਸੇ ਦਾ ਝੱਜ ਹੀ ਨਹੀਂ ਹੈਗਾ। ਉਮਰ ਤਾਂ ਉਹਨੇ ਨਸ਼ਿਆਂ ਚ ਗਵਾਤੀ ਆਪਦੀ, ਹੈਂ, ਜਵਾਨੀ ਤਾਂ ਪਹਿਲਾਂ ਨਸ਼ਿਆਂ ਚ ਗਾਲਤੀ। ਬਸ ਇੱਕ ਦਿਨ ਕੱਟੀਆਂ ਕਰੀ ਜਾਂਦੀ ਹੈਗੀ ਮੈਂ ਤਾਂ। ਚੱਲ ਕੋਈ ਗੱਲ ਨੀ, ਮੇਰੇ ਦੁੱਖ ਸੁਣਨ ਵਾਸਤੇ ਤਾਂ ਤੂੰ ਇੱਥੇ ਹੀ ਹੈਗਾ। ਮੈਂ ਤੈਨੂੰ ਚਾਹ ਬਣਾ ਕੇ ਲਿਆਵਾਂ, ਕਾਫੀ ਪੀਏਗਾ? ਦੱਸ, ਚਾਹ ਹੀ ਲਿਆ? ਚਾਹ ਪੀਏਗਾ? ਚੱਲ ਲਿਆਉਣੀ ਚਾਹ। ਤੇ ਜੋਬ ਇੱਥੇ ਕਿੱਥੇ ਲੱਗੇਗੀ ਤੇਰੀ? ਬਸ ਇੱਥੇ ਨੇੜੇ ਹੀ ਆਪਣੇ। ਅੱਛਾ, ਚੱਲ ਕੋਈ ਗੱਲ ਨੀ, ਤੂੰ ਇੱਥੋਂ ਹੀ ਆਪਦਾ ਵਗ ਜਾ ਕਰੀ, ਇੱਥੇ ਤੇਰੇ ਮਾਮੇ ਕੋਲ ਜਿਹੜਾ ਮੋਟਰਸਾਈਕਲ ਉਸੀ ਲੈ ਜਾ ਕਰੀ, ਠੀਕ ਹੈ? ਨਾ ਮੈਂ ਦੇਖ ਲੂ ਉੱਥੇ ਕਿਰਾਏ ਤੇ ਰੂਮ, ਜੇ ਨੇੜੇ ਹੋਇਆ ਹੋਰ ਵੀ ਨੇੜੇ ਸਰ ਜੂਗਾ ਤਾਂ। ਕਿਉਂ ਲੈ, ਐਂ ਕਿਉਂ ਰੂਮ ਲਏਗਾ ਹੋਰ ਕਿਤੇ? ਇਹ ਤੇਰਾ ਆਪਦਾ ਘਰ ਆ, ਐਂ ਨਾ ਸਮਝ ਵੀ ਤੇਰੇ ਮਾਮਾ ਮਾਮੀ ਆ, ਹੈਂ, ਆਪਦਾ ਸਮਝ ਕੇ ਰਹੇ। ਕੋਈ ਕਿਰਾਏ ਤੇ ਰੂਮ ਨੀ ਲੈਣਾ ਹੈਗਾ ਆਪਣੇ ਕੋਲੇ, ਕੀ ਰੂਮਾਂ ਦਾ ਤੋੜਾ ਵਾ, ਕਿੰਨੇ ਕਮਰੇ ਆ ਗੇ, ਕਿਤੇ ਮਰਜ਼ੀ ਰਹੇ, ਹੈਂ। ਬਸਾਕ ਤੂੰ ਆ ਮੇਰੇ ਵਾਲੇ ਰੂਮ ਚ ਏਸੀ ਵਾਲੇ ਚ ਹੀ ਰਹਿ ਜਾ ਕਰੀ ਸ਼ਾਮ ਨੂੰ, ਠੀਕ ਹੈ ਨਾ? ਨਾ, ਇੱਥੇ ਤਾਂ ਤੁਸੀਂ ਦੋਨੋਂ ਪੈਨੇ ਹੋ। ਨਹੀਂ ਨਹੀਂ, ਕੋਈ ਚੱਕਰ ਨਹੀਂ ਹੈਗਾ, ਤੇਰੇ ਵਾਸਤੇ ਸਭ ਕੁਝ ਹਾਜ਼ਰ ਹੈਗਾ, ਇਹ ਟੈਨਸ਼ਨ ਨਾ ਲਈ ਤੂੰ। ਮਾਮੀ ਤੂੰ ਤਾਂ ਮੈਨੂੰ ਲੱਗਦਾ ਬਾਬਾ ਜੀ ਚੰਗੀ ਲੱਗਦੀ ਹੈ ਮੈਨੂੰ। ਫਿਰ ਕੀ ਹੋ ਗਿਆ, ਜੇ ਤੇਰੇ ਵਾਸਤੇ ਨਹੀਂ ਕਰੂੰ ਹੋਰ ਕਿਹਦੇ ਵਾਸਤੇ ਕਰੂੰਗੀ, ਪਹਿਲੀ ਵਾਰੀ ਤੂੰ ਆਇਆਗਾ, ਹੈਂ।
ਚੱਲ ਕੋਈ ਨੀ, ਮੈਂ ਤੇਰੇ ਵਾਸਤੇ ਚਾਹ ਬਣਾ ਕੇ ਲਿਆਉਂਦੀ ਹਾਂ, ਤੂੰ ਰੈਸਟ ਕਰ, ਠੀਕ ਹੈ? ਕੋਈ ਨਾ ਮਾਮੇ, ਆਹ ਮੈਂ ਤੇਰਾ ਬੈਗ ਉੱਧਰ ਕਰ ਦਿੰਦੀ। ਲੈ ਮਾਮੀ ਤਾਂ ਇੰਨੀ ਸੋਹਣੀ ਅਤੇ ਸਰੀਫ ਆ, ਮਾਮਾ ਜਾਂ ਪਤੀ ਇਹਨੂੰ ਰੱਖਣੀ ਨਹੀਂ ਆਉਂਦੀ, ਉਹਨੂੰ ਲੱਗਦਾ ਅੜਬਾ ਪੀ ਕੇ ਦਾਰੂ ਲੜਦਾ ਹੋਊ ਮਾਮੀ ਨਾਲ। ਮਾਮੀ ਤਾਂ ਇੰਨਾ ਮੂੰਹ ਕਰਦੀ ਹੈ ਯਾਰ। ਮਾਮੀ ਨੇ ਤਾਂ ਪੂਰੀ ਸੇਵਾ ਕਰੀ ਲੈ। ਮੈਂ ਕਹਿ ਕੇ ਗਿਆ ਸੀ, ਮੈਨੂੰ ਕਿਤੇ ਆਇਆ ਨੀ ਹੈਗਾ ਕਿਤੇ। ਮਾਮੀ ਹੈ, ਮਾਮਾ ਦੱਸਾਂ, ਮਾਮੀ ਸੋਹਣੀ ਤੇ ਪੂਰੀ ਚੰਗੀ ਹੈ। ਕੰਮ ਮੈਨੂੰ ਲੱਗਦਾ ਤੂੰ ਚੰਗੀ ਕੀਤੇ ਕੋਈ, ਤਾਂ ਦੂਜੇ ਦੇ ਭਾਜੀ ਤਾਂ ਚੰਗੀ ਆ ਜਿਹੜੀ ਇੰਨੀ ਸੋਹਣੀ ਮਿਲੀ ਆ ਤੈਨੂੰ। ਉਹਦੀ ਨਿਆਣੀ ਜੀ ਦਾ ਉਮਰ ਆ ਉਹਦੀ ਲੈ, ਹੈ ਤਾਂ ਨਿਆਣੀ ਜੀ ਉਮਰ, ਪਰਾਉਣੀ ਦੇ ਖਰਚੇ ਨੀ ਲੁਟਾਉਂਦੇ। ਓਏ ਖਰਚੇ ਤਾਂ ਹੁੰਦੀ ਆ, ਫਿਰ ਤੈਨੂੰ ਮਿਲੀ ਵੀ ਤੇਰੇ ਅੱਧ ਤੋਂ ਮਰਦੀ ਆ, ਇਹ ਵੀ ਦੇਖ ਕਿਹਦੇ ਦਾ ਕੋਈ ਛਾਪਾਂ ਲਿਆ ਦੇ, ਕਿਹਦੇ ਆਖੂ ਮੈਂ ਪੈਰਾਂ ਵਾਲੀਆਂ ਉਹ ਲਿਆਉਣੇ ਸੋਨੇ ਦੀਆਂ, ਕਿਹਦੇ ਆਖੂ ਮੈਂ ਕੰਨਾਂ ਵਾਲੇ ਲਿਆਉਣੇ ਨਾ, ਕਿਹਦੇ ਆਖੂ ਮੈਂ ਸੂਟ ਲਿਆਉਣਾ, ਐ ਨੀ ਪਤਾ ਵੱਡੇ ਉਹਨਾਂ ਚ ਵਗ ਜੇ ਸ਼ੋਰੂਮਾਂ ਚ। ਅੱਛਾ ਬਾਲ ਮੈਨੂੰ ਪਤਾ ਹੈਗਾ, ਤੂੰ ਮੈਨੂੰ ਕੀ ਸਿਖਾਉਣਾ ਕਿਤੇ, ਤੂੰ ਬੈਗ ਹੈ ਨਾ ਤੈਨੂੰ ਉਦੋਂ ਪਤਾ ਲੱਗੂ। ਉਹ ਆਏ ਹੁਣ ਫਿਰ ਖਰਚੇ ਤਾਂ ਹੁੰਦੇ ਹੀ ਆ ਘਰ ਵਾਲੀਆਂ ਦੇ, ਬਾਲੇ ਜ਼ਿਆਦੇ ਕਰਾਉਂਦੀ ਆ ਨਜਾਇਜ਼। ਤੂੰ ਸ਼ੁਕਰ ਮਨਾ ਵੀ ਛੋਟੀ ਉਮਰ ਦੀ ਮਿਲ ਗਈ ਤੇ ਸੋਹਣੀ ਮਿਲ ਗਈ, ਠੀਕ ਆ। ਆਏ ਨੀ ਮੈਂ ਤੈਨੂੰ ਕਹਿੰਦਾ ਊ ਚੱਲ, ਉਹ ਮਾਮਾ ਗੁੱਸਾ ਤਾਂ ਕਰੀ ਨਾ, ਤੇਰੇ ਲੱਛਣ ਜਮਾਂ ਸੜਿਆ ਲਈ ਸੀਗੇ, ਇਹ ਤਾਂ ਤੈਨੂੰ ਮਨ ਲਾਵਾ ਕਰਮੀ ਚੰਗੇ ਸੀ ਜਿਹੜੀ ਪਰਮਾਤਮਾ ਸਭ ਦਾ ਤਾਂ ਮੇਰੇ ਹਾਂ ਤੇ ਮੈਥੋਂ ਮੈਨੂੰ ਲੱਗਦਾ ਥੋੜੇ ਚਿਰ ਹੀ ਵੱਡੀ ਆ। ਹਾਂ ਥੋੜਾ ਆਪਣਾ ਚਿਰ ਵੱਡੀ ਹੋਊਗੀ ਤੇ ਤੇਰੀ ਉਮਰ ਦੇਖ ਤੂੰ ਗੱਲ ਕਰ। ਮੈਂ ਤੈਨੂੰ ਐਂ ਗੱਲ ਦੱਸਦਾ, ਤੂੰ ਪਿਆਰ ਨਾ ਰਿਹਾ ਕਰ, ਰੱਜ ਕੇ ਪਿਆਰ ਕਰਿਆ ਕਰ। ਮੈਂ ਲੜਾਈਆਂ ਚ ਕੀ ਆ, ਫੇਰ ਕੀ ਹੁੰਦਾ, ਖਰਚੇ ਤਾਂ ਹਰੇਕ ਹੀ ਹੁੰਦੇ ਆ। ਮੈਂ ਤਾਂ ਬਥੇਰਾ ਪਿਆਰ ਕਰਦਾ, ਇਹ ਦੂਜੇ ਬੰਦੇ ਬਾਅਦ ਤਾਂ ਬਾਹਲੀ ਚੰਗੀ ਆ ਕਿਤੇ ਭੈਣ ਪਈ ਆ ਜੇ। ਪੈਸੇ ਤੋਂ ਨੀ ਜਵਾ ਦੇਣਾ, ਕਹਿ ਦਿੰਦੇ ਚੱਲ ਲਿਆ ਸਮਾਨ, ਫਿਰ ਕੀ ਹੁੰਦਾ ਖਰਚੇ ਤਾਂ ਹਰੇਕ ਘਰ ਕਰ ਲੈਣੇ ਵੀ ਹੁਣ ਕਦੋਂ ਲੜੇ ਚ ਕੀ ਹੈ ਵੀ ਚੱਲ ਲਿਆ ਹੁੰਦੇ ਗੱਲ ਕਰ ਆਏ ਵਾਲੇ ਖਰਚੇ। ਹੁਣ ਤਾਂ ਚੰਗੀ ਚੱਲਦੀ ਰਹੀ ਸੋਹਣੀ ਵੀ ਸਾਰਾ ਕੁਛ, ਉਹ ਦੂਜੇ ਬੰਦੇ ਨੂੰ ਪੂਰਾ ਚਾਹੁੰਦੀ ਆ ਭੈਣ ਭਾਈ। ਮੇਰਾ ਤਾਂ ਮੈਂ ਆਖਾਂ ਇੰਨਾ ਕੋਈ ਕੋਈ ਨੀ ਕਰਦਾ ਜਿੰਨਾ ਇਹਨੇ ਕੀਤਾ। ਨਾ ਨਾ ਐਂ ਤਾਂ ਭੈਣ ਭਾਈ ਦਾ ਪਾਇਆ ਨਹੀਂ,
ਕਹਿੰਦੀ ਤੇਰਾ ਆਪਦਾ ਘਰ ਆ, ਕਿੰਨਾ ਮਰਜ਼ੀ ਚਿਰ ਰਹਿ ਨਹੀਂ ਲੈ, ਹੁਣ ਇੰਨਾ ਕੌਣ ਕਰਦਾ ਹੁੰਦਾ ਮਾਮਾ? ਹੁਣ ਤਾਂ ਕੋਈ ਕਰਦਾ ਨੀ, ਟਾਈਮ ਹੀ ਆ ਜਾ ਗਿਆ, ਤਾਂ ਅਗਲਾ ਦੇਖ ਲਾ ਭਾਵੇਂ ਮਾਮਾ ਹੀ ਆਪਣਾ ਤਾਂ ਦੇਖ ਲਾ ਮੋਹ ਪਿਆਰ ਕਿੰਨਾ ਗਾ, ਮੈਂ ਤਾਂ ਪਹਿਲੀ ਵਾਰੀ ਆਇਆ, ਦੂਜੇ ਗੁੜਨਾ ਨੀ ਨਾ ਕਰਦੇ ਹੁੰਦੇ, ਅਗਲਾ ਕਹਿ ਦਿੰਦਾ ਉਹਦੀ ਵੀ ਕਿੱਥੋਂ ਬੇ, ਮਾਮੀ ਵੀ ਕਹਿ ਦਿੰਦੀ ਹਲੇ ਕਿੱਥੋਂ ਆ ਗਿਆ ਲਹੂ ਪੀਣਾ, ਹੁਣ ਇਹਦੀ ਸੇਵਾ ਕਰਨੀ ਕੋ, ਤੂੰ ਕਹਿੰਦੀ ਜਿੰਨਾ ਚਿਰ ਰਹਿਣਾ ਇੱਥੇ ਰਹਿ, ਤੇਰਾ ਆਪਦਾ ਘਰ ਆ, ਪੂਰੀ ਸੇਵਾ ਕਰੂੰਗੀ, ਮਾਮੀ ਤਾਂ ਇੰਨੀ ਚੰਗੀ ਆ। ਨਾ ਨਾ ਮੈਂ ਦੱਸਿਆ ਮੈਂ ਮਹੀਨਾ ਇੱਥੇ ਰੱਖਾਂ ਕਿਹਾ ਹੋਇਆ, ਨਹੀਂ ਆ ਮੱਥੇ ਤੇ ਤਿਉੜੀ ਉਹੀ ਪਾ ਲੈਂਦੀ ਆ, ਉਹਦੀ ਡਿਊਟੀ ਆ ਨੇੜੇ, ਤੇ ਮਗਾ ਹੋਆ ਤੇ ਬਸ ਆ ਗੱਲੋਂ ਹੋਆ ਵਾ ਥੋੜਾ ਜਿਹਾ, ਉਹ ਐਂ ਤੂੰ ਖੁਸ਼ ਰਹਿਣਾ ਕਰ ਨਾਲ ਖੁਸ਼, ਐਂ ਤਾਂ ਮੈਂ ਖੁਸ਼ ਰੱਖਦਾ ਹੂੰ ਤਾਂ, ਆਪਣਾ ਵਾਲਾ ਨਹੀਂ ਤੇ ਕੋਈ ਘਾਟ ਨਹੀਂ, ਮੈਂ ਜਾਇਆ ਮੈਂ ਫਿਰ ਮਾੜਾ ਮੋਟਾ ਜਾਇਆ ਤੁਰ ਫਿਰ, ਕੋਈ ਨੀ ਕਰਦੇ ਕੋਈ ਹੱਲ ਖਾਣ ਪੀਣ ਦਾ ਵੀ, ਹੋਰ ਹੋਰ ਲਿਆਉਂਦੇ ਹਾਂ ਕੋਈ ਬੋਤਲ ਚੋਤਲ ਫੜ ਕੇ, ਮਸਾਂ ਤਾਂ ਆਇਆ ਤੂੰ ਪਹਿਲੀ ਵਾਰ, ਚੱਲ ਵਧੀਆ ਸੌ ਗਿਆ ਸੀਗਾ ਰਾਣਾ ਸੱਚ ਕੀ ਪੂ, ਚੰਗਾ ਪਰ ਏਡਾ ਵੱਡਾ ਘਰ ਹੈਗਾ, ਮੈਂ ਕਿਹਾ ਹੋਰ ਪਾਸੇ ਰੂਮ ਦੇਖਣ ਦੀ ਕੀ ਲੋੜ ਆ, ਤੇਰੇ ਘਰ ਆ ਮਾਮਾ ਮਾਮੀ ਦਾ, ਮੈਂ ਕਿਹਾ ਇੱਥੇ ਹੀ ਰਹੀ ਤੂੰ, ਹਾਂ ਕਿਤੇ ਮਰਜ਼ੀ ਬੈਠਾ ਰਵੇ, ਤੇ ਨਾਲ ਮੈਂ ਤਾਂ ਕਾਇ ਕਹਿੰਦੀ ਸੀ ਰੱਖ ਲਾਂਗੇ ਤਾਂ ਨਹੀਂ, ਪਰਿਵਾਰ ਆਪਣਾ ਜੀ ਲੱਗਿਆ ਹੋਰ, ਚੱਲ ਰਾਤ ਵਾਲੀ ਹੋਈ ਪਈ ਹੈਗੀ, ਐ ਕਰ ਮੈਨੂੰ ਤਾਂ ਨੀਂਦ ਜੀ ਆਈ ਜਾਂਦੀ ਹੈਗੀ, ਮੇਰਾ ਤਾਂ ਗੱਲ ਨਪਲਿਆ, ਮੈਂ ਤਾਂ ਪਿਆ ਸੀਗਾ, ਨਾ ਯਾਰ ਇੱਥੇ ਕੀ ਆ, ਇੱਥੇ ਤਾਂ ਕੋਈ ਭੂਤ ਪ੍ਰੇਤ ਹੈਗਾ ਮੈਨੂੰ ਨੀ ਪਤਾ, ਇੱਥੇ ਕੀ ਹੈਗਾ ਅਸੀਂ ਰੋਜ਼ ਤਾਂ ਪੈਂਦੇ ਹਾਂਗੇ, ਉਧਰਲੇ ਬੈਡਰੂਮ ਚ ਪਿਆ ਸੀਗਾ, ਮੇਰਾ ਤਾਂ ਗੱਲ ਨਪਲਿਆ, ਕਮਾਲ ਹੋ ਗਈ, ਖੌਖਾ ਆ, ਪਾਣੀ ਲਿਆ ਕੇ ਦਵਾਂ, ਪਾਣੀ ਦੇ ਤਾਂ ਮੈਂ ਨਹੀਂ ਉਧਰ ਪੈਣਾ, ਚੱਲ ਇੱਥੇ ਪਊਂਗਾ, ਚੱਲ ਕੋਈ ਗੱਲ ਨੀ ਤੂਰੇ ਪੈ ਜਾ ਫਿਰ, ਜਵਾਕ ਵਾਲੀ ਗੱਲ ਨੀ ਕਰਦੇ ਹੁੰਦੇ, ਉਹ ਤੇ ਕੁਛ ਨੀ ਹੈਗਾ ਤੈਨੂੰ ਹੀ ਸ਼ੱਕ ਪਿਆ, ਮੈਂ ਤੜਕੇ ਨੂੰ ਮਰ ਜੂੰਗਾ, ਮੇਰੀ ਗੱਲ ਸੁਣੋ, ਮੈਂ ਤਾਂ ਰੋਜ਼ ਉਹੀ ਪਿਆ ਰਹਿਣਾ, ਮੈਨੂੰ ਤਾਂ ਕਿਤੇ ਕੁਛ ਨੀ ਟੁੱਟਿਆ, ਗੱਲ ਤਾਂ ਸੁਣ ਲਓ, ਕੋਈ ਗੱਲ ਨੀ ਜਵਾਕ ਆ ਪੈ ਜਾਣ ਤੇ ਡਰਿਆ ਉਧਰ, ਡਰ ਲੱਗਦਾ ਕੱਲੇ ਨੂੰ ਮੈਨੂੰ, ਨਿਆਣਾ ਗਾ ਕੋਈ ਨਾ, ਉਹ ਨਿਆਣਾ ਦਾ ਹੁਣ ਇਹ ਨਿਆਣਾ ਗਾ, ਤੇ ਹੋਰ ਹੁਣ ਮੂੰਹ ਦੇਖਦਾ ਕਿਵੇਂ ਹੋਰ ਡਰੀ ਤੇ ਜਾਂਦਾ ਜਵਾਕ, ਮੈਂ ਤਾਂ 20 ਸਾਲਾਂ ਦਾ ਘੱਟੋ ਘੱਟ, ਹੁਣ ਕੋਈ 5-10 ਸਾਲਾਂ ਦਾ ਹੀ ਨੀ, ਫੇਰ ਕੀ ਹੋ ਗਿਆ ਮਾਮਾ ਜੀ ਇੱਥੇ ਪੈ ਜੂੰਗਾ, ਕੋਈ ਗੱਲ ਨਹੀਂ ਉਹ ਕੁਛ ਨੀ ਮਗਾ ਉੱਥੇ ਹੈਗਾ, ਨਾ ਮੈਂ ਪੈ ਜਾਣਾ ਤੇਰੇ ਕੋਲ ਇੱਥੇ, ਚਲ ਲੈ ਮੈਂ ਨਹੀਂ ਉਧਰ ਦੇ ਕਮਰੇ ਕਮਰੇ ਚ, ਤੁਸੀਂ ਕਾ ਤੋਂ ਉਧਰ ਪੈ ਜਾਓਗੇ, ਆਪਾਂ ਤਿੰਨੇ ਪੈ ਜਾਂਗੇ ਏਡੇ ਵੱਡੇ ਬੈੱਡ ਆਗੇ, ਨਾਲ ਪੈ ਜੂਗਾ ਆਪਾਂ ਇੱਥੇ, ਫੇਰ ਕੀ ਹੁੰਦਾਗਾ, ਕੋਈ ਐ ਤਾਂ ਪੈਣ ਦਾ ਹੀ ਤਾਂ ਕੋਈ ਗੱਲ ਨਹੀਂ ਵੀ, ਫਿਰ ਐ ਰੋਜ਼ ਤਾਂ ਨੀ ਡਰਿਆ ਕਰੂਗਾ ਉੱਥੇ, ਚਲ ਕੋਈ ਗੱਲ ਨਹੀਂ, ਫਿਰ ਅੱਜ ਦਾ ਦਿਨ ਤਾਂ ਪੈ ਜਾਣਦੇ ਜਵਾਕ ਡਰਿਆ ਹੋਇਆਗਾ, ਕਿਹਦੀ ਗੱਲ, ਚੱਲ ਕੋਈ ਗੱਲ ਨਹੀਂ ਪੈ ਜਾਣਦੇ,
ਉੱਥੇ ਕੀ ਹੈਗਾ? ਕੁਛ ਨੀ ਹੈਗਾ ਗਾ ਉੱਥੇ, ਚਾਰ ਤੇਰੇ ਮੈਂ ਛੱਡ ਕੇ ਤੁਸੀਂ ਫਿਰ ਮੰਨਦੇ ਨੀ ਹੈਗੇ ਮੇਰੀ ਗੱਲ, ਇੱਕ ਗੱਲ ਤਾਂ ਮੰਨ ਲਿਆ ਕਰੋ। ਉੱਥੇ ਹੈ ਹੀ ਨੀ, ਉੱਥੇ ਨੂੰ ਭੁਲੇਖਾ ਪੈ ਗਿਆ, ਚੱਲ ਤੈਨੂੰ ਉੱਥੇ ਪਾ ਕੇ ਆਵਾਂਗੇ। ਇਹ ਨੀ ਮਗਾ ਮੰਨ ਲਿਆ ਕਰੋ, ਕੁਛ ਨੀ ਉੱਥੇ ਉਹ ਹੈ ਹੀ ਨੀ, ਮੈਂ ਕੁਛ ਨੀ, ਰੋਜ਼ ਮੈਂ ਉੱਥੇ ਆਉ ਕਰਦਾ। ਫਿਰ ਮੰਨਦੇ ਨੀ ਹੈਗੇ, ਕਿਉਂ ਜਵਾਬ ਨੂੰ ਤੰਗ ਕਰੀ ਜਾਂਦੇ, ਬਹਿ ਜਾ ਇੱਥੇ ਪੈ ਜਾਂਦੇ, ਇੰਨੀ ਤਾਂ ਗੱਲ ਮੰਨ ਲਿਆ ਕਰੋ। ਉੱਥੇ ਹੈ ਹੀ ਨੀ ਕੁਛ, ਮੈਂ ਕਹਿੰਦਾ ਸੀ ਇੱਕ ਰਾਤ ਦੀ ਗੱਲ ਹੈਗੀ, ਪੈ ਜਾ ਕੋਈ ਨੀ, ਕੋਈ ਗੱਲ ਨੀ, ਇੱਕ ਰਾਤ ਦੀ ਤਾਂ ਗੱਲ ਹੈਗੀ, ਪੈ ਜਾਓ। ਉਹ 8 ਘੰਟਿਆਂ ਦੀ ਰਾਤ ਬਹੁਤ ਵੱਡੀ ਹੁੰਦੀ ਆ, ਸਰਦਾ ਨੀ ਕਦੋਂ ਤੈਨੂੰ ਕਹੀ ਹੈ ਨਾ। ਕੋਈ ਗੱਲ ਨੀ, ਮਾੜੀ ਮੋਟੀ ਸ਼ਰਮ ਪੈ ਜਾ, ਚੁੱਪ ਕਰਕੇ, ਇੱਕ ਰਾਤ ਵੀ ਨੀ ਤੂੰ ਕੱਟੀ ਦੀ, ਛੱਡ ਸਰਾਣਾ, ਆ ਹੈਗਾ ਵਿਚਾਲੇ ਸਰਾਣ। ਮਾਮਾ ਮੈਂ ਤਾਂ ਵਿਚਾਲੇ ਪਊਂਗਾ, ਕਿਆ ਇੱਧਰ ਮਾਮੇ ਦਾ ਤਾਂ ਸੁਭਾਈ ਏਦਾਂ ਦਾ, ਤੈਨੂੰ ਪਤਾ ਤਾਂ ਹੈਗਾ ਮਾਮਾ ਦਾ ਵਿਆਹ ਮੰਗੂ ਪੈਂਦਾ ਮੈਨੂੰ। ਕੋਈ ਗੱਲ ਨੀ, ਬਸ ਸੌਂ ਜਾ, ਚੁੱਪ ਕਰ। ਸਾਫ ਕਰਕੇ ਆਉਣਾ ਯਾਰ। ਮਾਮਾ ਮਾਮਾ ਘਰ ਜੀ ਨੀਂਦ ਚ ਸੁੱਤਾ ਗਾ ਯਾਰ, ਮੈਂ ਹੁਣ ਕੱਲਾ ਗਿਆ। ਮੰਮੀ ਮਾਮੀ ਕੀ ਹੋ ਗਿਆ? ਮੈਂ ਸਾਫ ਕਰਕੇ ਆਉਣਾ ਗਾ। ਫਿਰ ਕੀ ਹੋ ਗਿਆ? ਕਿੱਥੇ ਭੱਗ ਜਾ ਬਾਹਰ ਖੋਲ ਕੇ। ਮੈਂ ਇਹ ਨੀ ਕੱਲਾ ਜਾਂਦਾ, ਉੱਪਰਾ ਘਰ ਆ। ਓਹੋ ਮੈਨੂੰ ਤਾਂ ਲੱਗਦਾ ਜਮੀ ਹੱਦ ਕਰੀ ਜਾਂਦਾ, ਤੇਰਾ ਮਾਮਾ ਸਹੀ ਕਹਿੰਦਾ ਗਾ, ਇੰਨਾ ਵੀ ਤੂੰ ਨਿਆਣਾ ਨੀ ਹੈਗਾ। ਮਾਮੀ ਜੇ ਤੇਰਾ ਗੱਲ ਫੜਿਆ ਹੁੰਦਾ ਤੈਨੂੰ ਫੇਰ ਪਤਾ ਲੱਗਦਾ। ਚੰਗਾ ਚੱਲ ਕੋਈ ਗੱਲ ਨੀ, ਉਪਰੇ ਥਾਂ ਆ ਨਾ, ਤੂੰ ਪਹਿਲੀ ਵਾਰੀ ਤੈਨੂੰ ਡਰ ਲੱਗਦਾ, ਤੂੰ ਆ ਜਾ ਚੱਲ। ਮੇਰਾ ਤਾਂ ਸੀਰ ਤੇ ਨਿਕਲ ਆਇਆ ਤੂੰ ਗੱਲ, ਮੈਨੂੰ ਪਤਾ ਸਾਹ ਮਸਾ ਆਇਆ ਭੱਜ ਕੇ, ਮੈਂ ਆਇਆ ਮਸਾਂ। ਚੱਲ ਕੋਈ ਨੀ, ਆ ਜਾ ਮੈਂ ਨਾਲ ਚੱਲਦੇ, ਲੈਟਾਂ ਲਾ ਦਿੰਦੇ ਬਾਰੇ। ਇੱਥੇ ਕੋਈ ਨੀ ਜੀ ਨਾ ਹੋਏ, ਮੈਂ ਕਿੱਧਰ ਲੈ ਕੇ ਭੱਜ ਗਿਆ, ਮੈਂ ਤਾਂ ਲੱਗਦਾ ਹੁਣ ਲੈ ਕੇ ਭੱਜ ਗਿਆ ਹੋਵੇ, ਕਿਹੜਾ ਭਾਣ ਜਾ, ਮੈਂ ਤਾਂ ਲੱਗਦਾ ਹੋਰ ਸਿਆਪਾ ਕਰਤਾ, ਹੁਣ ਦੇਖ ਕੇ ਆਉਣਾ ਪਊਗਾ ਕਿੱਧਰ ਲੈ ਕੇ ਉੱਠ ਗਿਆ। ਬੜਾ ਮਾਰੇ, ਮੈਂ ਤਾਂ ਲੱਗਦਾ ਭਾਣ ਜਾ ਮੂੰਹ ਆਏ ਸੀ, ਗੱਲੋਂ ਆਇਆ ਸੀ। ਚੱਲ ਬਾਹਰ ਡਾਵਾਂ ਮੈਂ, ਤੂੰ ਉੱਠਿਆ ਨੀ, ਹਰ ਚੱਲ ਮੈਂ ਵੱਗ ਚੱਲਦੀ ਹਾਂ।
ਘੰਟੇ ਤਾਂ ਦੇਖਿਆ ਮੈਂ ਤਾਂ ਮਾਂ ਕਿੱਧਰ ਉੱਡ ਗਏ ਘੰਟਾ ਕਿੱਥੋਂ ਹੋ ਗਿਆ 5 ਮਿੰਟ ਤਾਂ ਹੋਏ ਹੈਗੇ ਚਲੋ ਬਾਬਾ ਯਾਰ ਕਹੇ ਅੱਧੀ ਰਾਤ ਮੈਂ ਮਾਂ ਮਾਮੀ ਨੂੰ ਕਿੱਧਰ ਲੈ ਜਾਊਂਗਾ ਹੋਰ ਹੀ ਕੋਈ ਸੋਚੀ ਆ ਨਾ ਦੁੱਧਾਂ ਇਹਨੂੰ ਕੀ ਪਤਾ ਸੀਗਾ ਮੈਂ ਤਾਂ ਹੀ ਸੋਚ ਲਿਆ ਸੀ ਰਾਤ ਨੂੰ ਭੱਜਣ ਲੱਗ ਰਹੇ ਆ ਚੰਗਾ ਚਲੋ ਕਹਿ ਜਾ ਮਾਂ ਬਸ ਕੀ ਗੱਲ ਹੀ ਨਾ ਛੇੜੇ ਦੀ ਤਾਂ ਜਾ ਮਾਮਾ ਜਵਾਕ ਜੀ ਨੂੰ ਪੁੱਛ ਕੇ ਯਾਰ ਕਿੱਧਰ ਗਿਆ ਜਵਾਕ ਜੀ ਅੱਜ ਕੱਲ੍ਹ ਟਾਈਮ ਮਾੜਾ ਹੀ ਆ ਜਵਾਕ ਜੀ ਮੈਨੂੰ ਖਰਾਬ ਹੀ ਨਹੀਂ ਰੱਤ ਲੱਗਦਾ ਇਹਦਾ ਇਹਨੂੰ ਪਹਿਲਾਂ ਭੇਜ ਕੇ ਆਪਾਂ ਫਿਰ ਹੀ ਜਾਵਾਂਗੇ ਇਹਨੂੰ ਪੁੱਛਦੇ ਹਾਂ ਵੀ ਡਿਊਟੀ ਡਿਊਟੀ ਪਾ ਗਿਆ ਕਿੱਧਰ ਪਾ ਗਿਆ ਪਤਾ ਕਿੱਥੇ ਆਉਣਾ ਅੱਜ ਕੱਲ੍ਹ ਦੁਨੀਆਦਾਰੀ ਇਹੀ ਜਿਹੀ ਹੋ ਰਹੀ ਆ ਕੌਣ ਮਾਮੀ ਮੂਮੀ ਨੂੰ ਦੇਖਦਾ ਅੱਜ ਕੱਲ੍ਹ ਤਾਂ ਕੋਈ ਜਾਤਾਂ ਪਤਾ ਨਹੀਂ ਦੇਖਦਾ ਲੈਣਾ ਨਹੀਂ ਲੈਣਾ ਆ ਬੈਠਾ ਉਹ ਕਿਵੇਂ ਅੱਛੇ ਪੁੱਗਿਆ ਵਧੀਆ ਮਾਮਾ ਆ ਜਾ ਆ ਜਾ ਮਾਮਾ ਤਾਂ ਆਉਂਦਾ ਜਮਾ ਕੱਪੜਿਆਂ ਤੋਂ ਬਾਹਰ ਹੀ ਹੋਇਆ ਬੈਠਾ ਉਹ ਕੱਪੜਿਆਂ ਤੋਂ ਬਾਹਰ ਤਾਂ ਕਿੱਥੇ ਹੋ ਰਿਹਾ ਇੱਥੇ ਤਾਂ ਸਾਡੇ ਬੁੜੀਆਂ ਬੜੀਆਂ ਰਹਿੰਦੀਆਂ ਐਂ ਕਰਕੇ ਤਾਂ ਉਹ ਫਿਰ ਮੈਂ ਕਿਹੜਾ ਮਾਮਾ ਯਾਰ ਜਮਾ ਕੱਪੜ ਬਹਿ ਤਾਂ ਜਾ ਤੂੰ ਪਹਿਲਾਂ ਕੋਈ ਗੱਲ ਨਹੀਂ ਮੈਂ ਕਿਹੜਾ ਜਮਾ ਕੱਪੜੇ ਲਾ ਹੀ ਬੈਠਾਂਗਾ ਬਣੈਣ ਪਾਈ ਆ ਮਰੇ ਸ਼ਰਟ ਪਾਉਂਦਾ ਸੀ ਹੁਣ ਇੱਥੇ ਤਾਂ ਸਾਡੇ ਨਾ ਭੂਤ ਪ੍ਰੇਤ ਭਰਾਵਾਂ ਰਹਿੰਦੀਆਂ ਬਾਲੇ ਕੋਈ ਕਾਂਵੇ ਕਾਂਵੇ ਕੋਈ ਹੋਰ ਹੱਲ ਕਰਨਾ ਬਾਲ ਜ਼ਿਆਦੇ ਰਹਿੰਦੇ ਨੇ ਇੱਥੇ ਤਾਂ ਕੋਈ ਨਾ ਲੈਣੀ ਨੁਕਸਾਨ ਹੋਏ ਕਿਉਂ ਮਾਮਾ ਬਹਾਨੇ ਬਣਾਉਣਾ ਯਾਰ ਤੂੰ ਹੀ ਕਹਿ ਦੇ ਵੀ ਵਗ ਜਾ ਸਾਡੇ ਘਰੋਂ ਬਹਾਨੇ ਨੀ ਤੂੰ ਫਿਰ ਉਹਦੇ ਮਾਮੀ ਨੇ ਵੀ ਕਿਹਾ ਸੀ ਜਿੱਦੇ ਤੁਹਾਡੇ ਕੋਲੇ ਪਿਆ ਸੀ ਮੈਂ ਮਾਮੀ ਕੋਲ ਪਿਆ ਸੀਗਾ ਤੇ ਤੂੰ ਵੀ ਕਹਿੰਦਾ ਸੀ ਕਹਿੰਦਾ ਊਂ ਹੀ ਇੱਥੇ ਭੂਤ ਪ੍ਰੇਤ ਕੌਣ ਕੁਛ ਨੀ ਹੈਗਾ ਤੂੰ ਤਾਂ ਆਪ ਕਿਹਾ ਸੀ ਹੁਣ ਤੂੰ ਆਹ ਬਹਾਨੀ ਆ ਨਹੀਂ ਬਹਾਨੇ ਨੀ ਹੈਗੇ ਤੂੰ ਕਹਿੰਦਾ ਮੇਰੇ ਗੱਲ ਦੱਬ ਲਿਆ ਉਹ ਐਂ ਤਾਂ ਚਾਂਸ ਹੋ ਜਾਂਦਾ ਫਿਰ ਉਹੀ ਗੱਲ ਕਰਦਾ ਹੁਣ ਉਧਰ ਪੈ ਜਾ ਕਰੋ ਮੈਂ ਕਿਹੜੀ ਗੱਲ ਆ ਉਧਰ ਪੈ ਜਾ ਤੇ ਤੂੰ ਡਿਊਟੀ ਜਾਏਗਾ ਅੱਜ ਤਾਂ ਛੁੱਟੀ ਆ ਛੁੱਟੀ ਅੱਜ ਹਾਂ ਮੈਂ ਤਾਂ ਨਹੀਂ ਜਾਏਗਾ ਡਿਊਟੀ ਨਾ ਨਾ ਅੱਜ ਤਾਂ ਛੁੱਟੀ ਆ ਮੈਂ ਘਰ ਹੀ ਰਹੂੰਗਾ ਕਿਉਂ ਕਾਹਤੋਂ ਕਿਵੇਂ ਸੀਗਾ ਉਹ ਮੈਂ ਵੀ ਕੰਮ ਜਾ ਕੇ ਆਉਣਾ ਸੀਗਾ ਫਿਰ ਵਗ ਜਾ ਮੈਂ ਕੀ ਕਹਿਣਾ ਹੈਗਾ ਮੇਰੇ ਕੰਮ ਤੋਂ ਕੀ ਆ ਤੁਹਾਨੂੰ ਮੈਂ ਘਰੇ ਨਾ ਰਹਿ ਪਊਂਗਾ ਉਹ ਤਾਂ ਕੋਈ ਗੱਲ ਫਿਰ ਰਹਿ ਪਾ ਹਾਂ ਅਰੇ ਤਾਂ ਹਾਂ ਧਿਆਨ ਨਾਲ ਰਹੀ ਹੁਣ ਤਾਂ ਚੱਲ ਕੋਈ ਗੱਲ ਨੀ ਧਿਆਨ ਨਾਲ ਰਹੀ ਹਾਂ ਇਹ ਕੀ ਮਤਲਬ ਆ ਤੇਰਾ ਮਾਮਾ ਵੀ ਊਂ ਕਹਿਣਾ ਵੀ ਧਿਆਨ ਨਾਲ ਰਹੀ ਨੀ ਧਿਆਨ ਕੀ ਮਾੜਾ ਜਿਹਾ ਕਰਦਾ ਪਾਓ ਜੀ ਕਰੀ ਇੱਥੇ ਬਸ ਪਾਓ ਜੀ ਨਾ ਕਰੀ ਤੂੰ ਕਦੇ ਤੇਰੀ ਮਾਂ ਧਿਆਨ ਨਾਲ ਕਿਵੇਂ ਕੀ ਕਹਿਣਾ ਮਤਲਬ ਇਹਦਾ ਮਤਲਬ ਕੀ ਹੈ ਤੇਰਾ ਵੀ ਤੇਰੀ ਮਾਮੀ ਕੱਲੀ ਹੈ ਅਗਰ ਸਮਝਿਆ ਨੀ ਤੂੰ ਇੰਨਾ ਮੁਲਾਜ਼ਮ ਬੰਦਾ ਸਮਝ ਗਿਆ ਕਿੱਥੋਂ ਬੋਲਦਾ ਤੂੰ ਫਿਰ ਯਾਰ ਮੈਂ ਤੈਨੂੰ ਇਹੋ ਜਿਹਾ ਤੂੰ ਲੱਗਦਾ ਯਾਰ ਮਾਮਾ ਓਹੋ ਮੈਂ ਤੈਨੂੰ ਗਲਤ ਤਾਂ ਨੀ ਕਹਿੰਦਾ ਕੋਈ ਨਾ ਕਰ ਤੂੰ ਤਾਂ ਯਾਰ ਜਮੀ ਲੱਸੀ ਕਰੀ ਜਾਂਦਾ ਗਾ ਘਰੇ ਆਏ ਦੀ ਉਹ ਲੱਸੀ ਨੀ ਕਹਿੰਦਾ ਮੈਂ ਤੈਨੂੰ ਆਹੀ ਆਖਿਆ ਵੀ ਤੇਰੀ ਮਾਮੀ ਕੱਲੀ ਆ ਕਰੇ ਧਿਆਨ ਨਾ ਰਹੀ ਕੋਈ ਨਾ ਧਿਆਨ ਨਾਲ ਰਹੀ ਫਿਰ ਮੈਂ ਕਾਹਤੋਂ ਲਾ ਮੈਂ ਤੈਨੂੰ ਇੰਨਾ ਚੰਗਾ ਮੁੰਡਾ ਮੈਂ ਸਿਆਣਾ ਗਾ ਮੈਨੂੰ ਪਤਾ ਤੇਰਾ ਸਿਆਣੇ ਹੁਣ ਮਾਮੀ ਨੂੰ ਕਿਹੜਾ ਮੈਂ ਖਾਣ ਲੱਗ ਰਿਹਾਗਾ ਅੱਜ ਕੱਲ੍ਹ ਬੁੜੀਆਂ ਦਾ ਵੀ ਨੀ ਪਸੰਦ ਲੱਗ ਜਾਣਾ ਹਾਂ ਓਏ ਮਾਮਾ ਕਾਹੇ ਜੀ ਗੱਲਾਂ ਕਰਦਾ ਤੂੰ ਵਾਰੀ ਨੀ ਹੁੰਦੀ ਉਹ ਮਾਮੀ ਇਹੋ ਜਿਹੀ ਨੀ ਹੈਗੀ ਪਤਾ ਹੀ ਨੀ ਹੁੰਦਾ ਮਗਰੋਂ ਭਾਈ ਨੀ ਉੱਗੜਦੀ ਆ ਕੀ ਬਣਦਾ ਉਹ ਨਾ ਨਾ ਮਾਮਾ ਤੂੰ ਵਾਧੂ ਹੀ ਸੋਚਦਾ ਚੱਲ ਗੱਲ ਤਾਂ
ਕਿਹੜੀਆਂ ਕੋਈ ਪੱਕੇ ਰੰਗ ਦੇ ਜਾਂਦੇ ਆ, ਉਹ ਸੋਹਣੇ ਮੁੰਡੇ ਨਾਲ ਦੇ ਜਾਂਦੇ ਆ, ਵੱਜਦੇ ਨਾ ਕਾਲੇ ਨਾਲ, ਸੋਹਣੇ ਰੰਗ ਨਾਲ ਕਾਲੇ ਨਾਲ ਦੇ ਜਾਂਦੇ ਆ। ਐਂ ਤਾਂ ਹੁਣ ਕਾਲੇ ਗੋਰੇ ਦਾ ਤਾਂ ਕੋਈ ਦੇਖਦੀ ਨੀ, ਕਿਹੜਾ ਕਿਹਦੇ ਨਾਲ ਨਿਕਲ ਕੇ ਵੱਗ ਜਾ। ਉਹ ਮੈਂ ਨੀ, ਕੋਈ ਨਾ ਮਾਮੀ ਇੱਥੇ ਰਹੂਗੀ, ਕੋਈ ਨਾ ਮੈਂ ਇਹਦੀ ਲੈ ਕੇ ਪਾ। ਐਂ ਤਾਂ ਮੈਂ ਚੇਤਾ ਲਾਉਂਦਾ ਨੀ ਮੁੜਿਆ, ਤਾਂ ਮੈਂ ਹੁਣੇ ਆਊਂਗਾ। ਮੈਨੂੰ ਪਤਾ ਤੂੰ ਲੋਕਾਂ ਵਿਚਾਲੇ ਦੀ ਕੱਢ ਗਿਆ ਗੱਲ। ਨਹੀਂ ਨਹੀਂ ਲੋਕਾਂ ਵਿਚਾਲੇ ਦੀ ਕੋਈ ਨਾ, ਜਾ ਬਾਈਜਾਨ ਚੇਤਾ ਹੋ ਕੇ ਆ ਜਾਣੀ ਹੈਗਾ ਮੈਂ। ਕੋਈ ਗੱਲ ਨੀ, ਉਹ ਪਤਾ ਨੀ ਕਿੱਧਰ ਗਈ, ਕੰਮ ਕਰਦੀ ਫਿਰਦੀ ਹੋ ਪਤਾ ਹੀ ਨੀ ਉਹਦਾ। ਲੈ ਉਹ ਮਾਮਾ ਤਾਂ ਬੜਾ, ਵੀ ਹਜੇ ਮੈਂ ਮਾਮੀ ਨੂੰ ਖਾਣ ਲੱਗ ਰਿਹਾਗਾ। ਕਹਿੰਦਾ ਇਕੱਲੀ ਆ ਤੇਰੀ ਮਾਮੀ, ਘਰੇ ਮਾੜਾ ਜਿਹਾ ਦੇਖ ਕੇ ਰਹੀ, ਵੀ ਮੈਂ ਮਾਮੀ ਨੂੰ ਚੁੰਬੜਦਾ ਤਾਂ ਨੀ ਹੈਗਾ। ਯਾ ਯਾਰ ਮਾਮਾ ਤੇਰੀ ਵੀ ਸੋਚ ਨੂੰ ਸਲਾਮ ਹੀ ਆ। ਦੇਖ ਵਿੱਚ ਦੀ ਗੱਲ ਕੱਢ ਗਿਆ ਲੈ, ਕਹਿੰਦਾ ਨਾ ਕਾਲੇ ਕੂਲੇ ਦੇਖਦੇ ਆ, ਗੋਰੇ ਸੋਹਣੀਆਂ ਕੁੜੀਆਂ। ਅੱਛਾ ਤੂੰ ਮੈਨੂੰ ਕਹਿੰਦਾ ਤਾਂ ਮੈਨੂੰ ਸੀ ਵੀ ਮੈਂ ਹੁਣ ਮਾਮੀ ਨੂੰ ਭਜਾਉਣ ਲੱਗ ਰਿਹਾ ਯਾਰ। ਜਾ ਯਾਰ ਮਾਮੀ ਨੂੰ ਦੱਸਣ ਦੇ ਮੈਨੂੰ ਵੀ ਇਹ ਜਿਹਾ ਮਾਮਾ, ਤੇਰਾ ਮਾਮਾ ਇਹ ਜਿਹਾ ਗਾ ਤੇਰਾ ਘਰ ਆ। ਹਾਂ ਹਾਂ ਠੀਕ ਹੈ, ਚੱਲ ਠੀਕ ਹੈ, ਚੰਗਾ ਨੀ ਮੈਂ ਤਾਂ ਕੰਮ ਪਏ ਆਪਣੇ। ਹੋਰ ਚੰਗਾ, ਲੈ ਇਹ ਤਾਂ ਵੱਗ ਗਿਆ ਹੋਊਗਾ, ਦੇਖਾਂ ਕੀਪੂ ਇਕੱਲਾ ਬੈਠਾ ਹੋਊਗਾ, ਮਾਰਾਂ ਦੋ ਗੱਲਾਂ ਉਹਦੇ ਨਾਲ। ਜਾਵਾਂ ਫੋਨ ਵੀ ਲੈ, ਚਾਰਜ ਹੀ ਲਾ ਦੂੰਗੀ ਸੱਚ। ਆ ਕਿਹਦੀ ਹੋਰ ਮਿਸ ਕਾਲ ਆਈ ਪਈ ਹੈ, ਚੱਲ ਛੱਡ ਖੜਾ ਫੇਰ ਹੀ ਦੇਖੂੰਗੀ। ਆ ਕਿਹਦੀ ਮਿਸ ਕਾਲ ਆਈ ਪਈ ਹੈ, ਕੀ ਹੋ ਗਿਆ ਕੀਪੂ? ਕੀ ਯਾਰ ਇੱਕ ਤਾਂ ਸ਼ਰਟ ਮਾੜਾ ਹੋ ਕੇ ਰਹਿਣਾ ਗਾ, ਕਿਉਂ ਕੀ ਕਹਿਤਾ ਤੈਨੂੰ ਇਹ ਜਾਉਣਾ? ਕਹਿੰਦਾ ਜੇ ਤੂੰ ਜਾਂਦਾ ਨੀ ਮੈਂ ਕਿਹਾ ਛੁੱਟੀ ਆ ਫੇਰ, ਤੇ ਕਹਿੰਦਾ ਬਾਗ ਜਾਂਦਾ ਤਾਂ ਵਧੀਆ ਸੀਗਾ, ਕਿਸੇ ਹੋਰ ਪਾਸੇ ਬਾਗ ਜਾ। ਕਹਿੰਦਾ ਘਰੇ ਰਹੇਗਾ, ਘਰੇ ਤੇਰੀ ਇਕੱਲੀ ਮਾਮੀ ਆ। ਮੈਂ ਕਿਹਾ ਮੈਂ ਮਾਮੀ ਨੂੰ ਖਾਣ ਲੱਗ ਰਿਹਾਗਾ, ਗੱਲਾਂ ਕਹੀਆਂ ਕਰਦਾਗਾ ਤਾਂ ਆਈਆਂ ਕਹਿੰਦਾ ਤਾਂ ਦਿਮਾਗ ਹੀ ਖਰਾਬ ਹੈਗਾ। ਵੀ ਦੱਸ ਮੈਂ ਇੱਥੇ ਮਾੜਾ ਹੋ ਕੇ ਰਹਿਣਾ? ਤਾਂ ਲਹੂ ਪੀ ਰੱਖਿਆ ਗਾ, ਬਸ ਤੂੰ ਟੈਨਸ਼ਨ ਨਾ ਲੈ, ਕੋਈ ਗੱਲ ਨੀ ਮੈਂ ਆਪੇ ਗੱਲ ਕਰੂੰ। ਨਹੀਂ ਹੋਣਾ ਸ਼ੱਕ ਦੂਜਿਆਂ ਤੇ ਆ, ਆਪ ਹੀ ਬੇਕਾਰ ਹੈਗਾ ਹੈ ਇਹ ਜਾਏਗਾ। ਲੈ ਮੈਂ ਤਾਂ ਫੋਨ ਤੇ ਗੱਲ ਕਰਕੇ ਹਟੀ ਸੀ, ਮੈਂ ਆਖਾਂ ਲੈ ਮੈਂ ਕੀਪੂ ਨੇ ਦੋ ਗੱਲਾਂ ਮਾਰਦੀਆਂ, ਮੈਂ ਕਿਹਾ ਬੈਠਾ ਹੋਊਗਾ। ਗੱਲਾਂ ਗੱਲਾਂ ਚ ਮੈਂ ਤੈਨੂੰ ਹੁਣ ਕੀ ਦੱਸਿਆ? ਕਹਿੰਦਾ ਅੱਜ ਕੱਲ੍ਹ ਕਾਲੇ ਗੋਰੇ ਕੋਈ ਕੁੜੀ ਗੋਰੀ ਦੇਖਦੀ ਨੀ, ਕਦੋਂ ਮਾਣਾ ਤਿਲਕ ਜੇ ਕਹਿੰਦਾ ਉਹਦੀ ਭੱਜ ਜਾਂਦੇ ਆ। ਹੁਣ ਮੈਨੂੰ ਕਿਹਾ ਗਾ ਗੱਲਾਂ ਚ ਤਾਂ ਮੈਨੂੰ ਕਿਹਾ ਗਾ, ਚੱਲ ਸਿੱਧੇ ਮੂੰਹ ਤਾਂ ਨਹੀਂ ਕਿਹਾ। ਕਹਿੰਦਾ ਤੈਨੂੰ ਸੁਪਨੇ ਸਾਪਣੇ ਆਉਂਦੇ ਆ, ਇੱਥੇ ਭੂ ਉਹ ਉਦੇ ਡਰ ਨੀ ਗਿਆ ਸੀ? ਕਹਿੰਦਾ ਇੱਥੇ ਬਾਹਲੇ ਵੱਡੇ ਭੂਤ ਨੇ, ਰਹਿਣਾਗਾ ਠੀਕ ਆ ਨਾ? ਜਦੋਂ ਤੈਨੂੰ ਮੈਂ ਕਹਿਤਾ ਜਾਣਾ ਨੀ ਤੇ ਜਾਣਾ ਨੀ ਹੈਗਾ, ਮੈਂ ਆਪੇ ਗੱਲ ਕਰੂੰ ਤੇਰੇ ਮਾਮੇ ਨਾਲ। ਤੂੰ ਕਰ ਲਈ ਬਸ, ਮੈਂ ਹੁਣ ਮਨ ਬਹੁਤ ਦੁਖੀ ਹੋ ਗਿਆ। ਬਸ ਤੂੰ ਟੈਨਸ਼ਨ ਨਾ ਲੈ, ਕੋਈ ਗੱਲ ਨੀ ਮੈਂ ਆਪੇ ਗੱਲ ਕਰ ਲੂੰਗੀ, ਤੂੰ ਆਪਦਾ ਇੱਥੇ ਰੈਸਟ ਕਰ। ਅੱਜ ਹੁਣ ਡਿਊਟੀ ਤੇ ਜਾਣਾ ਨੀ ਫਿਰ? ਛੁੱਟੀ ਸੀ। ਅੱਛਾ ਕੋਈ ਗੱਲ ਨੀ, ਸਾਰੇ ਮੂਡ ਦੀ ਸਤਿਆਨਾਸ਼ ਕਰਕੇ ਰੱਖਦੀ ਪਿਆ ਹੋਵੇ ਉਹਦਾ ਤਾਂ ਹੱਥ ਹੀ ਇਹ ਜਿਹੜਾ ਤੂੰ ਕੱਟੀ ਜਾਂਦੀ ਆ। ਮੈਂ ਕੀ ਕਰਾਂ ਫਿਰ, ਹੁਣ ਟਾਈਮ ਪਾਸ ਤਾਂ ਕਰਨਾ ਹੀ ਪੈਂਦਾਗਾ।
ਪਿਆ ਹੋਏ ਬੋਲੀ ਜਾਣ ਤੇ ਤੂੰ ਉਹਦੀ ਗੱਲ ਹੀ ਨਾ ਸੁਣੀ, ਉਹਦਾ ਅਸਰ ਹੀ ਨਾ ਕਰੀ ਗੱਲ ਦਾ, ਤੂੰ ਚੁੱਪ ਕਰਕੇ ਆਪਦਾ ਰੈਸਟ ਕਰ, ਮੈਂ ਰੋਟੀ ਰੋਟੀ ਬਣਾਉਣੀ ਹੈਗੀ ਤੇ ਫਿਰ ਆਪਾਂ ਰੋਟੀ ਰਹਿਣਾ। ਮੰਮੀ ਤੂੰ ਚੰਗੀ ਆ, ਕੋਈ ਗੱਲ ਨੀ, ਬਸ ਤੂੰ ਉਹਦੀ ਗੱਲ ਹੀ ਨਾ ਸੁਣ, ਤੂੰ ਮੇਰੇ ਮੂੰਹ ਰਹਿਣਾ। ਇਹ ਤਾਂ ਤੂੰ ਪਤਾ ਨੀ ਕਿਵੇਂ ਆ ਗਈ, ਇਹਦੇ ਤਾਂ ਛੜੇ ਮਨ ਵਾਲੇ ਲੱਛਣ ਸੀਗਾ, ਕਿਸੇ ਨੇ ਬੁੜੀ ਨੀ ਦੇਣੀ ਸੀਗੀ, ਕੁੜੀ ਨੀ ਦੇਣੀ ਸੀ, ਤੇ ਪਤਾ ਨੀ ਤੂੰ ਕਿਵੇਂ ਆ ਗਈ ਇੱਥੇ। ਬਸ ਕੀ ਕਰਾਂ, ਹੁਣ ਤੱਕ ਤਾਂ ਦਿਨ ਕੱਟੀਆਂ ਕਰਦੀ ਸੀ ਕਿ ਪੁੱਤ ਸੱਚ ਪੁੱਛੇ ਨਾ, ਹੁਣ ਜੋ ਦੋ ਤਿੰਨ ਦਿਨ ਹੋ ਗਏ ਤੂੰ ਆਇਆਗਾ, ਮੇਰਾ ਵੀ ਵਧੀਆ ਜੀ ਲੱਗਿਆਗਾ, ਜਾਣ ਜੂਣ ਦੀ ਨਾ ਨਾਲੇ ਤੂੰ ਗੱਲ ਕਰੀ, ਠੀਕ ਆ ਨਾ, ਬਹੁਤ ਕੰਮ ਅਧੂਰੇ ਹੈਗੇ ਜਿਹੜੇ ਤੇਰੇ ਤੋਂ ਕਰਵਾਉਣੇ ਹੈਗੇ ਮੈਂ ਕੰਮ। ਹਾਂ ਜਾਣੀ ਕਿ ਬਸ ਘਰ ਦਾ ਹੀ ਕੰਮ ਕਰ, ਹੁਣ ਜਿਵੇਂ ਤੈਨੂੰ ਪਤਾ ਇਹ ਤਾਂ ਹੁਣ ਆਖੇ ਲੱਗਦਾ ਨੀ ਹੈਗਾ, ਅੜਵਾਈ ਕਰਦਾ ਬਾਲ ਹੀ ਹੈ, ਤਾਂ ਕਰਕੇ ਕਹਿੰਦੀ ਮੈਨੂੰ ਕਹੂਗਾ ਪਿਆਰ ਨਾਲ ਰੱਖਦਾ, ਮੈਂ ਤਾਂ ਫੁੱਲਾਂ ਵਾਂਗੂ ਰੱਖਦਾ। ਆ ਹੁਣ ਤੂੰ ਦੇਖ ਹੀ ਲਿਆ, ਫੁੱਲਾਂ ਵਾਂਗੂ ਰੱਖਦਾ, ਫੁੱਲਾਂ ਵਾਂਗੂ ਰੱਖਣ ਵਾਲਾ ਹੈਗਾ, ਸ਼ੱਕ ਕਰਦਾ ਗਾ, ਪਰ ਉਹੀ ਤਾਂ ਗੱਲ ਆ, ਨਾਲੇ ਤੇਰੇ ਸਾਹਮਣੇ ਦੇਖ ਲਾ ਵੀ ਮੈਂ ਤਾਂ ਅੱਡੇ ਤੱਕ ਮਸਾਂ ਜਾਂਦੀ ਹੈਗੀ, ਮੁੱਲ ਭੋ ਕੇ ਮੈਂ ਤਾਂ ਬਾਹਰ ਵੀ ਨੀ ਜਾਂਦੀ ਹੈਗੀ ਕਿਤੇ, ਕਿੰਨਾ ਬੰਦਾ ਆ ਗਿਆ ਤਾਂ ਜਰਲੇ ਬਸ ਇਹ, ਉਹੀ ਤਾਂ ਗੱਲ ਹੈ, ਉਹਦੇ ਨਾਲ ਗਲਤ ਬਣਾ ਦੇ। ਜਦੋਂ ਭਾਣਜੇ ਨੂੰ ਐਂ ਕਹਿੰਦਾ ਵੀ ਤੂੰ ਘਰੋਂ ਵਗ ਜਾ, ਡਰਾਉਣ ਲੱਗ ਗਿਆ, ਕੋਈ ਭੂਤ ਨਹੀਂ ਕੁਛ ਨਹੀਂ, ਚੁੱਪ ਕਰਕੇ ਉਧਰ ਨਹੀਂ ਪੈਣਾ, ਨਾ ਪਏ ਕੋਈ ਗੱਲ ਨੀ, ਇੱਥੇ ਪੈ ਜਾ ਕਰ ਸਾਡੇ ਨਾਲ ਹੀ। ਮੈਂ ਤਾਂ ਕਹਿੰਦਾ ਇਹ ਬੜਾ ਪੈਣ ਦੇਊਗਾ, ਮੈਂ ਹੈਗੀ ਜਦੋਂ ਤੈਨੂੰ ਕੀ ਡਰਨ ਦੀ ਲੋੜ ਆ, ਤੈਨੂੰ ਕੋਈ ਪੁੱਛਣ ਦੀ ਲੋੜ ਨੀ, ਸ਼ਾਮ ਨੂੰ ਰੋਟੀ ਖਾਧੀ, ਰੋਟੀ ਖਾ ਕੇ ਪਹਿਲਾਂ ਮੈਂ ਜਾ ਕੇ ਚੁੱਪ ਕਰਕੇ ਇੱਥੇ ਪੈ ਜਾ ਕਰ, ਠੀਕ ਹੈ? ਹਾਂ ਚੱਲ ਤੂੰ ਰੈਸਟ ਕਰ ਤੇ ਮੈਂ ਰੋਟੀ ਰੋਟੀ ਬਣਾਉਣੀ ਹੈਗੀ, ਚੰਗਾ? ਭਾਣ ਜਿਆ ਤੈਨੂੰ ਕੀ ਪਤਾ, ਤੂੰ ਜਾਣ ਦੀ ਗੱਲ ਕਰਦਾ, ਮਸਾਂ ਤਾਂ ਮੈਂ ਤੈਨੂੰ ਇੱਥੇ ਰੱਖਿਆ, ਹਜੇ ਤਾਂ ਤੇਰੀ ਜਵਾਨੀ ਦਾ ਮੈਂ ਜ਼ੋਰ ਪਰਖਣਾ ਹੈ, ਹੌਲੀ ਹੌਲੀ ਗੱਲ ਅੱਗੇ ਵਧਾਉਂਗੀ ਮੈਂ, ਆਹ ਸਾਡੇ ਵਾਲਾ ਤਾਂ ਕੰਮ ਲੱਗਾ ਮੇਰੇ ਘਰ ਵਾਲਾ ਹੈ, ਜਿਹੜਾ ਇਹ ਐਂ ਕਹਿੰਦਾ ਇਹਨੂੰ ਵਗ ਜਾ, ਮੈਂ ਤਾਂ ਕੋਈ ਜਾਣ ਨਹੀਂ ਦਿੰਦੀ ਹੈਗੀ, ਐਡਾ ਸੋਹਣਾ ਸੁਨੱਖਾ ਹੈਗਾ ਗਾ, ਤਾਂ ਹਿੱਕ ਨਾ ਲਾ ਕੇ ਰੱਖੂਗੀ ਇੱਥੇ, ਜਮਾਂ ਨਹੀਂ ਜਾਣ ਦਿੰਦੀ। ਭਾਣ ਜੇ ਮਾਮੀਆਂ ਗੁੱਸੇ ਹੋਏ ਖੜੀਆਂ, ਗੁੱਸੇ ਹੋਵਾ ਨਾ, ਤੈਨੂੰ ਨੀ ਪਤਾ ਕਿਉਂ ਗੁੱਸੇ ਹੋਈ ਖੜੀਆਂ, ਕੀ ਗੱਲ ਹੋ ਗਈ? ਅੱਛਾ ਹਜੇ ਕੀ ਗੱਲ ਹੋ ਗਈ, ਜੇ ਦੋ ਮਿੰਟ ਮੈਂ ਇੱਥੇ ਘਰੇ ਹੱਸ ਖੇਡ ਲੈਂਦੀਆਂ ਬੁਲਾ ਲੈਂਦੀਆਂ, ਤੇ ਤੂੰ ਉਹਨੂੰ ਕਿਉਂ ਕਿਹਾ ਕੀਪੂ ਨੂੰ ਵੀ ਤੂੰ ਵਗ ਜਾ ਇੱਥੋਂ? ਚਾਰ ਕਾਏ ਤਾਂ ਹੁਣ ਨਾ ਕਹੂ, ਹਾਂ ਦੋ ਪਿਆਰ ਦੀਆਂ ਗੱਲਾਂ ਕਰਦੀਆਂ ਹੁੰਦੀਆਂ ਨਾ, ਉਹ ਵਿਚਾਲੇ ਕਹਿੰਦਾ ਵਿਚਾਲੇ ਪਊਆ, ਮੈਂ ਤਾਂ ਫਿਰ ਕੀ ਕਰ ਗਈ? ਫਿਰ ਕੀ ਹੋ ਗਿਆ ਜੇ ਉਹਦੇ ਚੱਲ ਡਰ ਗਿਆ ਸੀਗਾ, ਪਹਿਲੇ ਦਿਨ ਆਇਆ ਸੀ, ਅੱਗੇ ਕਦੇ ਆਇਆ ਨੀ, ਪੈ ਗਿਆ ਫਿਰ ਕੀ ਫਾਹਾ ਆ ਗਿਆ, ਅੱਗੇ ਕਿੰਨੀ ਕੁ ਪਿਆਰ ਦੀ ਗੱਲ ਕਰਨੀ? ਮਹੀਨਾ ਰੱਖਾ ਰਹੂਗਾ ਇਹ, ਮਹੀਨਾ ਫਿਰ ਹੁਣ ਦੱਸ ਫਿਰ ਕੀ ਹੁੰਦਾ ਗਾ, ਕਿੰਨੀ ਕੁ ਪਿਆਰ ਦੀ ਗੱਲ ਕਰਦਾ? ਮੈਨੂੰ ਪਤਾ ਹੀ ਆ ਕਿਹੜੀਆਂ ਪਿਆਰ ਦੀਆਂ ਗੱਲਾਂ ਕਰਨੀਆਂ, ਉਹਦੇ ਸਾਹਮਣੇ ਕਰਦਾ ਸਭ ਕੁਛ, ਕਰਦਾ ਕਿਉਂ ਨੀ ਮੈਂ? ਲੋਕ ਦਿਖਾਵਾ ਕਰਦਾ ਤੂੰ, ਲੋਕ ਦਿਖਾਵਾ ਕਿਉਂ ਕਰਦਾ? ਊਂ ਤਾਂ ਤੂੰ ਐਂ ਸੋਚਦਾ ਵੀ ਇਹ ਗੱਲਾਂ ਕਰਦੇ ਹੋਰ ਕਾਹਦੀਆਂ ਕਰਦੇ ਸੀ? ਉਹ ਬਸ ਰਹਿਣ ਦੇ, ਇੱਥੇ ਕੋਈ ਨੀ ਸੁਣਦਾ ਹੈਗਾ ਵੀ ਜਿਹੜਾ ਤੂੰ ਪਰਦੇ ਪਾਉਣਾ ਗਾ ਉਹਦੇ ਆਪ ਦੇ, ਹੈ ਨੀ ਤੇਰੇ ਚ ਕੋਈ ਕਣ ਕੰਡਾ, ਕੀ ਫਾਇਦਾ ਗਾ? ਹਜੇ ਮੇਰੇ ਚ ਨੀ ਹੈ, ਤੈਨੂੰ ਖੁਦ ਨੂੰ ਪਤਾ ਹੀ ਹੈ। ਉਹ ਗੱਲਾਂ ਆਈਆਂ ਹੀ ਆ, ਨਾ ਕਰਿਆ ਕਰ ਤੂੰ, ਤੂੰ ਰਹਿਣ ਦੇ ਆ ਗੱਲਾਂ ਨੂੰ, ਉਹੀ ਗੱਲਾਂ ਇੱਕੀ ਦੱਬੀ ਫਿਰੂ ਘੋੜਾ, ਕੱਟ ਲਾਣ ਦੇ ਮੈਨੂੰ ਜ਼ਿੰਦਗੀ, ਜਿਉਂ ਲਾਣ ਦੇ ਮੈਨੂੰ, ਕਿਉਂ ਤੂੰ ਮੈਨੂੰ ਫਾਹੇ ਟੰਗਿਆ ਗਾ? ਤੈਨੂੰ ਮਾਰਦਾ ਤਾਂ ਨੀ, ਫਿਰ ਮੈਂ ਕੱਟ ਲਾ ਜ਼ਿੰਦਗੀ, ਮੈਂ ਤੈਨੂੰ ਕਹੀ ਨਾ। ਬਸ ਫਿਰ ਇੱਦਾਂ ਮੁੜ ਕੇ ਉਹਨੂੰ ਕਹੀ ਨਾ ਇੱਥੋਂ ਜਾਣ ਨੂੰ, ਜੇ ਉਹ ਗਿਆ ਘਰੋਂ ਤਾਂ ਇਹ ਦੇਖ ਲਈ ਫਿਰ ਮੈਂ ਵੀ ਘਰੋਂ ਜਾਊਂਗੀ।
ਅਗੇ ਮੈਂ ਵੀ ਜਾਊਂਗੀ, ਉਹਦਾ ਹੁਣ ਆ ਕੇ ਡਿਊਟੀ ਤੇ ਵੀ ਜਾਊਗਾ, ਉਹਦਾ ਜਾਊਗਾ, ਕੋਈ ਗੱਲ ਨਹੀਂ, ਦੇ ਵੀ ਜਾਊਗਾ, ਕੋਈ ਗੱਲ ਨਹੀਂ, ਸ਼ਾਮ ਨੂੰ ਤਾਂ ਘਰੇ ਆਊਗਾ ਨਾ, ਇੱਥੇ ਹੀ ਆਇਆ ਕਰੂਗਾ, ਚੱਲ ਦੋ ਮਿੰਟ ਹੱਸ ਖੇਡ ਲਾਂਗੇ, ਨਾਲ ਮੇਰਾ ਜੀ ਲੱਗ ਜਾ ਕਰੂਗਾ, ਨਾਲ ਤੇਰਾ ਜੀ ਲੱਗ ਜਾ ਕਰੂਗਾ, ਇੱਥੇ ਦੋਨੇ ਜਣੇ ਆਪਾਂ ਲੜੀ ਜਾਂਦੇ ਹਾਂਗੇ। ਫਿਰ ਮੈਂ ਤੈਨੂੰ ਕਦੋਂ ਕਹਿਣਾ ਵੀ ਉਹਨੂੰ ਜਮੀ ਘਰੋਂ ਭੇਜਣਾ ਗਾ, ਉਹ ਤਾਂ ਮੈਂ ਐਂ ਕਹਿੰਦਾ ਸੀ ਉਹਨੂੰ ਵੀ ਤੂੰ ਚੱਲ ਅੱਡ ਬਹਿ ਜਾ ਕਰ, ਵੀ ਉਹ ਕਿਹੜਾ ਨਿਆਣਾ ਗਾ, ਪਹਿਲਾਂ ਤਾਂ ਪੁੱਠੀਆਂ ਸਿੱਧੀਆਂ ਗੱਲਾਂ ਕਰੀ ਜਾਊਗਾ, ਮਾਂ ਕਰੋ ਫਿਰ ਇੱਥੇ ਮਨਾਉਣ ਆ ਜਾਊਗਾ ਮੈਨੂੰ। ਤੂੰ ਕਿਉਂ ਗੁੱਸੇ ਹੋ ਰਹੀ ਹਾਂ, ਪਰੇ ਹੋ ਜਾ, ਮੈਨੂੰ ਹੱਥ ਜਾਣਾ ਲਾ, ਹਜੇ ਤੂੰ ਕਹਿੰਦਾ ਕਿਉਂ ਗੁੱਸੇ ਹੋ ਰਹੀ ਆ, ਤੂੰ ਨਾ ਕੀਪੂ ਨੂੰ ਨਾਲੇ ਐਂ ਵੀ ਕਿਹਾ ਗਾ, ਕਹਿੰਦਾ ਬਾਗ ਜਾ ਡਿਊਟੀ ਤੇ ਆਪਦਾ, ਕਹਿੰਦਾ ਜੇ ਜਾਣਾ ਗਾ ਤੇ ਆਪਦਾ ਉਹਨਾਂ ਨੇ ਹੋਰ ਦੇਖ ਲਈ, ਕਹਿੰਦਾ ਟਿਕਾਣਾ ਰਹਿਣ ਨੂੰ, ਇੱਥੇ ਤੇਰੀ ਕਹਿੰਦਾ ਮਾਮੀ ਮਗਰੋਂ ਕੱਲੀ ਹੁੰਦੀ ਆ, ਕਿਉਂ ਉਹ ਮੈਨੂੰ ਮੂੰਹ ਚ ਪਾ ਲਊਗਾ, ਚੁੰਬੜਦਾ ਸੀ ਮੈਨੂੰ ਕੋਈ ਉਹ। ਉਹ ਤਾਂ ਮੈਂ ਕਿਹਾ ਮੈਂ ਕਿਹੜਾ ਮੁੱਕਰਦਾ, ਫਿਰ ਇਹ ਕਹਿਣ ਦਾ ਕੀ ਮਤਲਬ ਹੋਇਆ? ਅੱਜ ਤਾਂ ਠੰਡ ਜੀ ਆ, ਮੀਂਹ ਨੇ ਮੌਸਮ ਸਾਫ ਕਰਤਾ, ਕਿੰਨਾ ਸ਼ਾਂਤ ਮਾਹੌਲ ਆ ਯਾਰ, ਇੱਥੇ ਤਾਂ ਮਾਮੀ ਦੇ ਪਿੰਡ ਤਾਂ ਯਾਰ ਜੀ ਲੱਗਦਾ ਗਾ। ਲੈ ਆ ਖੜਾ ਗਾ ਕੀਪੂ, ਮੈਂ ਤੈਨੂੰ ਹੇਠਾਂ ਪਾ ਲਈ ਜਾਂਦੀ ਆ, ਬਸ ਇੱਥੇ ਕੀ ਕਰਦਾ ਸੀ, ਠੰਡੀ ਠੰਡੀ ਹਵਾ ਖਾਣ ਆ ਗਿਆ, ਮੀਂਹ ਪੈ ਕੇ ਮੌਸਮ ਸਾਫ ਹੋ ਗਿਆ, ਮੈਂ ਕੰਮ ਨੇ ਬੈਠ ਕੇ ਹਟੀ, ਮੈਂ ਆਖਾਂ ਚੱਲ ਕੀਪੂ ਕੋਲ ਬੈਠੀਆਂ ਦੋ ਮਿੰਟ ਗੱਲਾਂ ਮਾਰਦੀਆਂ, ਦੇਖਿਆ ਤਾਂ ਦਿਸੇ ਨੀ ਹੈਗਾ ਨਾ ਰੂਮ ਚ, ਫਿਰ ਮੈਂ ਆਖਾਂ ਚੱਲ ਕੀ ਏਸੀ ਵਾਲੇ ਰੂਮ ਚ ਬੈਠਾ ਹੋਵੇ, ਮੇਰੇ ਵਾਲੇ ਚ ਉਧਰ ਵੀ ਹੈ ਨੀ ਸੀ, ਮੈਂ ਚੱਲ ਠੰਡੀ ਮੀਂਹ ਪੈ ਕੇ ਹੜਿਆ ਸੀ ਤਾਂ, ਹਾਂ ਜੋ ਮੌਸਮ ਤੇ ਮਾਰਿਆ ਹੀ ਹੈ ਹਨਾ। ਹੋਰ ਅੱਜ ਤਾਂ ਪਕੌੜੇ ਬਣਾ ਲਈ, ਹਾਂ ਪਕੌੜੇ ਬਣਾ ਲੈਣੀ ਆ, ਹੋਰ ਯਾਰ ਕੋਈ ਗੱਲ ਨੀ, ਕਿ ਸਮੋਸੇ ਬਣਾਉਣੇ ਇਕੱਲੇ? ਨਾ ਪਕੌੜੀ ਬਣਾ ਲੈ, ਪਕੌੜੇ ਖਾਏਗਾ ਸਮੋਸੇ, ਫੇਰ ਮੀਂਹ ਪੈਂਦੇ ਤਾਂ ਪੂੜੇ ਖਾਂਦੇ ਹੁੰਦੇ ਆ, ਮਿੱਠੇ ਤੂੰ ਪਕੌੜੇ ਭਾਲਦਾ, ਨਮਕੀਨ ਖਾਣ ਨੂੰ ਦਿਲ ਕਰਦਾ, ਅੱਛਾ ਮਿੱਠਾ ਖਾਣ ਨੂੰ ਨਹੀਂ ਹੈ, ਮਿੱਠਾ ਖਾ ਕੇ ਧੱਕੇ ਹੋਏ ਹਾਂ, ਚੱਲ ਕੋਈ ਗੱਲ ਨੀ ਪਕੌੜੇ ਬਣਾ ਦਿੰਦੀ ਆ, ਹੁਕਮ ਕਰ। ਮੈਂ ਤਾਂ ਹੱਚ ਮਾਮੀ ਇੱਕ ਗੱਲ ਪੁੱਛਣੀ ਸੀਗੀ, ਪੁੱਛੋ, ਵਿਆਹ ਹੋਏ ਨੂੰ ਤਾਂ ਮਾਮੇ ਨਾਲ ਇੰਨਾ ਚਿਰ ਹੋ ਗਿਆ, ਹਾਂ ਫਿਰ ਤੁਸੀਂ ਜਵਾਕ ਜਵੂਕ ਕੋਈ ਕੀਤੀ ਨੀ ਗਾ, ਜਵਾਕ ਆ ਤੋਂ ਨੀ ਹੋਏ ਤੁਹਾਡੇ ਨਾਲ ਚੱਕਰ? ਜਵਾਕ ਕੀ ਦੱਸਾਂ ਕੀ ਪੂ ਤੈਨੂੰ ਮੈਂ, ਜਵਾਕ ਕਿਵੇਂ ਹੋ ਜਾਊਗਾ ਜਦੋਂ ਕੁਛ ਹੈ ਨੀ, ਇਹਦਾ ਹੁੰਦਾ ਕਰਦਾ ਹੀ ਨੀ ਹੈਗਾ ਕੁਛ, ਜਵਾਕ ਕਿਵੇਂ ਹੋ ਜੂ ਭਲਾ, ਇੱਕ ਤਾਂ ਉਹਨੂੰ ਉਮਰ ਦਾ ਵੱਡਾ ਮਾਮਾ ਤੇਰਾ ਰਹਿੰਦਾ ਖੁੰਦਾ, ਜਿਹੜੀ ਇਹਨੂੰ ਅੰਦਰੋਂ ਕਮਜ਼ੋਰੀ ਆ, ਜਵਾਕ ਕਿਵੇਂ ਹੋ ਜੂਗਾ, ਮੈਂ ਤਾਂ ਲੋਕਾਂ ਭਾਵੇਂ ਇੱਕ ਦਿਨ ਕੱਟੀਆਂ ਕਰੀ ਜਾਂਦੀ ਹੈਗੀ ਇੱਥੇ, ਲੋਕਾਂ ਭਾਵੇਂ ਇਹਦੀ ਘਰ ਵਾਲੀਆਂ ਵਿਆਹੀ ਹੋਈ ਹੈਗੀ, ਬਸ ਇੱਕ ਜਾਇਦਾਦ ਆ ਇੱਕ ਪੈਸਾ ਦੇਖ ਕੇ ਬੈਠੀ ਹੈਗੀ ਇੱਥੇ, ਤੂੰ ਦੇਖੀ ਤਾਂ ਜਾਂਦਾ ਗਾ ਹੁਣ, ਸਿੱਧੇ ਮੂੰਹ ਤਾਂ ਮੇਰੇ ਨਾਲ ਊਂ ਵੀ ਨਹੀਂ ਬੋਲਦਾ, ਕਮੀਆਂ ਉਹਦੇ 'ਚ ਆਪ ਚ ਨਹੀਂ ਗਿਆ, ਗੁੱਸਾ ਮੇਰੇ 'ਤੇ ਲਾ ਦਿੰਦਾ ਗਾ, ਮੈਂ ਤਾਂ ਜਿਵੇਂ ਚੁੱਪ ਕਰ ਜਾਂਦੀ ਹਾਂ ਕਰ ਜਾਂਦੀ ਵੀ ਚੱਲ ਕੀ ਹੁੰਦਾ ਗਾ, ਟਾਈਮ ਪਾਸ ਹੋ ਜੂਗਾ, ਕੋਲੇ ਬਹਿ ਕੇ ਦੋ ਮਿੰਟ ਕੋਈ ਪਿਆਰ ਦੀ ਗੱਲ ਨਹੀਂ ਕਰਨੀ ਉਹਨੇ, ਜੇ ਰਾਤ ਨੂੰ ਪੈ ਗਏ ਤਾਂ ਮੂੰਹ ਪਾਸੇ ਕਰਕੇ ਪੈ ਜਾਣਾ ਗਾ, ਕੋਈ ਮੇਰੇ ਗੰਨੀ ਪਾਸੇ ਮੂੰਹ ਨਹੀਂ ਕਰਨਾ, ਕੋਈ ਬਹਿ ਕੇ ਪਿਆਰ ਦੀ ਗੱਲ ਨਹੀਂ ਕਰਨੀ, ਜਵਾਕ ਕਾਹਦੇ ਨਾਲ ਹੋ ਜੂਗਾ? ਪਰ ਮਾਮੀ ਤੂੰ ਦਵਾਈ ਦਵੂਈ ਦਵਾ ਯਾਰ, ਪੈਸਾ ਤਾਂ ਆਇਆ ਤੁਹਾਡੇ ਅਗਰੀ ਦਾ ਗਾ, ਦਵਾਈਆਂ ਇੱਥੇ ਕਿਪੂ ਦਵਾਈਆਂ ਮੈਟਰ ਨਹੀਂ ਕਰਦੀਆਂ ਹੈਗੀਆਂ, ਦਵਾਈਆਂ ਕੋਈ ਮੈਟਰ ਨਹੀਂ ਕਰਦੀਆਂ ਹੈਗੀਆਂ, ਜਦੋਂ ਆਪ ਨੂੰ ਸੁੱਟੀ ਨਾ ਮਿਲੇ ਕੋਈ ਪਿਆਰ ਹੀ ਨਾ ਮਿਲੇ, ਜਿਹੜੀ ਅੰਦਰੋਂ ਕਮਜ਼ੋਰੀ ਹੈਗੀ ਇਹਨੂੰ ਉਹ ਨਹੀਂ ਨਾ ਪੂਰੀ ਹੁੰਦੀ ਹੈਗੀ, ਫਿਰ ਤਾਂ ਔਖੀ ਹੈ ਯਾਰ ਹਨਾ, ਮੈਨੂੰ ਤਾਂ ਆਏ ਸੀ ਮੈਂ ਤੁਸੀਂ ਖੁਸ਼ ਹੋਵੋਗੇ, ਚੱਲ ਆਹ ਮਾੜੀ ਮੋਟੀ ਲੜਾਈ ਝਗੜਾ ਤਾਂ ਹਰੇਕ ਦੇ ਘਰ ਹੁੰਦੀ ਹੁੰਦਾ ਗਾ,
ਮਾਮੇ ਬਾਰੇ ਮੈਨੂੰ ਆਹ ਗੱਲ ਤਾਂ ਜਮੀ ਨਹੀਂ ਪਤਾ ਸੀਗੀ। ਕਿਹੜੀ ਖੁਸ਼ ਆਂਗੀ ਬਸ ਲੋਕਾਂ ਭਾਵੇਂ ਤੈਨੂੰ ਘਟੀਆਂ ਕੱਢ ਰਹੀ ਹਾਂ, ਮੈਂ ਤਾਂ ਤੜਫ ਰਹੀ ਹੈਗੀ ਪਿਆਰ ਵਾਸਤੇ, ਆਪਦੇ ਉਹੀ ਗੱਲ ਸੰਸਾਰ ਅੱਗੇ ਵਧਾਉਣ ਵਾਸਤੇ ਵੀ ਕੋਈ ਇਸ ਤਰ੍ਹਾਂ ਦਾ ਜੀਵਨ ਸਾਥੀ ਹੁੰਦਾ ਜਿਹਦੇ ਨਾਲ ਮੇਰੀ ਅੱਗੇ ਜ਼ਿੰਦਗੀ ਵੱਧਦੀ, ਜਵਾਕ ਵੀ ਹੁੰਦਾ ਅਤੇ ਮੈਨੂੰ ਮਨ ਚਾਹਿਆ ਮੇਰਾ ਪਿਆਰ ਵੀ ਮਿਲਦਾ ਅਤੇ ਮੇਰੇ ਤਨ ਮਨ ਨੂੰ ਸੰਤੁਸ਼ਟੀ ਵੀ ਮਿਲਦੀ ਪਿਆਰ ਕਰਕੇ, ਮੈਂ ਤਾਂ ਤੜਫਦੀ ਹੈਗੀ। ਔਖੀ ਆਮ ਹੀ ਹੈ ਨਾ ਯਾਰ ਤੇਰਾ ਤਾਂ, ਪਰ ਤੂੰ ਮਾੜਾ ਜਿਹਾ ਉਹਦਾ ਵਿਆਹ ਦੇਖ ਕੇ ਕਰਾਉਣਾ ਸੀਗਾ ਤਾਂ ਬਸ ਉਦੋਂ ਕਿਹੜਾ ਪਤਾ ਲੱਗਦਾ ਹੁੰਦਾ ਗਾ, ਉਦੋਂ ਤਾਂ ਉਹੀ ਗੱਲ ਕੁਛ ਨਹੀਂ ਦਿੰਦਾ ਹੁੰਦਾ ਗਾ, ਕੁਛ ਘਰਦਿਆਂ ਦੀ ਜਦੋਂ ਮਰਜ਼ੀ ਹੋਵੇ ਉਦੋਂ ਤੇ ਪੁੱਤ ਕੁਛ। ਅੱਜ ਕੱਲ੍ਹ ਹੁਣ ਥੋੜ੍ਹਾ ਜਿਹਾ ਮਾਪਿਆਂ ਦਾ ਵੀ ਉਹ ਹੈਗਾ ਮਾਮੀ, ਹੁਣ ਉਮਰ ਨਹੀਂ ਦੇਖਦੇ, ਅੱਜ ਕੱਲ੍ਹ ਜਾਇਦਾਦ ਵਾਲੀ ਦੇਖਣ ਲੱਗ ਗਏ। ਜਾਇਦਾਦ ਬਸ ਜਾਇਦਾਦ ਦੇ ਮਗਰ ਹੀ ਮੈਨੂੰ ਫਸਾਤਾ ਇੱਥੇ। ਹੁਣ ਤੇਰੀ ਇਕੱਲੀ ਜਾਇਦਾਦ ਕੀ ਕਰੂਗੀ ਜੇ ਤੂੰ ਖੁਸ਼ ਹੀ ਨਹੀਂ ਹੈਗੀ? ਕੁਛ ਨਹੀਂ ਕਰਦਾ, ਹੁਣ ਦੇਖੀ ਜਾਂਦਾ, ਹੁਣ ਤੈਨੂੰ ਵੀ ਕਿੰਨੇ ਦਿਨ ਹੋ ਗਏ ਇੱਥੇ ਰਹਿੰਦੇ, ਇਹਨੂੰ ਕੀ ਜ਼ਿੰਦਗੀ ਹੈ ਮੇਰੀ? ਮੂੰਹ ਨਹੀਂ ਬੋਲਦਾ, ਉਹੀ ਤਾਂ ਗੱਲ ਆ, ਇੱਕ ਜ਼ਿੰਦਗੀ ਮੈਂ ਤਾਂ ਕੱਟ ਰਹੀ ਹੈਗੀ ਇੱਥੇ, ਮੈਂ ਜਿਉਂ ਰਹੀ ਹਾਂ ਕੋਈ ਜ਼ਿੰਦਗੀ? ਚਲੋ ਉਹ ਤਾਂ ਜਿਹਾ ਜਿਹਾ, ਉਹ ਤਾਂ ਕੁਛ ਹੁੰਦਾ ਨਹੀਂ ਹੁੰਦਾ ਨਹੀਂ, ਚਲੋ ਉਹ ਤਾਂ ਕਮਜ਼ੋਰੀ ਹੋ ਗਈ ਹੋ ਗਈ, ਬੰਦਾ ਊਂ ਪਿਆਰ ਨਾਲ ਬੋਲ ਪਏ, ਊਂ ਪਿਆਰ ਨਾਲ ਰਹਿ ਪਏ, ਇਹੀ ਸਹਾਰਾ ਹੋ ਜਾਂਦਾ ਗਾ। ਨਾ ਮੈਨੂੰ ਕਿਤੇ ਖੜਨ ਦੇਵੇ, ਨਾ ਕਿਤੇ ਮੈਨੂੰ ਜਾਣ ਦੇਵੇ ਇਕੱਲੀ ਨੂੰ, ਹੈਂ ਬਸ ਇੰਨਾ ਕਾਗਾ ਵੀ ਮੂੰਹੋਂ ਮੰਗੀ ਕੋਈ ਵੀ ਚੀਜ਼ ਆ, ਕੋਈ ਸਮਾਨ ਆ, ਉਹ ਮੈਨੂੰ ਜ਼ਰੂਰ ਮਿਲ ਜਾਂਦਾ ਇਸ ਘਰ 'ਚ। ਉਹ ਯਾਰ ਮਾਮੀ, ਸਮਾਨਾਂ ਨਾਲ ਖੁਸ਼ੀਆਂ ਤਾਂ ਨਹੀਂ ਹੁੰਦੀਆਂ? ਨਹੀਂ ਮਿਲਦੇ, ਨਹੀਂ ਨਹੀਂ, ਸਮਾਨਾਂ ਨਾਲ ਥੋੜ੍ਹੀ ਕੋਈ ਮਨ ਭਰ ਜਾਂਦਾ ਗਾ, ਹੈਂ ਜਿਹੜੀ ਮਾਨਸਿਕ ਸੰਤੁਸ਼ਟੀ ਆ ਸਰੀਰ ਦੀ, ਉਹ ਤਾਂ ਫਿਰ ਇੱਕ ਮਰਦ ਨਾਲ ਹੀ ਪੂਰੀ ਹੁੰਦੀ, ਮਰਦ ਨਾਲ ਹੀ ਪੂਰੀ ਹੋਣੀ ਆ। ਉਹ ਤਾਂ ਦੇਖ ਤੂੰ ਵੀ ਜਾਣੀ ਜਾਣਾ, ਤੂੰ ਕਿਹੜਾ ਕੋਈ ਹੁਣ ਨਿਆਣਾ ਗਾ, 20-21 ਸਾਲ ਦਾ ਗਾ, ਫਿਰ ਵੀ ਤੂੰ ਸਮਝ ਤਾਂ ਹੁਣ ਮੈਨੂੰ ਵੀ ਹੈਗੀ ਆ। ਤੇ ਫਿਰ ਮਾਮੀ ਤੁਸੀਂ ਫਿਰ ਇਹਨੂੰ ਛੱਡ ਕੇ, ਮਾਮੇ ਨੂੰ ਛੱਡ ਕੇ ਕੋਈ ਹੋਰ ਵਿਆਹ ਵਿਆਹ ਕਰਾਉਣ ਬਾਰੇ ਨਹੀਂ ਸੋਚਿਆ? ਵਿਆਹ ਕਰਾ ਕੇ ਹੋਰ ਕੀ ਕਰੂੰਗੀ, ਜਿਹੜੀ ਬਦਨਾਮੀ ਹੋ ਗਈ ਆਪਦੀ, ਹੂ ਲੈਦਾ ਹੋ ਗਈ, ਅਗਲਾ ਉਹ ਇੱਥੇ ਕੱਟਿਆ ਨਹੀਂ ਗਿਆ ਇਹਦੇ ਤੋਂ, ਕੋਈ ਐਂ ਥੋੜ੍ਹੀ ਕਹਿਣਾ ਕਿਸੇ ਨੇ ਵਿੱਚ ਕੀ ਕਮੀ ਸੀ, ਕਾਹਤੋਂ ਤਲਾਕ ਹੋ ਗਿਆ ਵੀ ਮੈਂ ਹੋਰ ਪਾਸੇ ਕਰਵਾਊ, ਕੀ ਪਤਾ ਅੱਗੇ ਚੱਲ ਕੇ ਮੇਰੀ ਜ਼ਿੰਦਗੀ 'ਚ ਕਿਵੇਂ ਕੀ ਲਿਖਿਆ ਪਿਆ ਗਾ ਕਿਸਮਤ 'ਚ ਮੇਰੇ। ਫਿਰ ਐਂ ਤਾਂ ਫਿਰ ਹਾਲੇ ਤੇਰੀ ਉਮਰ ਵੀ ਕੀ ਆ ਮਾਮੀ, ਇਹ ਯਾਰ ਐਂ ਤਾਂ ਔਖਾ ਹੀ ਹੋਜੂਗਾ, ਕਿਹੜਾ ਪਤਾ ਕੀੜੇ ਚੜਾਈ ਫਿਰਦੇ ਮਾਮੀ ਤੂੰ ਤਾਂ। ਅੱਛਾ ਕੀੜੇ ਤਾਂ ਉਹ ਸੀ ਉਧਰ ਝਾੜੂ ਕੱਢ ਕੇ ਆਈ ਸੀਗੀ ਨਾ, ਕੱਚੇ ਥਾਂ 'ਚ ਕੀੜੇ ਵਾਲੇ ਹੈਗੇ। ਕਹਿੰਦਾ ਯਾਰ ਤੁਹਾਡੀ ਉਮਰ ਹੀ ਕੀ ਆ ਹਲੇ ਯਾਰ, ਸਾਰੀ ਜ਼ਿੰਦਗੀ ਪਈ ਆ ਉਹਦਾ, ਚੱਲ ਹੁਣ ਉਮਰ ਸਰ ਹੋ ਰਿਹਾ ਮਾਮਾ ਤਾਂ। ਬਸ ਕੀ ਕਰਾਂ, ਵਾਲੇ ਵਾਰੀ ਰਿਸ਼ਤੇਦਾਰਾਂ ਨਾਲ ਗੱਲ ਵੀ ਕਰੀ ਆ ਕਿ ਹਾਂ ਵੀ ਆ, ਬਸ ਉਹਨਾਂ ਨੂੰ ਕਹਿੰਦਾ ਤੁਸੀਂ ਭੜਕਦੇ ਫਿਰੋਗੇ, ਜਿਉਂਦੀ ਰੂਹ ਹੀ ਭੜਕਦੀ ਫਿਰੂ ਤੇਰੀ ਮਾਮੀ। ਕੁਛ ਨਹੀਂ ਕਰ ਸਕਦੀ ਹੁਣ ਤਾਂ ਮੈਂ, ਜਿਵੇਂ ਹੈਗਾ ਟਾਈਮ ਪਾਸ ਹੋਈ ਜਾਂਦਾ ਗਾ। ਚੱਲ ਮਾਮੀ ਯਾਰ ਐ ਮਨ ਹੌਲਾ ਨਾ ਕਰਿਆ ਕਰ, ਕਦੇ ਤਾਂ ਰੱਬ ਸੁਣੂਗੀ। ਚੱਲ ਕੋਈ ਗੱਲ ਨਹੀਂ, ਬਸ ਤੂੰ ਤਾਂ ਮੇਰੇ ਦੁੱਖਾਂ 'ਚ ਆਪ ਹੋ ਕੇ ਬਹਿ ਗਿਆ, ਆਪ ਦੁਖੀ ਹੋਣ ਲੱਗ ਗਿਆ। ਚੱਲ ਤੌੜ ਪਤੂੜ ਬਣਾ ਦੇ। ਹਾਂ ਹਾਂ ਆ ਜਾ, ਪਕੌੜੇ ਬਣਾ ਦੇ, ਆ ਜਾ, ਚਲੋ ਮੇਰੀ ਹੈਲਪ ਕਰਾ ਦੇ ਤੂੰ। ਚੱਲ ਮੈਂ ਆਲੂ ਹੀ ਚੀਰ ਦੂੰ। ਆ ਜਾ ਆ ਜਾ ਕਿ ਪੂਰੀ ਪੈ ਜਾ ਸਾਡੇ ਕੋਲ। ਮਾਮਾ ਜਾਂ ਫਿਰ ਮਾਮੀ ਲੋੜ ਨਹੀਂ ਆਉਂਦਾ, ਉਹਨੂੰ ਉਹ ਇਤਰਾਜ ਜਾਂ ਬਾਲਾ ਮੰਨਦਾ ਗਾ। ਕੋਈ ਇਤਰਾਜ ਨਹੀਂ ਮੰਨਦਾ ਹੈਗਾ, ਕੋਈ ਗੱਲ ਨਹੀਂ, ਤੇਰੇ ਮਾਮੇ ਨੂੰ ਮੈਂ ਆਪੀ ਗੱਲ ਕਰ ਲੂੰਗੀ, ਆਪੀ ਸਮਝਾ ਦੂੰਗੀ, ਤੂੰ ਉਹਦੀ ਟੈਨਸ਼ਨ ਨਾ ਲੈ, ਠੀਕ ਹੈ ਨਾ? ਉਸ ਨਹੀਂ ਕਹਿੰਦਾ ਹੈਗਾ ਤੇਰੇ ਮਾਮਾ। ਅੱਛਾ ਬਹੁਤ ਸੋਹਣੀ ਨਹੀਂ ਆਉਂਦੀ ਮਾਮੀ, ਪਤਾ ਨਹੀਂ ਤੁਸੀਂ ਪਏ ਹੁੰਨੇ ਕੋਲੇ। ਕੋਈ ਗੱਲ ਨਹੀਂ, ਫਿਰ ਕੀ ਹੁੰਦਾ ਗਾ, ਮੈਨੂੰ ਪਤਾ ਹੈਗਾ ਵੀ ਨੀਂਦ ਕਿਉਂ ਇੱਥੇ ਵਧੀਆ ਹੁੰਦੀ ਹੈਗੀ, ਵਧੀਆ ਜੀ ਲੱਗਾ ਰਹਿੰਦਾ, ਨਾਲੇ ਤਾਂ ਗੱਲਾਂ ਮਾਰ ਲੈਂਦੇ ਆ, ਨਾਲੇ ਕਮਰਾ ਇਹ ਠੰਡਾ ਰਹਿੰਦਾ, ਬਾਕੀ ਬੈਡਾਂ ਤੇ ਸਕੂਨ ਤਾਂ ਆਉਂਦਾ ਹੀ ਆ, ਪਹਿਲਾਂ ਕਿੱਥੇ ਮੰਜੇ ਤੇ ਕਿੱਥੇ ਬੈਡਾਂ ਤੇ, ਹੈ ਨਾ? ਹੱਕ ਤਾਂ ਬਾਲਾ ਹੈ। ਚਲ ਐਂ ਕਰ, ਇਧਰ ਨੂੰ ਲੋਟ ਜੇ ਹੋ ਕੇ ਪੈ ਜਾ, ਉਰੀ ਪੈ ਜੀ ਵਿਚਾਲੇ ਦੀ। ਮਾ ਵਿਚਾਲੇ ਤੋਂ ਸਾਈਡ ਤੇ ਮੈਨੂੰ ਡਰ ਲੱਗਦਾ।
ਹੋਰ ਹੁਣ ਆਈ ਨੀ ਪਤਾ ਲੱਗ ਇੱਧਰ ਗਿਆ ਕਰ ਹਲਾ ਕਿੰਨਾ ਕੁ ਵੇਲਾ ਹੋਇਆ ਆਈ ਬਸ ਕਰੋ ਬੜਦਾ ਕਰ ਨੀ ਸਵੇਰ ਆਈ ਹੈ ਤੇ ਮੰਮੀ ਦਾ ਕੰਮ ਤਾਂ ਮੰਮੀ ਤੇਰਾ ਖਿਆਲ ਤਾਂ ਜਮੀ ਨਹੀਂ ਹੋਣਾ ਆਈ ਨਹੀਂ ਪਤਾ ਹੁਣ ਜੇ ਪੀ ਆਈ ਨਹੀਂ ਪਤਾ ਪੀ ਕੇ ਆ ਜੇ ਇੱਥੇ ਇੱਧਰ ਉੱਧਰ ਪੈ ਜੇ ਹਨਾ ਕੋਈ ਪਤਾ ਨਹੀਂ ਜੇ ਤਾਂ ਬਾਹਰ ਡੱਕਾ ਹੁੰਦਾ ਨਹੀਂ ਪਤਾ ਮੈਂ ਤਾਂ ਇਕੱਲੀ ਪੈਂਦੀ ਹੈਗੀ ਉਹਦੇ ਫਿਰ ਬਾਹਰ ਹੀ ਪੈ ਜਾਂਦਾ ਤਾਂ ਡਿੱਗ ਪੈਂਦਾ ਫਿਰ ਮੈਂ ਕਿਹੜਾ ਠੋਣੀ ਹੁੰਦੀ ਹੈਗੀ ਉਹਨੂੰ ਇਕੱਲੀ ਪੈ ਰਹਿਣੇ ਬਸ ਤੁਸੀਂ ਇਕੱਲੀ ਪੈ ਜਾਂਦੀ ਹੈ ਹੋਰ ਮੇਰੇ ਨਾਲ ਕੌਣ ਕੋਈ ਉਧਰ ਮੂੰਹ ਕਰਕੇ ਪੈ ਜਾਣਾ ਗਾ ਕੋਈ ਜ਼ਿੰਦਗੀ ਹੈਗੀ ਮੇਰੀ ਫਿਰ ਮੈਨੂੰ ਪਤਾ ਮੈਂ ਜਿਵੇਂ ਦਿਨ ਕੱਟਦੀ ਹੈ ਰਾਤ ਕਿਵੇਂ ਵੀ ਸੀਗਾ ਕੱਲ ਰਾਤ ਤੂੰ ਇੱਥੇ ਪੈ ਗਿਆ ਆਈ ਜੇ ਲੱਗਿਆ ਮਨ ਨੂੰ ਮੇਰਾ ਸਕੂਨ ਜਿਹਾ ਮਿਲਿਆ ਵੀ ਹਾਂ ਮੈਨੂੰ ਨੀਂਦ ਆ ਲੱਗਦੀ ਆ ਵੀ ਕੋਈ ਤਾਂ ਮੇਰੇ ਕੋਲੇ ਪਿਆ ਗਾ ਇਹਦਾ ਫਰਕ ਹੁੰਦਾ ਜੀ ਜੋ ਆਪਣਾਪਣ ਜਿਹਾ ਲੱਗਣ ਲੱਗ ਜੇ ਤਾਂ ਉਹ ਤਾਂ ਦੂਰੋਂ ਦੇਖਣ ਦੇਖਣ ਨੂੰ ਤੁਸੀਂ ਖੁਸ਼ ਜੇ ਲੱਗਦੇ ਹੋ ਵੀ ਤੂੰ ਖੁਸ਼ ਆ ਮਾਮਾ ਪੂਰਾ ਵਧੀਆ ਗਾ ਪਰ ਜਦੋਂ ਆਪਾਂ ਅੰਦਰ ਪਰੋਲਦੇ ਆ ਬੰਦੇ ਦਾ ਉਹੀ ਪਤਾ ਲੱਗਦਾ ਵੀ ਕੀ ਦੁੱਖ ਤਕਲੀਫ ਆ ਸੱਚ ਕਿਉਂ ਪੁੱਛਾਂ ਕਿ ਤੂੰ ਮੇਰਾ ਤਾਂ ਜਮਾ ਹੀ ਮਨ ਨਹੀਂ ਲੱਗਾ ਤੇਰੇ ਮਾਮੇ ਨਾਲ ਰਹਿਣ ਨੂੰ ਇੱਕ ਮਿੰਟ ਵੀ ਨਹੀਂ ਜੀ ਕਰਦਾ ਹੈਗਾ ਉਹ ਜਦੋਂ ਕੋਈ ਖੁਸ਼ੀ ਨਹੀਂ ਮਿਲਦੀ ਬੰਦਾ ਤੜਫਦੀ ਰਹੇ ਚਾਰੇ ਪਾਸਿਓਂ ਫਿਰ ਰਹਿ ਕੇ ਵੀ ਕੀ ਕਰਨਾ ਇਹ ਜਿਹੇ ਇਨਸਾਨ ਨਾਲ ਕਹਿਤਾ ਮੈਂ ਤਾਂ ਤੇਰੇ ਮਾਮੇ ਨੂੰ ਮੈਂ ਕਿਹਾ ਜੇ ਕੀਪੂ ਇੱਥੇ ਰਹੂਗਾ ਤਾਂ ਰਹੂੰਗੀ ਮੈਂ ਕਿਹਾ ਮੈਂ ਨਹੀਂ ਮੈਂ ਕਿਹਾ ਜੇ ਕੀਪੂ ਨੂੰ ਤੂੰ ਮੁੜ ਕੇ ਕਿਹਾ ਨਾ ਵੀ ਘਰੋਂ ਵਗ ਜਾ ਮੈਂ ਕਿਹਾ ਦੇਖ ਲਈ ਮੈਂ ਵੀ ਘਰੋਂ ਵਗ ਦੂੰਗੀ ਅੱਛਾ ਕਹਿੰਦਾ ਚੰਗਾ ਮੈਂ ਕਹਿੰਦਾ ਨੀ ਕਹਿੰਦਾ ਕਹਿੰਦਾ ਉਹ ਤਾਂ ਪਰ ਮਾਮਾ ਜਾਂ ਥੋੜਾ ਜਿਹਾ ਉਹੀ ਕਰਨ ਲੱਗ ਜਾਂਦਾ ਹੋਰ ਹੁਣ ਜਿੱਦਾਂ ਤੂੰ ਆਇਆ ਨਾ ਮੇਰਾ ਜੀ ਲੱਗ ਜਾਂਦਾ ਗਾ ਵਧੀਆ ਜੀ ਕਰਦਾ ਜ਼ਿੰਦਗੀ ਜਿਉਣ ਨੂੰ ਵੀ ਮੇਰਾ ਜਦੋਂ ਹਾਣ ਪਰਵਾਨ ਗੱਲਾਂ ਕਰਨ ਲਾ ਮੈਂ ਤੁਹਾਨੂੰ ਸਮਝਦਾ ਤੁਹਾਡੇ ਦੁੱਖ ਫਰੋਲਾਂਗਾ ਕਿਵੇਂ ਪੁੱਛਦਾ ਹਨਾ ਤੂੰ ਵੀ ਮੰਮੀ ਤੈਨੂੰ ਕੋਈ ਦੁੱਖ ਤਾਂ ਨਹੀਂ ਹੈਗਾ ਵੀ ਤੂੰ ਆਈ ਉਦਾਸ ਕਿਉਂ ਰਹਿੰਦੀ ਹੈਗੀ ਤੂੰ ਖੁਸ਼ ਕਿਉਂ ਰਹਿੰਦੀ ਕਿਵੇਂ ਪੁੱਛਦਾ ਕਿੱਥੇ ਹਨਾ ਮੇਰੇ ਘਰ ਵਾਲਾ ਹੋ ਕੇ ਉਹਨੂੰ ਇਹ ਚੀਜ਼ਾਂ ਦੀ ਕਦਰ ਹੀ ਨਹੀਂ ਹੈਗੀ ਪੁੱਛਦੀ ਨੀ ਉਹਨੂੰ ਤਾਂ ਬਸ ਚੁੱਪ ਕਰਕੇ ਸੌਂ ਜਾਣਾ ਗਾ ਬਸ ਹੁਣ ਤੇ ਇੱਕ ਪਤਾ ਕੀ ਮਿਲ ਰਿਹਾ ਵੀ ਕੰਮ ਵਾਲੀ ਮਸ਼ੀਨ ਸਮਝ ਰੱਖਿਆ ਵੀ ਮੇਰਾ ਘਰ ਸਾਂਭ ਲੈਂਦੀ ਆ ਮੇਰੇ ਕੱਪੜੇ ਧੋਤੇ ਵੀ ਬਣੀ ਪਈ ਆ ਹਾਂ ਵੀ ਸਮਾਜ ਦੇ ਤੌਰ ਤੇ ਵੀ ਮੇਰੀ ਘਰ ਵਾਲੀ ਹੈਗੀ ਆ ਵੀ ਮੈਂ ਵਿਆਹ ਹੈ ਬਸ ਪਿੰਡ 'ਚ ਠੁੱਕ ਬਣਾ ਰੱਖੀ ਆ ਵੀ ਕੱਚੀ ਕਹਿ ਲਿਆਤੀ ਆ ਮੈਂ ਤਾਂ ਛੋਟੀ ਉਮਰ ਦੀ ਕਹਿੰਦੇ ਸੀਗੇ ਇਹਦਾ ਵਿਆਹ ਨਹੀਂ ਹੋਣਾ ਬਸ ਇਸੇ ਚਾਅ 'ਚ ਹੀ ਭੱਜਿਆ ਫਿਰਦਾ ਤੇਰਾ ਦੁੱਖ ਤਾਂ ਉਹਨੂੰ ਨਜ਼ਰ ਨਹੀਂ ਆਉਂਦਾ ਵੀ ਤੂੰ ਕਿਵੇਂ ਇਕੱਲੀ ਤੜਫਦੀ ਰਹਿਣੀ ਆ ਉਹ ਨੀ ਜਿੰਦਾ ਮੇਰੀ ਜਵਾਨੀ ਨੀ ਦੀਦੀ ਵੀ ਕਿਵੇਂ ਤੜਫਦੀ ਆ ਮੇਰੀ ਜਵਾਨੀ ਮੈਂ ਕੀ ਭਾਲਦੀ ਹੈਗੀ ਕਿ ਮੇਰਾ ਮਨ ਕਹਿੰਦਾ ਹੈਗਾ ਕਰ ਨਾ ਉਧਰ ਦਾ ਧਿਆਨ ਹੀ ਨਹੀਂ ਆਉਂਦਾ ਉਹ ਧਿਆਨ ਤਾਂ ਫੇਰ ਹੋਊਗਾ ਜੇ ਆਪ ਨੂੰ ਚਾਸੂ ਜੇ ਆਪ ਚ ਕੁਛ ਹੋਵੇ ਜੋ ਬੰਦਾ ਆਪ ਹੀ ਬੀਤਿਆ ਪਿਆ ਗਾ ਚੱਲ ਕੋਈ ਨੀ ਉਹਦਾ ਕੀ ਪਤਾ ਕਦੋਂ ਆਊਗਾ ਤਾਂ ਮੈਂ ਕਰ ਆਪ ਪੈਣੀ ਆ ਕਿ ਪੈ ਜਾ ਆਪੇ ਆ ਕੇ ਪੈ ਜਾਊਗਾ ਪੌਜ ਕਰੀ ਬੱਤੇ ਇੱਥੇ ਤਾਂ ਬਾਹਲੀ ਵਧੀਆ ਨੀਂਦ ਪੈ ਜਾ ਸਮਝ ਆ ਚੁੱਪ ਕਰਕੇ ਆਪੇ ਆ ਕੇ ਪੈ ਜੂਗਾ ਉਹਦਾ ਤਦੇ ਰੌਲਾ ਨਾ ਪਾਉਣ ਲੱਗ ਜੇ ਚੁੱਪ ਕਰਕੇ ਪੈ ਜਾ ਕਿਧਰੇ ਨਹੀਂ ਪਾਉਂਦਾ ਉਹ ਮੈਨੂੰ ਹਾਲੇ ਦਾ ਅੱਜ ਫੇਰ ਉੱਠੀ ਪਿਆ ਵਿਚਾਲੀ ਪਿਆ ਜਮਾਨ ਇਹਦਾ ਕੀ ਕਰੀਏ ਕਹਿ ਕੇ ਭੈਣ ਨੂੰ ਫਸ ਗਏ ਵੀ ਇੱਥੇ ਰੱਖ ਲੂੰਗਾ ਮੇਰੇ ਭਾਣ ਜੀ ਨੂੰ
ਆ ਪਏ ਸੁੱਤੇ ਮੋਜ ਨੂੰ। ਆ ਗਿਆ ਹੋ ਗਿਆ ਟਾਈਮ ਆਉਣ ਦਾ, ਟਾਈਮ ਤਾਂ ਹੁਣ ਆਉਣਾ ਹੀ ਸੀ ਘਰੇ ਦਾ, ਹੁਣ ਨਾ ਆਉਂਦਾ ਉਹ ਅੱਗੇ ਵੀ ਤੇ ਇਹੋ ਜਿਹੇ ਬੜੀ ਆਉਣਾ ਗਾ, ਅੱਗੇ ਕਿਹੜਾ ਤੂੰ ਟਾਈਮ ਨਾਲ ਆ ਕੇ ਪੈ ਜਾਣਾ। ਮੈਂ ਤਾਂ ਉਹੀ ਕਹਿੰਦੀ ਹੈਗੀ ਵੀ ਹੋ ਗਿਆ ਟਾਈਮ ਘਰੇ ਆਉਣ ਦਾ, ਟਾਈਮ ਤਾਂ ਹੁਣ ਹੋ ਹੀ ਗਿਆ। ਚੱਲ ਕੋਈ ਗੱਲ ਨੀ, ਐ ਕਰ ਪੈ ਜਾ ਉਧਰਲੇ ਪਾਸੇ। ਦੇਖਿਆ ਥਾਲ ਲਾਇਆ ਮੈਨੂੰ ਆਏ ਨੂੰ, ਕਾਹਦਾ ਥਾਲ? ਕੋਈ ਰੋਟੀ ਨੀ ਪੁੱਛਿਆ, ਟੁੱਕ ਨੀ ਪੁੱਛਿਆ। ਉਹ ਤੇਰੀ ਮੱਤ ਮਾਰੀ ਗਈ, ਰੋਟੀਆਂ ਤੂੰ 5 ਵਜੇ ਖਾ ਕੇ ਗਿਆ ਵਾ ਘਰੋਂ, ਅੱਗੇ ਕਿਹੜਾ ਦੁਬਾਰੇ ਆ ਕੇ ਖਾਣਾ ਉਹਨਾਂ ਰੋਟੀ। ਚੱਲ ਕੋਈ ਗੱਲ ਨੀ, ਮੈਂ ਤਾਂ ਭੁੱਖਾ ਪੈ ਜੂੰਗਾ। ਲੈ ਕਹਿੰਦਾ ਭੁੱਖਾ ਪੈ ਜੂੰਗਾ, ਭੁੱਖਾ ਤਾਂ ਦਵਾਂਗਾ, ਰੋਟੀਆਂ ਖਾ ਕੇ ਤਾਂ ਗਿਆ। ਉਸ ਤੋਂ ਬਾਅਦ ਮੈਂ ਤੇ ਕੀਪੂ ਨੇ ਰੋਟੀ ਖਾਧੀ ਹੈਗੀ। ਉਹ ਕੀਪੂ ਬਾਰ ਘੁੰਮਿਆ ਬੀਬੀ ਦੀ ਸੌ ਗੱਲ ਬਾਤ ਹੁੰਦੀ ਆ। ਚੁੱਪ ਕਰ ਜਾ, ਕੀ ਗੱਲਾਂ ਕਰਨੀਆਂ ਰਾਤ ਨੂੰ, ਤੂੰ ਚੁੱਪ ਕਰਕੇ ਪੈਣਾ ਹੀ ਹੁੰਦਾ ਢੱਕ ਯਾਰ। ਪੈਣਾ ਕਿਉਂ, ਸੌ ਗੱਲਾਂ ਕਰਦੇ ਆ ਬੰਦਾ ਪਿਆਰ ਦੀਆਂ। ਰਹਿਣ ਤੇ ਰਹਿਣ ਦੇ ਤੂੰ, ਨਾ ਮੇਰਾ ਮੂੰਹ ਖਲਾ, ਉਧਰਲੇ ਪਾਸੇ ਪੈ ਜਾ ਚੁੱਪ ਕਰਕੇ। ਐ ਜਿਵੇਂ ਪਾਇਆ ਗੱਲਾਂ ਵੇਖ ਕਰਦੀ, ਤੈਨੂੰ ਦਿੱਕਤ ਕੀ ਆ ਵੀ ਪੈ ਗਿਆ ਜਦੋਂ ਇੱਥੇ ਪੈ ਗਿਆ। ਮੈਂ ਤਾਂ ਭੈਣ ਨੂੰ ਕਹਿ ਕੇ ਫਾਸ ਗਿਆ ਵੀ ਮਹੀਨਾ ਮੈਂ ਰੱਖ ਲੂੰਗਾ ਇੱਥੇ। ਹੁਣ ਮਾਮਾ ਤੈਨੂੰ ਮੇਰੇ ਤੋਂ ਕੀ ਦਿੱਕਤ ਆ? ਇਹਦੇ ਇੱਕ ਤਾਂ ਭਾਣਿਆ ਤੂੰ ਸਿਆਣਾ ਮੈਣਾ, ਤੈਨੂੰ ਗੇਰੇ ਹੀ ਕਹਿਤਾ ਵੀ ਇੱਕ ਅੱਧੀ ਰਾਤ ਆਇਆ ਸੀ ਪਹਿਲੇ ਦਿਨ ਡਰ ਲੱਗਦਾ ਸੀ ਵੀ ਹੁਣ ਰੋਜ਼ ਤਾਂ ਨਹੀਂ ਤੈਨੂੰ ਡਰ ਲੱਗਦਾ, ਇਹਦੇ ਉਧਰਲੇ ਕਮਰੇ ਚ ਬਹਿ ਜਾ, ਚੱਲ ਤੂੰ ਇੱਥੇ ਬਹਿ ਜਾ ਜੀ। ਉਹ ਮਾਮਾ ਯਾਰ ਹੁਣ ਮੈਂ ਇਸ ਚੰਗਾ ਕਮਰਾ ਲੱਗਦਾ ਤੈਨੂੰ? ਉਧਰਲੇ ਕਮਰੇ ਚ ਕਿੱਥੋਂ ਏਸੀ ਚੱਲਦਾ ਹੈਗਾ, ਇੱਥੇ ਆਪਾਂ ਦਿਨੇ ਇਕੱਠੇ ਪੈ ਜਾਾਂਗੇ। ਆਪਾਂ ਤਾਂ ਕੂਲਰ ਲਾ ਲਾਂਗੇ, ਹੋਰ ਫਿਰ ਕੀ ਆ? ਨਹੀਂ ਨਹੀਂ ਪੈਂਦੀ, ਉਧਰ ਕੂਲਰ ਲਾ ਕੇ ਇਕੱਲਾ ਪੈ ਜਾ ਕੇ, ਮੈਂ ਤਾਂ ਫਿਰ ਉਹੀ ਪਾਉਂਗੀ। ਇਹ ਕੀ ਗੱਲ ਹੋਈ ਸਰ? ਮੈਨੂੰ ਨੀਂਦ ਆਉਂਦੀ ਹੈਗੀ, ਉਧਰਲੇ ਕਮਰਾ ਤਾਂ ਮੈਂ ਤਾਂ ਆਪਦੇ ਬੈਡਾਂ ਤੇ ਹੀ ਪਾਉਂਗੀ, ਇੱਥੇ ਉੱਥੇ ਨੀ ਮੈਂ ਤਾਂ ਪਿਆ ਜਾਂਦਾ ਮੰਜੇ ਤੇ, ਮੇਰੇ ਤਾਂ ਢੂਹੀ ਦੁਖਦੀ ਹੈ ਅਗਲੀ ਵਾਲੀ। ਗੱਲਾਂ ਵੇਖ ਕਰਦੀ ਕੀ ਗੱਲਾਂ ਤੇਰੀ ਸਮਝੀ ਨਹੀਂ ਆਉਂਦੀ, ਕਿਉਂ ਜਿੱਦੇ ਦੀ ਆਈਆਂ ਮੈਂ ਇਸੇ ਬੈਡਾਂ ਤੇ ਇੱਥੇ ਪੈਣੀ ਹੈਗੀ, ਕਦੇ ਪਈਆਂ ਕਿ ਮੈਂ ਬਾਹਰ? ਫਿਰ ਐ ਪੈਣ ਦਾ ਮਜਬੂਰੀ ਚ ਫਿਰ ਪੈਣਾ ਵੀ ਪੈ ਜਾਂਦਾ ਹੁੰਦਾ। ਇਹ ਕਾਹਦੀ ਮਜਬੂਰੀ ਆ? ਪੈ ਗਿਆ ਜਵਾਕ ਆ ਕੇ ਫਿਰ ਕਿਆ, ਹੁਣ ਕਿਉਂ ਇਹਦੇ ਸਾਹਮਣੇ ਸੁਣਾਈ ਨਾ, ਨੀਂਦ ਵੀ ਖਰਾਬ ਕਰਤੀ ਉਹਦੀ ਤੂੰ। ਉਹਦੀ ਨੀਂਦ ਕਾਹਦੀ ਖਰਾਬ ਕਰਤੀ ਵੀ ਉਹਨੂੰ ਕਿਹਾ ਹੈਗਾ ਮਾੜਾ ਮੋਟਾ ਸਮਝ ਜੂ ਵੀ ਤੇ ਫਿਰ ਮਹੀਨਾ ਰਹੂ। ਪਹਿਲੀ ਵਾਰ ਆਇਆ ਸੀ ਯਾਰ, ਆਇਆ ਤਾਂ ਇਹਦੇ ਬਣਜੇ ਫਿਰਦੇ ਨੇ, ਮੈਂ ਗੱਲਾਂ ਬਾਤਾਂ ਕਰੀ ਜਾਓ ਬੈਠੇ ਰਹੋ ਸਾਰੇ ਦਿਨ, ਮੈਂ ਕਿਹੜਾ ਤੁਹਾਨੂੰ ਆਏ ਕਹਿਣਾ ਵੀ ਤੂੰ ਆਪ ਸਿਆਣਾ ਮੈਣਾ, ਤੂੰ ਦੂਜੇ ਕਮਰੇ ਚ ਪੈ ਸਕਦਾ, ਕੂਲਰ ਲਾ ਲਾ। ਇਹ ਤਾਂ ਇੱਥੇ ਪਊਗਾ, ਠੀਕ ਆ ਨਾ? ਤੂੰ ਦੱਸ ਕਿਵੇਂ ਕਰਨਾ ਗਾ ਹੁਣ, ਤੂੰ ਪੈਣਾ ਚੁੱਪ ਕਰਕੇ ਜਾਂ ਹੁਣ ਤੂੰ ਬਾਹਰ ਮੰਜਾ ਡਵਾਉਣਾ ਆਉਂਦਾ, ਐ ਦੱਸ ਦੇ। ਤੇਰੀ ਕਿਵੇਂ ਮਰਜ਼ੀ ਆ? ਮੇਰੀ ਮਰਜ਼ੀ ਤਾਂ ਇਹੀ ਆ, ਤੂੰ ਚੁੱਪ ਕਰਕੇ ਜਿਵੇਂ ਕੱਲ ਪੈ ਸੀ ਰਾਤ ਉੱਥੇ ਨਾ, ਉੱਥੇ ਪੈ ਜਾ ਤੇ ਇਹਨੂੰ ਵੀ ਪੈ ਜਾਣਗੇ। ਅੱਜ ਤਾਂ ਫਿਰ ਐਂ ਕੋਲੇ ਪਿਆ ਗਾ, ਹੁਣ ਤਾਂ ਨਹੀਂ ਡਰ ਲੱਗਦਾ, ਹੁਣ ਇੱਕ ਪਾਸੇ ਪੈ ਸਕਦਾ। ਚੱਲ ਪੈ ਜੇ, ਕੋਈ ਗੱਲ ਨੀ, ਇਹਦੇ ਠੀਕ ਹੋਊਗਾ, ਤੂੰ ਪਏ ਉੱਧਰ ਚੁੱਪ ਕਰਕੇ। ਮਾਮਾ
ਕਿਤੇ ਨਹੀਂ ਮੰਨਦੀ ਫਿਰ ਉਹ ਤੇ ਲੜਨਾ ਪੈਂਦਾ ਜੇ ਮੰਨ ਜਾਂਦੀ ਰੱਖਣੀ ਨੀ ਆਉਂਦੀ ਰੱਖਣੀ ਕਿਉਂ ਨੀ ਆਉਂਦੀ ਮਾਮਾ ਦਾ ਬਥੇਰਾ ਪਿਆਰ ਕਰਦਾ ਇਹਨੂੰ ਇਹ ਨੀ ਸਮਝਦੀ ਹੈਗੀ ਇਹਦੀ ਗਿੱਚੀ ਪਿੱਛੇ ਕਹਿੰਦੇ ਤਾਂ ਹੁੰਦੇ ਆ ਮੈਂ ਬੁੜੀਆਂ ਦੀ ਗਿੱਚੀ ਪਿੱਛੇ ਮੱਤ ਹੁੰਦੀ ਹੈਗੀ ਉਹ ਹੈਗੀ ਇਹ ਹੁਣ ਤੂੰ ਚੁੱਪ ਕਰਕੇ ਸੌਣਾ ਤੇ ਮੰਜਾ ਬਾਹਰ ਢਾਉਣਾ ਆਉਂਦਾ ਆਏ ਮੇਰਾ ਮੰਜਾ ਕੇ ਮਿਟਾ ਦੇਗੀ ਬਾਹਰ ਕਣਕੰਡਾ ਤਾਂ ਮਾਮਾ ਤੇਰੇ ਚ ਨਹੀਂ ਹੈਗਾ ਤੂੰ ਮਾਮੀ ਨੂੰ ਪੁੱਛ ਲੈ ਹੈ ਕਿਉਂ ਨਹੀਂ ਸਾਰਾ ਕੁਛ ਹੈਗਾ ਮੇਰੇ ਕੋਲੇ ਚੰਗਾ ਸੌ ਜਾ ਹੁਣ ਫਿਰ ਚੱਲ ਤੁਸੀਂ ਸੌ ਜਾਓ ਮੈਂ ਤਾਂ ਪੁੱਜੀ ਉਤਾਂ ਨਹੀਂ ਮੈਨੂੰ ਲੱਗਦਾ ਦੋਨਾਂ ਨੂੰ ਨਾ ਮਾਰਨਾ ਪੈ ਜੇ ਜਾਣਾ ਹੋਰ ਕੀ ਆਈ ਯਾਰ ਮਨ ਅਟਕਿਆ ਪਿਆ ਦੇਖ ਅੱਜ ਕੱਲ ਮਾਮਾ ਮਾਮੀ ਦੀਆਂ ਗੱਲਾਂ ਦੇਖ ਲਓ ਇਹ ਇਕੱਠੇ ਪਏ ਆ ਕਿਹੜਾ ਬੰਦਾ ਵਿਆਹ ਹੈਗਾ ਉਹ ਪਿਆ ਪਰੇ ਵਿਚਾਲੇ ਮੋੜਾ ਅੜਕੇ ਪੈ ਗਿਆ ਪ੍ਰਾਹੁਣਾ ਬੜਾ ਸਿਰਪਾ ਜਿਹਾ ਚੱਲ ਪੈ ਜਾ ਭਾਈ ਹੋਰ ਕੀ ਹੈ ਜੇ ਇਹਨੂੰ ਕੁੜਦੇ ਮਾਰਦੇ ਫਿਰ ਵੀ ਔਖਾ ਠੀਕ ਆ ਮਾਮਾ ਹੋਰ ਉਰੇ ਪੈ ਗਿਆ ਬਸ ਉਰੇ ਪੈ ਗਿਆ ਉੱਥੇ ਫਿਰ ਮਾਮੀ ਪਈ ਸੀ ਅੱਛਾ ਜੇ ਮੈਂ ਉੱਥੇ ਪੈ ਜਾਂਦਾ ਫਿਰ ਤੈਨੂੰ ਬੁਰਾ ਲੱਗਦਾ ਗਾ ਵਾਧਾ ਵੀ ਤੂੰ ਕਹਿੰਦਾ ਇੱਥੇ ਪਿਆ ਰਹਿਣਾ ਦਿਨ ਰਾਤ ਤਾਂ ਮੈਂ ਇੱਥੇ ਆ ਕੇ ਪੈ ਗਿਆ ਉਹ ਬੁਰਾ ਨਹੀਂ ਲੱਗਦਾ ਹੋਰ ਮਾਮਾ ਕੀ ਆ ਯਾਰ ਤੂੰ ਐਵੇਂ ਉਹ ਪ੍ਰਾਹੁਣੀ ਨੀ ਫਿਰ ਉਹ ਕਰਦੀ ਵੀ ਚੱਲ ਇੱਧਰਲੇ ਪਾਸੇ ਤੂੰ ਕਹਿ ਚੱਲ ਇੱਧਰ ਸੀ ਭਾਈ ਜੀ ਐ ਨੀ ਮੰਨਦੀ ਉਹ ਡਰ ਲੱਗਦਾ ਮੈਨੂੰ ਵਿਚਾਲੇ ਪਾ ਕੇ ਪੈ ਜਾਂਦੀ ਆ ਉਹ ਕੀ ਹੁੰਦਾ ਗਾ ਤੇ ਹੱਥ ਚ ਮੈਂ ਤਾਂ ਗੱਲਾਂ ਚ ਐਂ ਕਹਿੰਦਾ ਸੀਗਾ ਵਿਆਹ ਨੂੰ ਇੰਨਾ ਚਿਰ ਹੋ ਗਿਆ ਜਵਾਕ ਜਬੂਕ ਹੋਈ ਨੀ ਗਾ ਜਵਾਕ ਤਾਂ ਜੇ ਹੁਣ ਇੱਕ ਤਾਂ ਕੋਲੇ ਪਵੇ ਤਾਂ ਫੇਰ ਹੀ ਯਾਰ ਉਹ ਕਿਤੇ ਕਹਿੰਦੇ ਨਹੀਂ ਤਾਂ ਤਨ ਵੀ ਕਿਹਾ ਗਿਆ ਬਾਹਰ ਪੈ ਜਾ ਕਿਤੇ ਉਹ ਕਹਿੰਦਾ ਫਲਾਨਾ ਹੋ ਗਿਆ ਤੇ ਔਖਾ ਹੋ ਗਿਆ ਉਹ ਕਦੇ ਤਾਂ ਸੋਫੀ ਆਉਂਦੀ ਹੋਏਗਾ ਐ ਥੋੜੀ ਆ ਵੀ ਹੁਣ ਹੋ ਗਿਆ ਬੱਚਾ ਉਹ ਕੋਈ ਚੱਕਰ ਪੈ ਗਿਆ ਅੱਛਾ ਫਿਰ ਐਂ ਤਾਂ ਫਿਰ ਹੁਣ ਵਿਆਹ ਹੋਏ ਨੂੰ ਵੀ ਕਾਫੀ ਟਾਈਮ ਹੋ ਗਿਆ ਹੋ ਤਾਂ ਗਿਆ ਹੁਣ ਤੇ ਫਿਰ ਮਾੜਾ ਮੋਟਾ ਕੋਈ ਚੱਕਰ ਪੈ ਗਿਆ ਉਹ ਫਿਰ ਬੁੜੀਆਂ ਵਾਲੀ ਦਵਾਈ ਦਵੂਈ ਹੁੰਦੀ ਆ ਅੱਛਾ ਦਵਾਉਣੀ ਪਊਗੀ ਹੋਰ ਫਿਰ ਯਾਰ ਸੰਤਾਨ ਤਾਂ ਤੁਸੀਂ ਅੱਗੇ ਵਧਾਓ ਹੋਰ ਮੈਂ ਤਾਂ ਬਥੇਰੇ ਮਾਮਾ ਮੈਂ ਤੈਨੂੰ ਦੱਸਾਂ
ਲੋਕ ਪਿੰਡ 'ਚ ਤਾਂ ਜੇ ਤੇਰੇ ਜਵਾਕ ਨਹੀਂ ਹੋਇਆ ਤੈਨੂੰ ਕਸੂਰਵਾਰ ਠਹਿਰਨਗੇ, ਵੀ ਆਹ ਬੁੜੇ ਜੇ 'ਚ ਕਸੂਰੀ ਹੋਊਗੀ ਤਾਂ ਨਹੀਂ ਇਹਦੇ ਜਵਾਕ ਨੂੰ। ਮੈਂ ਬਾਹਰ ਅੰਦਰ ਫਿਰਦੇ ਹੀ ਲੋਕਾਂ ਦੇ ਰੌਲੇ ਨੂੰ ਮੇੜਦਾ ਸੌ ਕੁਛ ਕਰਦਾ, ਐਵੇਂ ਤੈਨੂੰ ਬੇਸ਼ਰਮੀ ਦੇਣਗੇ ਯਾਰ। ਹੁਣ ਕਿ ਤੇਰੇ 'ਚ ਥੋੜ੍ਹੀ ਖਰਾਬੀ ਖਰੂਬੀ ਆ, ਆਪਣੇ ਤਾਂ ਕੋਈ ਨਹੀਂ ਆ, ਮਾੜੀ ਮੋਟੀ ਤਾਂ ਦਾਰੂ ਵੇਲਾ ਕਰਕੇ ਗਰਮਾਇਸ਼ ਗਰਮੂਸ਼ ਹੋ ਜਾਂਦੀ ਆ। ਨਹੀਂ ਮੈਂ ਕਿਹਾ ਕਈ ਵਾਰ ਉਮਰ ਵੀ ਤੇਰੀ ਵੱਡੀ ਆ ਤਾਂ ਕਈ ਵਾਰ ਕੋਈ ਚੱਕਰ ਨਹੀਂ ਕਮਜ਼ੋਰੀ ਪੈ ਜਾਂਦੀ ਆ। ਨਹੀਂ ਮਾਮਾ ਹਾਸੀ ਮਜ਼ਾਕ ਵਾਲੀ ਗੱਲ ਅਲੱਗ ਰਹੀ, ਮੈਂ ਤੈਨੂੰ ਐਂ ਕਹਿਣਾ ਜੇ ਕੋਈ ਕਮਜ਼ੋਰੀ ਹੋ ਵੀ ਹੈ ਵੀ ਆ ਇਹ ਚੀਜ਼ਾਂ 'ਚ ਕੋਈ ਸੰਗ ਨਹੀਂ ਹੁੰਦੀ। ਪੜਾਕੇ ਪਾ ਦਿੰਦੇ ਹਾਂ, ਹਾਂ ਡਾਕਟਰ ਨੂੰ ਦਿਖਾ ਲੇ ਜੇ ਟਾਈਮ ਸਿਰ ਇਲਾਜ ਹੋਵੇ, ਵਿਗੜਦੀ ਵਿਗੜਦੀ ਗੱਲ ਤਾਂ ਸੰਭਲ ਜਾਂਦੀ ਆ, ਜੇ ਜਮਾਂ ਵਿਗੜ ਜੇ ਫੇਰ ਜਮਾਂ ਔਖਾ ਹੋ ਜਾਂਦਾ। ਫਿਰ ਉਹ ਵਿਗੜੀ ਗਈ, ਹੁਣ ਵਿਚਾਰਾ ਕੀ ਕਰੀਏ। ਹੁਣ ਤੂੰ ਦਵਾਈ ਦਵੂਈ ਚੰਗੀ ਲੈ ਕੇ ਕੋਈ ਕਰ ਲਾ ਜਵਾਕ, ਇਹਨੂੰ ਦਵਾਈ ਦਵੂਈ ਦਵਾਉਣਾ ਕੋਈ, ਆਪ ਤੂੰ ਆਪ ਦਾ ਵੀ ਦੇਖ ਲਾ ਮਾੜਾ ਮੋਟਾ। ਮੇਰੇ ਮਨੀ ਦਾ ਕੋਈ ਕਮੀ ਨਹੀਂ ਡਾਕਟਰ ਕਹਿੰਦਾ। ਅੱਛਾ ਤੇ ਬਸ ਆਹੀ ਆ ਜਵਾਕ ਨਾ ਹੋਇਆ ਤੁਸੀਂ ਦੋ ਡੋਟਰੂ ਰਹਿ ਜਾਓਗੇ, ਆ ਝੋਟੇ ਦੇ ਸਰ ਵਰਗੇ ਜਿਹੜੇ 45 ਕਿੱਲੇ ਆ ਇਹ ਤਾਂ ਇੱਥੇ ਰਹਿ ਜਾਣਗੇ, ਜਾਂ ਫਿਰ ਤੁਸੀਂ ਗੋਦਗਾਬ ਦੇਖ ਲਓ ਕੋਈ ਜੇ ਨਹੀਂ ਉਹ ਹੁੰਦਾ। ਨਾ ਨਾ ਜੁਗਾੜ ਦੇ ਤਾਂ ਕੋਈ ਲੋੜ ਹੀ ਨਹੀਂ ਪੈਂਦੀ, ਗੋਦਗਾਬ ਦੇਖ ਲਓ ਜੇ ਗੋਦਾ। ਨਾ 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 ਗੋਲ ਪਾਈਏ ਪਹਿਲਾਂ, ਬਸ ਬੱਚਾ ਕੋਈ ਕੁਦਰਤ ਹੋ ਗਿਆ, ਆਪਾਂ ਤਾਂ ਵਧੇਰਾ ਉਹ ਕਰਦੇ ਹੁਣ ਰੱਬ ਦੀ ਮਿਹਰ ਵੀ ਤੋਂ, ਰੱਬ ਤਾਂ ਸੁਣੂਗੀ ਬਸ ਆਪ ਵੀ ਥੋੜ੍ਹਾ ਜਿਹਾ ਉਹ ਕਰ ਲਏ। ਬਸ ਪਹਿਲਾਂ ਮੈਂ ਦਾਰੂ ਪਹਿਲਾਂ ਬਾਹਲਾ ਪੀ ਪੂ ਜਾਂਦਾ ਸੀ, ਹੋਰ ਐਂ ਤਾਂ ਹੁਣ ਮਾਮਾ ਛੱਡ ਰੱਖੀ ਆ, ਪਿੰਡ 'ਚ ਹੀ ਔਖਾ ਹੋ ਜਾਂਦਾ ਯਾਰ। ਨਾ ਮੈਂ ਦਾਰੂ ਦੂਰੂ ਛੱਡ ਰੱਖੀ ਆ, ਹੁਣ ਤਾਂ ਮੈਂ ਕੋਲ ਹੀ ਉੱਥੇ ਹੁੰਦਾ ਹੈਗਾ, ਚੌੜ ਫੌੜ ਕਰੀ ਦੀ ਆ ਬਸ ਟਾਈਮ ਪਾਸ ਹੋ ਜਾਂਦਾ ਵਾ। ਐਵੇਂ ਲਾਦਾ ਪਿੰਡ ਦੇ ਲੋਕ ਜਿਉਣ ਨਹੀਂ ਦਿੰਦੇ। ਨਾ ਨਾ ਹਜੇ ਤਾਂ ਆਪਣੇ ਇੱਧਰ ਕੋਈ ਜਗਾਟ ਹੋ ਤਾਂ ਫੇਰ ਹੀ ਆਪਾਂ ਉਹ ਕਰਾਂਗੇ, ਆਪਾਂ ਤਾਂ ਖੰਭ ਮਾਰਦੇ ਹਾਂ। ਐਵੇਂ ਤਾਂ ਮੈਨੂੰ ਪਤਾ ਤੇਰਾ ਮੁੱਛ ਕੁੰਡੀ ਰੱਖਦਾ ਤੂੰ, ਮੁੱਛ ਕੁੰਡੀ ਵੀ ਫਿਰ ਜੇ ਆਹੋ ਤਾਂ ਰੋਬੂ ਬੰਦੇ 'ਚ ਫੇਰ ਹੀ, ਦੂਜਾ ਬੰਦਾ ਤਾਂ ਰੱਖ ਨਹੀਂ ਸਕਦਾ, ਰੱਜ ਕੇ ਖੁਰਾਕ ਰੂਪ ਖਾਇਆ ਕਰ ਝੋਟੇ ਵਰਗੀ। ਹਾਂ ਖੁਰਾਕ ਰੂਪ ਵਾਧੂ ਆਪਣੇ, ਆਪਣੇ ਕੋਲ ਕਿਹੜਾ ਪਾਸੇ ਦਾ ਤੋੜਾ, ਵਾਧੂ ਕੁਛ ਹੈ ਰੱਬ ਦਾ ਦਿੱਤਾ। ਚੱਲ ਹੋ ਜੂ ਜਿਹੋ ਜਿਹਾ ਰੱਬ ਨੇ ਜਦੋਂ ਦੇਣਾ ਹੋਇਆ ਜਵਾਕ। ਹਾਂ ਪਹਿਲਾਂ ਨਹੀਂ ਹੋ ਹੀ ਜਾਂਦਾ ਜਿੰਦਾ ਕੱਢਾ ਹੋ ਜਾਂਦਾ, ਕੋਸ਼ਿਸ਼ ਕਰਨਾ ਆਪਦੀ ਫਰਜ਼ ਆ। ਤੂੰ ਤਾਂ ਆਇਆ ਨਹੀਂ ਜਿੰਦ, ਉਹ 5-6 ਸਾਲ ਦਾ ਹੋ ਜਾਣਾ। ਚੱਲ ਮਾਮਾ ਹੋ ਜੂਗਾ, ਮੈਂ ਸੌਂ ਜਾ, ਹੋਰ ਸੌਂ ਜਾ ਮੈਂ, ਚੱਲ ਜੇ ਨੀਂਦ ਆਉਂਦੀ ਬਾਈ ਜਾ ਤੂੰ, ਮਾਮੀ ਇਕੱਲੀ ਬੈਠੀ ਹੋਊਗੀ, ਗੱਲਾਂ ਗੁੱਲਾਂ ਕਰ ਲਓ ਤੁਸੀਂ। ਕੋਈ ਇਸ ਤਾਂ ਗੱਲਾਂ ਹੀ ਕਰੀ ਲੈ, ਕਹਿੰਦਾ ਮੈਂ ਤਾਂ ਖੰਭ ਮਾਰਦਾਗਾ ਵੀ ਮਾਮੀ ਝੂਠ ਬੋਲਦੀ ਆ, ਕਹਿੰਦੀ ਕੰਡ 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 ਕੰਡਾ ਤਾਂ ਤੇਰੇ ਮਾਮੇ 'ਚ ਨਹੀਂ, ਕੀ ਕਹਿੰਦੇ ਹੁੰਦੇ ਆ ਉਹ। ਹੁਣ ਮਾਮਾ ਅੱਛਾ ਮੈਨੂੰ ਪਤਾ ਹੀ ਨਹੀਂ ਗਾ ਤੇਰੀ ਉਮਰ ਹੋ ਰਹੀ ਆ, ਸ਼ਰਾਬ ਨੇ ਤੂੰ ਖਾ ਰੱਖਿਆਗਾ ਵੀ ਹੁਣ ਜੇ ਤੇਰੇ 'ਚ ਸਾਰਾ ਕੁਛ ਮੁੱਕਿਆ ਪਿਆ ਦਾਣਾ ਪਾਣੀ, ਦੋਸ਼ ਤੂੰ ਮਾਮੀ ਨੂੰ ਲੈ, ਕਹਿੰਦਾ ਡਾਕਟਰ ਕੋਲੇ ਲਿਜਾਊਂਗਾ ਵੀ ਤੂੰ ਮਾਮੀ ਨੂੰ ਡਾਕਟਰ ਕੋਲੇ ਕੀ ਲਿਆਏਂਗਾ, ਤੂੰ ਆਪ ਦੇਖ ਕੋਈ ਚੱਜ ਦੀ ਦਵਾਈ ਲੈ ਲਾ, ਮਾਮੀ ਨੂੰ ਦੋਸ਼ ਦੇਈ ਜਾਂਦਾ ਗਾ।
ਬਸ ਉਹ ਵੀ ਮਾਮੇ ਦੀ ਗੱਲ ਸਹੀ ਸੀ ਵੀ ਲੋਕਾਂ ਸਾਹਮਣੇ ਤਾਂ ਇਹ ਸੱਚਾ ਬਣਦਾ ਵੀ ਮੈਂ ਕਿੰਨਾ ਕੁ ਪਿਆਰ ਕਰਦਾਂਗਾ ਕੀ ਕਰਦਾਂਗਾ, ਬਸ ਅੰਦਰੋਂ ਮਾਮੀ ਜਾਣਦੀ ਆ ਮੈਂ ਵੀ ਜਾਣ ਗਿਆ ਹੁਣ ਮਾਮੇ ਬਾਰੇ ਵੀ ਗੱਲਾਂ ਵਾਲੀਆਂ ਮਾਮਾ ਕੁਛ ਹੁੰਦਾ ਹੁੰਦਾ ਹੈ ਨਹੀਂ ਗਾ। ਚਲ ਯਾਰ ਮਾਮੀ ਤੰਗ ਹੋਈ ਜਾਂਦੀ ਆ, ਵਧੀਆ ਸੁਣ ਲੈ ਰੱਬ ਇਹਨਾਂ ਦੀ। ਯਾਰ ਕੰਮ ਹੋ ਗਿਆ ਖਰਾਬ, ਭਾਣ ਜਾ ਸੱਦਿਆ ਤਾਂ ਇਹ ਸੀ ਚੱਲ ਵੀ ਰਹੇ ਭੂਆ, ਇਹ ਤਾਂ ਭੈਣ ਦੇ ਨਹੀਂ ਭਾਣ ਜੇ ਨੇ ਗੱਲਾਂ ਕਰੀ ਜਾਂਦੀ ਆ ਵਿਚਾਲੇ ਉਹਨੂੰ ਪਾ ਲੈਂਦੇ ਪਾਸੇ ਤੇ ਸ਼ਰਟ ਤੇ ਮੈਨੂੰ ਅੱਖੂ ਇੱਧਰ ਪੈ ਜਾ ਚਾਹੇ ਬਾਹਰ ਪੈ ਜਾ, ਕੰਮ ਖਰਾਬ ਹੋ ਗਿਆ ਪਾਣੀ ਟੱਪੀ ਜਾਂਦਾ ਪੁਲਾਂ ਦੇ ਉੱਤੋਂ ਦੀ ਵੀ, ਕਹਿੰਦੇ ਹੁੰਦੇ ਕਿ ਮੈਂ ਭਾਖੜਾ ਦਾ ਪਾਣੀ ਉਹਦੇ ਉੱਤੋਂ ਹੀ ਨਹੀਂ ਟੱਪ ਗਿਆ ਪੁਲ ਤੇ ਉਹ ਕੰਮ ਹੋ ਗਿਆ, ਤਾਂਹੀਓ ਮੈਨੂੰ ਐਂ ਜਗਰੀ ਜਾਂਦੀ ਤਲਾਕ ਦੇ ਤੂੰ ਫਲਾਨਾ ਕਰ ਦੂੰ ਤੇ ਉੱਕਾ ਕਰ ਦੂੰ ਕਿਸੇ ਇਹਦੇ ਨਾਲ ਹੀ ਨਾ ਉੱਡ ਅੱਡ ਜੇ ਬੜਾ ਉਹ ਐਂ ਕਰਕੇ ਹੁਣ ਜਵਾਕ ਜੀ ਨੂੰ ਭੇਜੀਏ, ਇਹ ਤਾਂ ਚੋਰ ਨੂੰ ਆਪਾਂ ਬਾਹਰ ਦੀ ਵਾਰੀ ਭੇਜਦੇ ਯਾਰ, ਇਹਨੂੰ ਪਤਾ ਹੀ ਨਾ ਲੱਗਣ ਦੇ, ਇਹਨੂੰ ਉਦੋਂ ਪਤਾ ਲੱਗੂ ਕਿਦੋਂ ਅੰਦਰੋਂ ਅੰਦਰੋਂ ਨਿਕਲੀ ਅਤੇ ਫਿਰ ਪਤਾ ਲੱਗੂ ਵੀ ਕਿੱਧਰ ਗਿਆ, ਕਹਿੰਦੂ ਆ ਕੀ ਪਤਾ ਕਿੱਧਰ ਗਿਆ ਗਾ, ਮੈਨੂੰ ਕੀ ਦੱਸ ਕੇ ਗਿਆ ਗਾ ਉਹ ਤਾਂ ਮੂੰਹ ਜੋੜ ਜੋੜ ਗੱਲਾਂ ਕਰਦੇ ਆ, ਇਸੇ ਤਾਂ ਨਾਲ ਹੀ ਮੂੰਹ ਨਾਲ ਮੂੰਹ ਜੋੜ ਕੇ ਪੈ ਜਾਂਦੀ ਆ ਬਸ ਬਸ, ਮੇਰਾ ਤਾਂ ਯਾਰ ਕੋਈ ਵੀ ਇੱਥੇ ਉਹ ਨਹੀਂ ਰਹਿ ਜਾਣਾ, ਕਿੱਦਾਂ ਦਾ ਜਮਾਂ ਬੁਲਾਉਣ ਵੀ ਹਟ ਗਈ, ਅੱਗੇ ਪਿਆਰ ਪੂਰ ਕਰ ਲਾਂਦੇ ਰਾਤ ਰੂਤ ਨੂੰ, ਹੁਣ ਜਮੀ ਉਹ ਹੋ ਗਈ ਆਖੋ ਜਾਂ ਐਂ ਹੋ ਜਾ ਫਲਾਨਾ ਹੋ ਜਾ ਵਾਹ ਹੋ ਜਾ, ਬਸ ਇਸੇ ਨਾ ਪਣ ਉਰੇ ਆ ਜਾ ਦੁੱਧ ਉਰੇ ਆ ਜਾ ਪਣ ਜਾ ਉਰੇ ਆ ਜਾ, ਇਹਦੇ ਨਹੀਂ ਮੂੰਹ ਪਾਉਂਦੀ ਜਾਂਦੀ ਆ ਯਾਰ, ਮੈਨੂੰ ਲੱਗਦਾ ਮੈਨੂੰ ਕਿਤੇ ਧੋਖਾ ਨਾ ਦੇ ਜੇ ਮੇਰਾ ਘਰ ਪੱਟਿਆ ਜਾਊ ਜਮੀ, ਆਪਾਂ ਇਸੇ ਨੂੰ ਤੋੜਦਾ ਨਾ ਆਪਾਂ ਤਾਂ ਇਹਦੇ ਸੱਕ ਹੋ ਗਿਆ ਭਰਾ ਪੂਰਾ, ਮੈਂ ਤਾਂ ਇਹਦੇ ਨਾਲ ਗੱਲਬਾਤ ਕਰ ਲਈ ਚੋਰ ਮਸ਼ਪੋਰ, ਬਸ ਇੱਕ ਮੈਂ ਘਰੋਂ ਨਹੀਂ ਜਾਂਦਾ ਗਾ, ਜਿੱਦੇ ਮੈਂ ਘਰੋਂ ਆ ਗਿਆ ਬਸ ਉਹਦੀ ਮਿੰਨਤ ਤੇ ਆਉਂਦੀ, ਬੜਾ ਕੰਮ ਖਰਾਬ ਹੋਇਆ, ਇਹ ਤਾਂ ਸਾਬਣ ਨਹੀਂ ਤਿਲਕਦੀ ਹੁੰਦੀ ਐ ਤਿਲਕ ਗਈ, ਹੁਣ ਤਾਂ ਬੁਰਾ ਹਾਲ ਹੋ ਗਿਆ ਆਪਣਾ, ਹੁਣ ਤਾਂ ਦਾਰੂ ਛੱਡਤੀ ਸੀ ਹੁਣ ਗੱਲਾਂ ਦਾ ਟਾਈਮ ਆਇਆ ਸੀਗਾ ਹੁਣ ਇਹ ਆ ਗਿਆ ਸਜਰਾ, ਸੱਦਿਆ ਤਾਂ ਹੀ ਸੀ ਮੈਂ ਚੱਲ ਆ ਜੂ ਪੰਜ ਸੱਤ ਦਿਨ ਕੀ ਪਤਾ ਵੀ ਸੋਹਣਾ ਦੇ ਕੇ ਡੁੱਲ ਗਈ, ਬਸ ਕੰਮ ਖਰਾਬ ਹੋ ਗਿਆ ਇਹਨੂੰ ਤੋਰ ਗਏ ਜਵਾਕ ਜੀ ਇਹਨੂੰ ਯਾਰ ਬਾਹਰ ਦੀ ਵਾਰ। ਕਿਟ ਜੀ ਚੱਕ ਬਾਹਰ ਦੀ ਵਾਰ ਭੇਜ, ਆ ਮਾਮਾ ਜੀ ਕਿੱਟ ਕਿਵੇਂ ਲਈ ਆਉਂਦਾ ਮੇਰੇ ਜੀ, ਉਹ ਕਿਵੇਂ ਬਣਿਆ ਮੈਂ ਤਾਂ ਠੀਕ ਆ ਮਾਮਾ, ਹਾਂ ਕਿੱਟ ਜੀ ਮੇਰੀ ਕਿਵੇਂ ਚੱਕੀ ਆਉਣਾ, ਬਸ ਮੈਂ ਜਿਨ ਕਿਵੇਂ ਦੱਸਾਂ ਕੋਈ ਲੱਛਣ ਖਰਾਬ ਲੱਗਦੇ ਆ ਕੰਮ ਗਲਤ ਨਾ ਹੋ ਜਾਵੇ ਕੋਈ, ਕੀ ਕਹੀ ਆ ਨਾ ਯਾਰ ਬਜ਼ਾਰ ਤਾਈਆਂ ਪਾਈ ਜਾਂਦਾ ਮਾਮਾ ਕੰਮ ਕੀ ਗਲਤ ਹੋਈਆਂ, ਮੈਂ ਤਾਂ ਐਂ ਕਹਿੰਦਾ ਵੀ ਤੂੰ ਜੇ ਬਾਗ ਜਾਏ ਤਾਂ ਮੇਰਾ ਘਰ ਵਸਦਿਆਂ 'ਚ ਰਹਿ ਜੂ, ਲੈ ਹੁਣ ਮੈਂ ਤੇਰਾ ਘਰ ਉਜਾੜਨ ਲੱਗ ਰਿਹਾ ਯਾਰ ਮਾਮਾ, ਕਹਿ ਜਿਹੀਆਂ ਗੱਲਾਂ ਕਰਦਾ ਤੈਨੂੰ ਨੀ ਮੈਂ ਕਹਿੰਦਾ, ਉਹ ਹੈ ਨੀ ਕੁਛ, ਉਹਨੇ ਮੈਨੂੰ ਪਹਿਲਾਂ ਵੀ ਪੁੱਛਿਆ
ਵੀ ਮੁੰਡਾ ਕਿੱਡਾ ਕੁ ਸੋਹਣਾ ਕਿਵੇਂ ਆ ਗੱਡੀ ਕੁ ਉਮਰ ਦਾ, ਫਿਰ ਤਾਂ ਵਧੀਆ ਗਾ, ਇੱਥੇ ਰੱਖ ਲਾਂਗੇ ਆਪਾਂ। ਉਹ ਤਾਂ ਫਿਰ ਮੂੰਹ ਪਿਆਰ ਨਾਲ ਕਹਿੰਦਾ ਹੁੰਦਾ ਬੰਦਾ, ਰਿਸ਼ਤੇਦਾਰ ਕਹਿ ਨਹੀਂ ਹੁੰਦੇ ਆ। ਇਹ ਤਲਾਕ ਦੇਣ ਨੂੰ ਫਿਰਦੀ ਸੀ ਮੈਨੂੰ, ਕੀ ਯਾਰ ਕਿਤੇ ਹੋਰ ਸਿਆਪਾ ਸੇੜ ਦੇ। ਉਹ ਯਾਰ ਮਾਮਾ ਕਿੱਥੋਂ ਦੀਆਂ ਗੱਲਾਂ ਕਿੱਥੇ ਲਿਆਉਣਾ ਯਾਰ ਤੂੰ, ਕਿੱਥੋਂ ਦੀਆਂ ਮੈਂ ਯਾਰ ਕਿੱਥੇ ਲਿਆਉਣਾ ਮੈਨੂੰ, ਕੀ ਸੋਚੀ ਜਾਂਦਾ ਤੂੰ ਆਪਦੇ ਮਨ ਚ? ਮੈਨੂੰ ਐ ਡਰ ਗਿਆ ਮੇਰਾ ਘਰ ਨਾ ਪੱਟਿਆ ਜਾਵੇ ਬਾਹਦਾ ਰਾਹ। ਉਹ ਐ ਕਿਉਂ, ਕੌਣ ਪੱਟੂ ਤੇਰਾ ਘਰ? ਉਹ ਜਨਾਨੀ ਦਾ ਕੀ ਇੰਨਾ ਮੰਗ ਲੱਗਣਾ, ਮੈਂ ਤੈਨੂੰ ਤਾਂ ਲੈ ਕੇ ਚੱਲੋ ਹੁਣ। ਨਾ ਨਾ ਹਜੇ ਫਿਰ ਤੈਨੂੰ ਮੇਰੇ ਤੇ ਭਰੋਸਾ ਨਹੀਂ ਹੈਗਾ? ਤੇਰੇ ਤੇ ਤਾਂ ਹੈਗਾ। ਤੇ ਬਸ ਫਿਰ ਐਂ ਗੇੜਾ ਫੇਰ ਮਾਰ ਜੀ, ਮੈਂ ਤੈਨੂੰ ਐਂ ਕਹਿੰਦਾ ਗੇੜਾ ਨਹੀਂ ਹੁਣ ਯਾਰ, ਮੈਂ ਕਿਹੜੇ ਪਾਸੇ ਆ ਹੁਣ ਨਾਲ ਮੈਂ ਜੁਆਇਨ ਕਰ ਕਰੀ ਬੈਠਾਂਗਾ ਆਪਦਾ ਮਕਾਨ ਵੀ, ਕਮਰਾ ਕੁਮਰਾ ਨੇੜੇ ਲੈ ਲਾ। ਕਮਰੇ ਦਾ ਕਿਹੜਾ ਮੈਂ ਮਾਰਿਆ ਅਗਨੂੰ ਤੇਰੇ ਕੋਲੇ ਗੇੜਾ ਕਿਹੜਾ, ਮੈਨੂੰ ਅੱਜ ਦਾ ਦਿਨ ਤਾਂ ਰਹਿ ਪਾਣ ਦੇ ਜਿਆਦਾ ਮੇਰਾ ਆਗਾ। ਚੱਲ ਹੁਣ ਮੈਨੂੰ ਕਮਰੇ ਦਾ ਹੱਲ ਤਾਂ ਕਰ ਲਾਂ ਦੇ, ਹੁਣ ਬਗਾਨੀ ਦਾ ਕੀ ਲੈਦਾ। ਤੂੰ ਐਂ ਤੂੰ ਹੀ ਸ਼ੱਕ ਕਰੀ ਜਾਂਦਾ ਸਾਡੇ ਦੋਵਾਂ ਤੇ, ਸ਼ੱਕ ਨਹੀਂ। ਇੱਕ ਤਾਂ ਹੁਣ ਤੂੰ ਇਹਦਾ ਉੱਥੇ ਆ ਉਹਦੇ ਕੋਲ, ਮੈਨੂੰ ਤਾਂ ਉਹ ਕਹਿੰਦਾ ਨਹੀਂ ਜਾ ਇੱਧਰ ਵਗ ਜਾ, ਮੈਂ ਤਾਂ ਇਹਦੇ ਨਾਲ ਗੱਲਾਂ ਕਰਦੀ ਹਾਂ। ਉਹ ਐਂ ਕੀ ਹੁੰਦਾ ਯਾਰ ਮਾਮਾ, ਫਿਰ ਕਿੱਥੇ ਬੰਦਾ ਆ ਕੇ ਕੋਲੇ, ਤੂੰ ਵੀ ਬਹਿ ਜਾ ਚੱਲ ਕੋਈ ਗੱਲ ਨਹੀਂ, ਵੀ ਤੁਸੀਂ ਤੇਰਾ ਵੀ ਭਾਣ ਜਾ। ਉਹ ਜਨਾਨੀ ਨੂੰ ਤਬਾਰੀ ਨਹੀਂ ਹੁੰਦੀ ਅੱਜ ਕੱਲ੍ਹ, ਤੂੰ ਗੱਲਾਂ ਹੁੰਦੀਆਂ ਦੇਖਦਾ ਨਹੀਂ ਹੁਣ ਕੀ ਕੁਛ ਹੋਈ ਜਾਂਦਾ। ਸਕੀਆਂ ਭੈਣਾਂ ਵੀ ਭੱਜਣ ਨੂੰ ਫਿਰਦੀਆਂ ਰਹਿੰਦੀਆਂ ਭਾਈਆਂ ਨਾਲ, ਬਾਲਾ ਕੁਛ ਕਾਲ ਜੋਗਾ। ਹਾਂ ਫਿਰ ਉਸੇ ਗੱਲ ਤੂੰ ਡਰ ਲੱਗਦਾ ਗਾ। ਉਹ ਮੈਂ ਤਾਂ ਨਹੀਂ ਹੁਣ ਇਹ ਜਿਹਾ, ਹੁਣ ਮੈਂ ਮਾਮੀ ਨੂੰ ਭਜਾ ਕੇ ਲੈ ਜੂ ਯਾਰ। ਮੈਂ ਤੈਨੂੰ ਇਹ ਨਹੀਂ ਕਹਿੰਦਾ, ਉਹ ਤੈਨੂੰ ਨਾ ਵਿਆਹ ਕੇ ਲੈ ਜੇ। ਉਹ ਮੈਨੂੰ ਕਿਵੇਂ ਭਜਾ ਕੇ ਲੈ ਜੂ? ਲੈ ਜੇ ਕੋਈ ਗੱਲਬਾਤ ਹੋਈ ਮੈਂ ਤੈਨੂੰ ਦੱਸ ਦੂੰਗਾ, ਮੈਂ ਆਪ ਹੀ ਪਾਸਾ ਵੱਟ ਲੂੰਗਾ। ਤਵਾਰੀ ਹੁੰਦੀ ਜੋ ਤੂੰ ਚੰਗੀ ਤਰ੍ਹਾਂ ਖਿਆਲ ਰੱਖਦਾ, ਤੂੰ ਖੁਸ਼ ਰੱਖਦਾ ਮਾਮੀ ਨੂੰ, ਫਿਰ ਉਹ ਮੇਰੇ ਇਹੋ ਜਿਹਾ ਸਵਾਲ ਤਾਂ ਪੈਦਾ ਨਹੀਂ ਹੁੰਦਾ ਉਹਦੇ ਮਨ ਚ। ਵਿੱਚੀ ਵਿੱਚ ਮੱਤ ਹੁੰਦੀ ਐ ਨਹੀਂ ਦੇ ਦਿੰਦੀ, ਇਹ ਮੱਖੀ ਹੁੰਦੀ ਆ, ਗੰਦੇ ਤੇ ਵੀ ਬੈਠ ਸਕਦੀ ਹੈ ਚੰਗੇ ਤੇ ਵੀ ਬੈਠ ਸਕਦੀ। ਉਹ ਤਾਂ ਯਾਰ ਹੁਣ ਉਹ ਹੀ ਹੁੰਦੀ ਆ, ਮੈਨੂੰ ਇਹਦੇ ਲੱਛਣਾਂ ਦਾ ਪਤਾ ਲੱਗੀ ਜਾਂਦਾ। ਉਹ ਮੈਂ ਤੂੰ ਵਾਧੂ ਆਪਦੇ ਮਨ ਚ ਖਿਆਲ ਬਣਾਈ ਆ, ਨਾ ਆ ਯਾਰ ਕੱਲ ਨੂੰ ਵਗ ਜੂ ਹੁਣ। ਐਂ ਤਾਂ ਮੈਂ ਤੈਨੂੰ ਐਂ ਦਿਨ ਘਰੋਂ ਤਾਂ ਨਹੀਂ ਐਂ ਕਹਿੰਦਾ ਵੀ ਕੱਢਦਾ ਜਮਾ, ਵੀ ਮੈਂ ਤਾਂ ਚੱਲ ਫਿਰ ਦੋ ਚਾਰ ਦਿਨਾਂ 'ਚ ਗੇੜ ਮਾਰ ਲਾਂ ਮੈਂ ਉਹਨੂੰ, ਦੇਖਦਾ ਵੀ ਕੀ ਕਹਿੰਦੀ ਆ, ਤੈਨੂੰ ਕਿੰਨਾ ਯਾਦ ਕਰੂਗੇ ਕੀ ਕਰੂਗੀ, ਕੋਈ ਜਾ ਕੇ ਦੇਖ ਲਓ। ਆ ਜਾ ਚੰਗਾ ਆ ਜਾ, ਚਲ ਐਂ ਕੋਈ ਗੱਲ ਨਹੀਂ, ਆ ਲੈ ਆ ਫੜਾ ਦੇ। ਉਹੀ ਤੂੰ ਤਾਂ ਘਾਬਰੀ ਜਾਂਦਾਗਾ। ਨਹੀਂ ਮੈਂ ਘਾਬਰਦਾ ਨਹੀਂ ਹੈਗਾ, ਮੇਰਾ ਸੁਭਾਅ ਹੀ ਐਂ। ਆ ਜਾ ਯਾਰ, ਡਰ ਗਿਆ ਤੂੰ ਬਾਬਾ ਕਿਤੇ ਵੀ ਕੋਈ ਕਾਲ ਨਾ ਹੋ ਜਾਏ, ਪਤਾ ਨਹੀਂ ਹੁੰਦਾ ਅੱਜ ਕੱਲ ਕਾਲ ਜੋ ਜਾ ਮਾਮਾ। ਬਸ ਉਹ ਕਿਵੇਂ ਫੇਰ ਕਿੱਟ ਜੀ ਜੱਕੀ ਆਉਂਦਾਗਾ, ਇਹ ਕਿੱਪ ਕੋਲ ਕਿੱਟ ਕਿਵੇਂ ਪਾ ਗਈ? ਕਿੱਪੂ ਤਾਂ ਗਿਆ ਹੋਇਆ ਸੀ ਬਾਹਰ, ਇਹ ਨਹੀਂ ਮੈਨੂੰ ਖੁਸ ਰਹਿਣ ਦਿੰਦਾ ਹੈਗਾ। ਦੋ ਦਿਨ ਹੋਏ ਆ, ਮਾੜਾ ਜਿਹਾ ਮੈਨੂੰ ਖੁਸ਼ੀ ਮਿਲਦੀ ਆ ਕਾਸੇ ਦੀ, ਵੀ ਚੱਲ ਇਹ ਘਰੇ ਹੈਗਾ, ਆਹ ਤਾਂ ਮੈਨੂੰ ਜਿਉਣ ਨਹੀਂ ਦਿੰਦਾ ਮੇਰਾ ਬੰਦਾ, ਤਾਂ ਆ ਜਾਂਦਾ ਗਾਹਾਂ ਨੂੰ ਮੈਂ ਕਰਦੀ ਇਹਦੇ ਨਾਲ ਗੱਲ, ਇੱਥੇ ਹੀ ਪੈਣੀ ਹੈਗੀ, ਤੁਰੇ ਆਉਂਦੇ ਇਹਨਾਂ ਨੂੰ। ਮਾਮਾ ਤੂੰ ਆਏ ਨਾ, ਦੋ ਹੇਲੇ ਹੋ ਗਏ। ਉਹ ਮੈਂ ਤੈਨੂੰ ਕੀ ਕਹਿਣਾ ਬਣ ਜਾ, ਸੁਧਰਿਆ ਨੀ ਜਾਂਦਾ ਹੈਗਾ। ਤੈਨੂੰ ਮੈਂ ਕੀ ਕਿਹਾ ਸੀਗਾ ਵੀ ਇਹ ਇੱਥੇ ਰਹੂਗਾ, ਇਹ ਕਿਤੇ ਨੀ ਜਾਊਗਾ। ਸੁਧਰਨ ਨੂੰ ਮੈਂ ਕੀ ਕਿਹਾ? ਮੈਂ ਕੀ ਕਿਹਾ ਫਿਰ, ਤੂੰ ਕਿਉਂ ਇਹਨੂੰ ਜਾਣ ਨੂੰ ਸੁਧਰ ਰਹੀ ਆ ਫਿਰ ਮੈਂ? ਤੇ ਮੇਰੇ ਪੁੱਛੇ ਜਰੀ ਨਹੀਂ ਜਾਂਦੀ ਹੈਗੀ, ਜੇ ਮੈਂ ਦੋ ਤਿੰਨ ਦਿਨਾਂ ਦੇ ਖੁਸ਼ ਰਹਿਣ ਲੱਗ
ਤੇ ਤੈਨੂੰ ਕੀ ਤਕਲੀਫ ਹੁੰਦੀ ਹੈ? ਮੈਂ ਤਾਂ ਖੁਸ਼ ਰਹਿ ਫਿਰ ਹਾਂ ਖੁਸ਼ੀ ਮਿਲੂਗੀ ਮੈਨੂੰ ਕਿਵੇਂ? ਤੇ ਇਹਦਾ ਕਿਉਂ ਬੈਗ ਚਕਵਾਇਆ ਤੂੰ ਫਿਰ? ਇਹਨੂੰ ਆਖਿਆ ਸੀ ਉੱਥੇ ਨੇੜੇ ਕਮਰਾ ਕੁਮਰਾ ਕੋਈ ਲੈ ਲਾ। ਮੈਂ ਤੈਨੂੰ ਉੱਧਰ ਕੀ ਕਿਹਾ ਸੀਗਾ, ਜੇ ਇਹਨੂੰ ਜਾਣ ਨੂੰ ਕਿਹਾ ਤਾਂ ਘਰੋਂ ਫਿਰ ਮੈਂ ਵੀ ਜਾਊਂਗੀ, ਠੀਕ ਆ ਨਾ? ਤੂੰ ਰਹਿ ਇਕੱਲਾ, ਇਹ ਵੀ ਜਾਊਗਾ ਤੇ ਮੈਂ ਵੀ ਜਾਊਂਗੀ। ਫਿਰ ਮਾਈ ਬਾਈ ਜਾਣਾ ਬਣਾਈ ਕਰ ਲੂ ਨਾ, ਤੂੰ ਰਹਿ ਕਰੇ ਇਹਨੂੰ ਤੋਰਨਾ ਨਾ ਬਸ ਅੱਗੇ ਤਾਰ ਹੱਥੇ ਬੈਗ, ਮੈਨੂੰ ਵੀ ਕੱਪੜੇ ਪਾ ਲੈਣਾ ਤੇ ਦੋਵੇਂ ਹੀ ਚੱਲਾਂਗੇ। ਮੈਂ ਹੁਣ ਤੂੰ ਰੋਕ ਕੇ ਦਿਖਾਈ ਸਾਨੂੰ ਨਾਲੇ। ਚੱਲ ਤੁਸੀਂ ਘਰੇ ਰਹਿ ਭੁੰਮੇ ਜਾਣਾ। ਨੇੜੇ ਕਮਰਾ ਲੈ ਲਾ ਬਰਤਨ ਦੇ ਦੇ, ਬਰਤਨ ਮੈਂ ਤੈਨੂੰ ਹਟਾਉਣਾ। ਰਿਸ਼ਤੇਦਾਰੀ ਤਾਂ ਤੇਰੀ ਆ, ਭਾਣਜਾ ਤਾਂ ਤੇਰਾ ਹੀ ਹੈਗਾ ਇਹ। ਹਾਂ ਮੇਰਾ ਹੀ ਆ ਫਿਰ। ਤੇ ਫਿਰ ਤੂੰ ਮੈਨੂੰ ਇਹਦੇ ਨਾਲ ਵੀ ਨਹੀਂ ਬਰਤਨ ਦਿੰਦਾ? ਮੈਂ ਕਿਵੇਂ ਮਰਜ਼ੀ ਕੁਝ ਕਹਿ ਸਕਦਾ ਕੀ? ਉਹੀ ਗੱਲ, ਇਹਦੇ ਮਾਂ ਪਿਓ ਮੈਨੂੰ ਕਹਿਣਗੇ, ਅਗਲਾ ਆਖਣਗੇ ਬਗਾਨੀ ਰਹਿਣ ਨਹੀਂ ਦਿੰਦੀ ਹੈਗੀ ਸਾਡੇ ਜਵਾਕ ਨੂੰ ਉੱਥੇ। ਤੈਨੂੰ ਥੋੜੀ ਕਹਿਣਾ, ਤੈਨੂੰ ਭਾਈ ਨੂੰ ਨਹੀਂ ਮਾੜਾ ਕਹਿਣਾ, ਮੈਨੂੰ ਮਾੜਾ ਕਹਿਣਾ। ਮੈਨੂੰ ਐਂ ਆ ਕਿ ਮੈਂ ਸਵੇਰੇ ਭੰਮਦੀ ਆ ਜੀ ਗੇੜਾ ਮਾਰ ਜੀ। ਫਿਰ ਇੱਥੇ ਰਹਿਣ 'ਚ ਤੈਨੂੰ ਦਿੱਕਤ ਕੀ ਹੈ? ਦਿੱਕਤ ਇਹ ਡਰਦਾ ਪਰੇ ਨਹੀਂ ਪੈਂਦਾ। ਬਸ ਆਹੀ ਦਿੱਕਤ ਆ ਵੀ ਮੈਂ ਤੁਹਾਡੇ ਕੋਲੇ ਰਾਤ ਨੂੰ ਪੈਂਦਾ। ਇਹ ਤਾਂ ਪਊਗਾ ਕੋਲੇ ਪਊਗਾ ਜਮਾ। ਉਹ ਤੁਸੀਂ ਦਿਨੇ ਕਰ ਲਿਆ ਕਰੋ ਯਾਰ, ਸਾਰਾ ਦਿਨ ਹੀ ਹੁੰਦਾ ਗਾ ਜਿਹੜੀਆਂ ਗੱਲਾਂ ਕਰਨੀਆਂ ਨੇ। ਤੂੰ ਰਹਿਣ ਦੇ ਢੱਕ ਯਾਰ, ਲਹਿਰੀਆਂ ਹੁੰਦੀਆਂ ਤੁਹਾਡੀਆਂ। ਅੱਗੇ ਵੀ ਰਾਤਾਂ ਕੱਟਦੇ ਹੀ ਸੀਗੇ, ਕਿਵੇਂ ਕੱਟਦੇ ਸੀ ਪਤਾ ਹੀ ਆ। ਆਹ ਹੁਣ ਦੋ ਦਿਨਾਂ ਤਾਂ ਮੈਨੂੰ ਸੌਖੀ ਨੀਂਦ ਆਉਂਦੀ ਆ। ਅੱਛਾ ਤੂੰ ਸੌਖੀ ਸੌ ਜਾ ਬਸ, ਮੈਂ ਜਾਊਂਗਾ ਘਰ, ਹੋ ਜਾਏਗਾ ਨਾ ਕੋਈ ਨੀ। ਇਹ ਕਿਵੇਂ ਕਹਿੰਦੀ ਹੈ ਨਾ, ਉਹ ਮੈਨੂੰ ਵੀ ਸਹੀ ਦੇ ਮੰਗਲ ਤੇ ਤੋਂ ਨਾਲ ਜਾਇਆ ਨਹੀਂ ਜਾਂਦਾ, ਤੈਨੂੰ ਮੈਂ ਜਾ ਕੇ ਦਿਖਾਉਂਗੀ। ਤੂੰ ਰੋਕ ਇੱਥੇ ਕਾਹਨੂੰ ਯਾਰ ਮਾਮੀ, ਤੂੰ ਕਿਵੇਂ ਜਾ ਕੇ ਦਿਖਾਈ? ਓ ਯਾਰ ਮਨਾਲਾ ਕਿਉਂ ਜਾ ਰਿਹਾ ਯਾਰ, ਲੜੀ ਜਾ ਰਿਹਾ। ਤੂੰ ਨਹੀਂ ਜਾਣਾ ਆ ਗਾ, ਠੀਕ ਹੈ ਘਰੇ ਰਹਿਣਾ ਤੁਸੀਂ। ਬਸ ਮੈਂ ਤਾਂ ਘਰੇ ਹੋ ਜਾ, ਤੂੰ ਮੈਂ ਤਾਂ ਜਾਊਂਗੀ, ਠੀਕ ਹੈ ਨਾ? ਇੱਥੇ ਡਾਂਗ ਜੇ ਨਹੀਂ, ਮੈਂ ਹੁਣ ਲੋਟ ਕਰਦਾ ਨਾ। ਜਾਊਂਗੀ ਤਾਂ ਮੈਂ ਜਾਊਂਗੀ ਫਿਰ, ਨਾਲੇ ਤੂੰ ਰੋਕੀ ਹੁਣ। ਇਦੋਂ ਬਾਅਦ ਨੀ ਤੂੰ ਬੋਲੇਗਾ ਫਿਰ, ਸਾਰਾ ਕੁਝ ਮੇਰੇ ਕੋਲ ਹੈਗਾ ਮੈਂ ਬਸ। ਤੈਨੂੰ ਤੇ ਤੋਂ ਨੀ ਜਾਇਆ ਜਾਂਦਾ, ਤੈਨੂੰ ਮੈਂ ਜਾ ਕੇ ਦਿਖਾਉਂਗੀ। ਉਹ ਕੋਈ ਨੀ, ਤੂੰ ਐਂ ਕਰ ਰੱਖ ਲੈ ਬਸ, ਮੈਂ ਤਾਂ ਗਲਤੀ ਹੋ ਗਈ। ਹਾਂ ਹੁਣ ਗਲਤੀ ਹੋ ਗਈ ਨਾ, ਹੁਣ ਤੂੰ ਜਾ ਫਿਰ, ਰਹਿ ਘਰੇ ਇਕੱਲਾ ਜਾਣਾ, ਅਸੀਂ ਦੋਵੇਂ ਹੀ ਵਗ ਜਾਵਾਂਗੇ। ਭਾਂਡੇ ਨੂੰ ਤੇ ਪਾਉਣਾ ਫਿਰ ਤੂੰ ਵਗ ਗਈ, ਰੋਟੀ ਟੋਕ ਕੌਣ ਪਕਾਉਂਗਾ? ਫਿਰ ਪਹਿਲਾਂ ਸੋਚਣਾ ਸੀ ਨਾ, ਉਹ ਤਾਂ ਕਹਿੰਦਾ ਜੇ ਵਗ ਜਾ, ਮੈਨੂੰ ਤਾਂ ਲੋੜ ਨਹੀਂ, ਮੈਂ ਤਾਂ ਇਕੱਲੇ ਹੀ ਰਹਿ ਲੂੰਗਾ। ਤੂੰ ਕਹਿੰਦੀ ਫਿਰ ਮੈਂ ਤੁਹਾਰਕ ਚ ਕਿਹਾ ਗਿਆ, ਚੱਲ ਕੋਈ ਗੱਲ ਨੀ, ਮੈਂ ਤਾਂ ਇੰਨਾ ਤੇਰਾ ਮੋਹ ਕਰਦਾ। ਮੋਹ ਕਰਦਾ ਤੈਨੂੰ ਮੈਂ ਬਾਰ ਬਾਰ ਕਹੀ ਜਾਂਦੀ, ਫਿਰ ਉਹਨੂੰ ਜਾਣ ਨੂੰ ਕਹੀ ਨਾ ਰਹਿ ਪੂਗਾ। ਮੈਂ ਕਿਹਾ ਮੈਂ ਤੈਨੂੰ ਕਦੋਂ ਕਹੀ ਜਾਂਦਾ ਰਹਿ ਪੂ, ਬਸ ਪਰ ਉਹ ਇੱਥੇ ਰਹੂਗਾ। ਫਿਰ ਮੈਂ ਤੈਨੂੰ ਕਦੋਂ ਫਿਰ ਕਹਿ ਦਿੰਦੀ ਕਿੱਥੇ ਕਦਮ ਕਹੀ ਨਹੀਂ ਕਹਿਤਾ ਤੈਨੂੰ? ਤੂੰ ਬਦਲ ਜਾਂਦਾ ਨਾ ਕਹਿ ਕੇ ਫਿਰ, ਨਹੀਂ ਬਦਲ ਨਾ ਫਿਰ ਕਹੀ ਤੂੰ, ਨਹੀਂ ਬਦਲਦਾ। ਮੈਂ ਤਾਂ ਆਪਦਾ ਅਧੀਆ ਲਿਆ ਕੇ ਨੂੰ ਲਾ ਕੇ ਪੇਗ ਭਰੇ ਪੈ ਜਾ। ਅਧੀਆ ਲਿਆ, ਬੋਤਲ ਲਿਆ, ਕੁਛ ਮਰਜ਼ੀ ਲਿਆ, ਠੀਕ, ਪਰ ਉਹ ਇੱਥੇ ਰਹੂਗਾ ਤੇ ਕੋਲੇ ਵੀ ਪਊਗਾ। ਰੱਖ ਲਾ ਰੱਖ ਲਾ ਰੱਖ ਲਾ, ਮੈਂ ਤਾਂ ਅੱਡ ਕਮਰੇ ਚ ਪੈ ਜਾਗਾ। ਅੱਡ ਕਿਉਂ ਪੈ ਜਾਏਗਾ, ਕੋਲੇ ਪਏ ਸਾਡੇ, ਤਿੰਨੀ ਪਵਾਂਗੇ ਜਿਵੇਂ ਪੈਂਦੇ ਸੀ। ਚੱਲ ਕੋਈ ਨੀ, ਮੈਂ ਤਾਂ ਗਲਤੀ ਹੋ ਗਈ, ਮੈਂ ਤੈਨੂੰ ਕਿਹੜਾ ਕਹਿੰਦਾ। ਬਸ ਇਦਾਂ ਮੁੜ ਕੇ ਫਿਰ ਜਵਾਨ ਤੇ ਆਪਦੇ ਗੱਲ ਲਿਆਈ ਨਾ ਵੀ ਉਹਨੂੰ ਮੈਂ ਘਰੋਂ ਕੱਢਦਾ ਫਿਰ। ਨਹੀਂ ਕੱਢਦਾ, ਇੱਕ ਮਹੀਨਾ ਕਿਹਾ ਮਹੀਨਾ ਰਹਿ ਪਊ, ਉਦੋਂ ਬਾਅਦ ਤਾਂ ਉਹਨੇ ਜਾਣਾ ਹੀ। ਉਹ ਉਹਦੀ ਮਰਜ਼ੀ ਰਹੇਗੀ, ਜੇ ਉਹ ਜਾਣ ਨੂੰ ਕਹੂਗਾ ਉਹਨੂੰ ਜਮਾ ਨੀ ਰੋਕਦੇ, ਪਰ ਤੂੰ ਆਪਦੇ ਮੂੰਹੋਂ ਨੀ ਕਹਿਣਾ ਫਿਰ।
ਆਇਆ ਕਿੱਪੂ, ਸੱਚ ਕਿੱਪੂ ਮੈਂ ਤੈਨੂੰ ਐ ਪੁੱਛਦੀ ਸੀ ਤੇ ਜਦੋਂ ਤੂੰ ਗਿਆ ਗਾ ਤੇ ਮੈਨੂੰ ਤਾਂ ਪਤਾ ਨੀ ਲੱਗਿਆ ਹੈਗਾ ਤੂੰ ਕਿਹੜੇ ਵੇਲੇ ਬੈਗ ਚੱਕ ਕੇ ਲੈ ਗਿਆ, ਮੈਂ ਕੁਰਸੀ ਤੇ ਉਰੀ ਸੀਗੀ। ਉਹ ਯਾਰ ਮਾਮੀ ਮੈਂ ਕਦੋਂ ਬੈਗ ਚੱਕ ਕੇ ਲਗਿਆ, ਮੇਰਾ ਕਿਹੜਾ ਇੱਥੇ ਜਾਣ ਨੂੰ ਜੀ ਕਰਦਾ ਗਾ। ਨਾ ਹੋਰ ਫਿਰ ਮੈਨੂੰ ਤਾਂ ਪਤਾ ਨੀ ਲੱਗਾ ਤੂੰ ਕਦੋਂ ਗਿਆ ਗਾ। ਉਹ ਯਾਰ ਮੈਂ ਕਿਹੜਾ ਗਿਆ ਗਾ, ਉਹ ਮਾਮਾ ਜੀ ਕਿੱਟ ਚੱਕ ਕੇ ਲੈ ਗਿਆ, ਉਹ ਮੈਂ ਬਾਹਰੋਂ ਆਉਂਦਾ ਸੀਗਾ ਘਰ ਨੂੰ ਤੇ ਬਾਹਰ ਹੀ ਰੋਕ ਲਿਆ, ਕਹਿੰਦਾ ਆ ਲੈ ਇੱਥੇ ਮੁੜ ਜਾ। ਇਹ ਕੀ ਗੱਲ ਹੋ ਗਈ? ਮੈਂ ਪੁੱਛਿਆ ਮੈਂ ਯਾਰ ਗੱਲ ਤਾਂ ਕੀ ਹੋ ਗਈ, ਕਹਿੰਦਾ ਨਹੀਂ ਯਾਰ ਤੂੰ ਘਰ ਪੱਟ ਦੇਗਾ ਮੇਰਾ। ਘਰ ਪੱਟ ਦੇਗਾ ਮਤਲਬ? ਮੈਂ ਹੁਣ ਤੈਨੂੰ ਕੀ ਦੱਸਾਂ, ਆਪਣੇ ਦੋਨਾਂ ਬਾਰੇ ਗਲਤ ਸੋਚੀ ਜਾਂਦਾ ਵੀ ਆਪਾਂ ਗਲਤ ਆ। ਕਿੱਡੀ ਸੋਚਣੀ ਮਾੜੀ ਹੈਗੀ ਤੇਰੇ ਮਾਮੇ ਦੀ, ਜਿਵੇਂ ਹੱਦ ਹੀ ਕਰੀ ਜਾਂਦਾ ਗੱਲ। ਕਹਾਂ ਯਾਰ ਉਹ ਤੈਨੂੰ ਲੈ ਕੇ ਨਾ ਭੱਜ ਜੇ। ਮਹਾਂ ਕਰ ਲਾ ਗੱਲ ਯਾਰ, ਮੇਰੇ ਤੇ ਭਰੋਸਾ ਨੀ ਹੈਗਾ। ਮਹਾਂ ਕਿਉਂ ਤੂੰ ਗਲਤ ਸੋਚੀ ਜਾਂਦਾ ਗਾ, ਆਪਦੇ ਦਿਮਾਗ ਚ ਗੰਦ ਭਰੀ ਜਾਂਦਾ ਗਾ। ਤੇ ਕਹ ਤੇਰਾ ਭਾਣਜਾ ਗਾ ਮੈਂ, ਮਾਮੀ ਨੂੰ ਲੈ ਕੇ ਜਾਊਂਗਾ ਤੇ ਮੈਂ। ਉਹਦੇ ਦਿਮਾਗ ਚ ਕੀ ਪਤਾ ਯਾਰ ਕੀ, ਮੈਂ ਤਾਂ ਹੱਚੀ ਹੁਣ ਉਹਨੂੰ ਮਾਮਾ ਕਹਿਣ ਨੂੰ ਨਹੀਂ ਦਿਲ ਕਰਦਾ। ਪਤਾ ਨੀ ਕੀ, ਪਤਾ ਨੀ ਕਿਉਂ ਇੰਨਾ ਪੁੱਠਾ ਸੋਚਦਾ ਗਾ। ਫਿਰ ਕੀ ਹੋ ਗਿਆ ਜੇ ਇੱਥੇ ਰਹਿਣਾ ਗਾ, ਅੱਗੇ ਕਿਹੜਾ ਆਉਂਦਾ ਨੀ ਸੀਗਾ, ਹੁਣ ਚੱਲ ਵਿਆਹ ਆ ਗਿਆ। ਹੁਣ ਤਾਂ ਮੈਨੂੰ ਪਿਆਰ ਨਾਲ ਬੁਲਾਉਂਦੀ ਵੀ ਨੀ, ਕਹਿੰਦਾ ਅੱਗੇ ਤਾਂ ਬੁਲਾ ਬੁਲੂ ਲੈਂਦੀ ਸੀ, ਕਹਿੰਦੇ ਜਿੱਦੇ ਦਾ ਤੂੰ ਆਏਗਾ ਤੈਨੂੰ ਤਾਂ ਕਹਿ ਦੂਗੀ ਪੈ ਜਾ, ਮੈਨੂੰ ਤਾਂ ਕਹਿੰਦਾ ਨਾਲ ਪਾ ਕੇ ਵੀ ਨੀ ਰਾਜੀ ਹੈਗੀ। ਮੇਰੇ ਕੰਨੀ ਤਾਂ ਕਹਿੰਦੀ ਝਾਕਦੀ ਵੀ ਨੀ ਹੁਣ ਜਿੱਦੇ ਦਾ ਤੂੰ ਆਇਆ। ਹੋਰ ਸਵਾਹ ਨੀ ਝਾਕਦੀ ਹੈਗੀ ਤੇਰੇ ਕੰਨੀ, ਪਹਿਲਾਂ ਵੀ ਆਈ ਸੀ ਤੇ ਹੁਣ ਵੀ ਆਈ ਆ, ਉਹ ਤਾਂ ਤੈਨੂੰ ਦਿਖਾਵਾ ਕਰਦਾ ਗਾ ਹੁਣ। ਉਹ ਪਤੀ ਆ ਤੈਨੂੰ ਜਾਣ ਬੁੱਝ ਕੇ ਕਿਹਾ ਸੀਗਾ ਮਹਾ ਮਾਮਾ ਜੇ ਤੁਹਾਡੇ ਕੋਈ ਬੱਚਾ ਨੀ ਹੁੰਦਾ ਦਵਾਈ ਦੂਜੀ ਦਿਖਾ ਲਾ, ਤੂੰ ਦਿਖਾ ਲਾ। ਕਹਿੰਦਾ ਮੈਂ ਤਾਂ ਝੋਟੇ ਵਰ ਗਈ ਆ ਤੇ ਤੇਰੀ ਮਾਮੀ ਨੂੰ ਦਵਾਈ ਦਵਾ ਕੇ ਲਿਆਉਣਾ ਲੈ ਮਾਰੀ ਜਾਂਦਾ ਪਕਾਈ। ਪਹਿਲਾਂ ਜਵਾਕ ਹੋਣ ਵਾਲਾ ਸੀ, ਕਹਿੰਦਾ ਉਹ ਬਿਮਾਰ ਹੋ ਗਈ ਐ ਜੇ ਹੋ ਗਿਆ। ਮੈਂ ਤਾਂ ਮੈਨੂੰ ਤਾਂ ਕੀ ਹੋਇਆ, ਮੈਂ ਤਾਂ ਘੋੜੇ ਵਰਗਾ ਗਾ, ਉਹਨੂੰ ਦਵਾਈ ਦਵਾ ਕੇ ਲਿਆਉਣਾ ਗਾ। ਬਸ ਉਹ ਆਪਦੇ ਤਾਂ ਕੋਈ ਗੱਲ ਨਹੀਂ, ਤੂੰ ਤਾਂ ਤੇਰੇ ਨਾਲ ਸਾਰੀ ਗੱਲ ਹੋਈ ਹੈ ਕਿ ਤੈਨੂੰ ਦੱਸਿਆਗਾ ਵੀ ਇਹ ਸਾਰੇ ਨੁਕਸ ਇਸ ਨੇ ਕਣਖੰਡਾ ਤਾਂ ਇਸੇ ਚ ਨਹੀਂ ਹੈਗਾ, ਲਿਆ ਕੇ ਸਾਰੀ ਗੱਲ ਮੇਰੇ ਤੇ ਟਾਲ ਦਿੰਦਾ ਗਾ। ਮੁੜ ਕੇ ਸਾਡੇ ਹੋਰ ਲੜਾਈ ਕਾਹਤੋਂ ਪੈਂਦੀ ਹੈ, ਇਹੀ ਗੱਲਾਂ ਤੋਂ ਲੜਾਈ ਪੈਂਦੀ ਹੈ, ਉੱਤੋਂ ਤੇ ਸਿੱਧੇ ਮੂੰਹ ਨਹੀਂ ਬੋਲਦਾ। ਬਸ ਉਹੀ ਗੱਲ, ਮੈਂ ਯਾਰ ਮੈਂ ਤਾਂ ਤੇਰਾ ਭਾਣ ਜਾਗਾ, ਮੇਰੇ ਬਾਰੇ ਤਾਂ ਗਲਤ। ਕਹਿੰਦਾ ਅੱਜ ਕੱਲ ਯਾਰ ਕਿਸੇ ਦਾ ਕੋਈ ਪਤਾ ਨਹੀਂ ਗਾ, ਕਦੋਂ ਕੋਈ ਮਰਜ਼ੀ ਲੈ ਕੇ ਤੇਰੇ ਵਰਗੇ ਕੇ ਹਾਂ ਫਿਰ ਪਰਵਾਦ ਆਉਂਦੇ ਹੁੰਦੇ ਹੈਗੇ, ਜੇ ਤੇਰੇ ਵਰਗੇ ਹਾਂ ਸੋਚਦੇ ਆ ਨਾ ਵੀ ਮੈਨੂੰ ਇਹਦੇ ਤੇ ਭਰੋਸਾ ਨਹੀਂ ਇਹ ਗਲਤ ਆ, ਤੇ ਜੇ ਸਹੀ ਵੀ ਉਹ ਗਲਤ ਹੋ ਕੇ ਦਿਖਾ ਦਿੰਦੇ ਹੈਗੇ। ਫਿਰ ਉਹ ਗਲਤ ਹੀ ਹੋਣਗੇ ਜਦੋਂ ਯਾਰ ਭਰੋਸੇ ਹੀ ਨਹੀਂ ਹੈਗੇ ਹੁਣ ਤੇਰੇ ਤੇ। ਜਦੋਂ ਮੇਰੇ ਤੇ ਭਰੋਸਾ ਨਹੀਂ ਹੈਗਾ ਮੈਨੂੰ ਗਲਤ ਗਲਤ ਕਹੀ ਜਾਣਾ ਗਾ, ਤੈਨੂੰ ਗਲਤ ਕਹੀ ਜਾਣਾ। ਹੁਣ ਆਪਾਂ ਇੱਥੇ ਨੋਰਮਲ ਪਏ ਹੁੰਦੇ ਆ, ਇਹ ਤਾਂ ਐ ਸੋਚਦਾ ਹੁਣ ਮੇਰੇ ਪਏ ਤੋਂ ਬਾਅਦ ਪਤਾ ਨਹੀਂ ਕੀ ਕਰਦੇ ਹੋਣਗੇ ਕੀ ਨਾ ਕਰਦੇ ਹੋਣਗੇ। ਅਸੀਂ ਵੀ ਤਾਂ ਕਹਿ ਸੌਣਾ ਹੁੰਦਾ ਗਾ, ਸਾਨੂੰ ਕਿਹੜਾ ਨੀਂਦ ਨਹੀਂ ਆਉਂਦੀ, ਇੱਕ ਕਮਰੇ ਚ ਰਹਿ ਕੇ ਤਿੰਨ ਜਣੇ ਕੀ ਕਰਾਂਗੇ। ਜਿਵੇਂ ਇੰਨੀ ਸੋਚ ਮਾੜੀ ਕਾਹਤੋਂ ਹੈਗੀ ਇਹਦੀ, ਮੈਂ ਤਾਂ ਹੀ ਹੈਰਾਨ ਹੈਗੀ ਇਹਦੇ ਤੋਂ। ਇੱਥੋਂ ਦਾ ਯਾਰ ਮੈਂ ਅੱਖਾਂ ਚ ਅੱਖਾਂ ਹੀ ਨਹੀਂ ਪਾਈਆਂ ਜਾਂਦੀਆਂ ਵੀ ਐਂ ਸੋਚਦਾ ਯਾਰ ਮਾਮਾ। ਮਾੜਾ ਮਾੜਾ ਕਹੀ ਜਾਂਦਾ ਤਾਂ ਫਿਰ ਤੈਨੂੰ ਮੈਂ ਮਾੜਾ ਹੋ ਕੇ ਦਿਖਾ ਦੂੰਗਾ। ਉਹ ਮੈਂ ਇਹਦੀ ਤਾਂ ਇਹੋ ਜਿਹੀ ਨਿਗਾਹ ਹੀ ਨਹੀਂ, ਜੇ ਨਿਗਾਹ ਹੁੰਦੀ ਉਹਨੂੰ ਮਾਮੀ ਮੈਂ ਤੇਰੇ ਨਾਲ ਛੇੜਛਾੜ ਕਰ ਹੀ ਦਿੰਦਾ। ਉਹ ਤਾਂ ਕਰਵਾ ਦੂਗਾ ਨਾ, ਤੇਰੇ ਮਾਮਾ ਖੁਦ ਹੀ ਕਰਵਾ ਦੂਗਾ ਕਹਿ ਕੇ ਕੇ। ਚੰਗੇ ਲੱਗਦੇ ਆ ਇਹਦੇ, ਇਹਨੂੰ ਦਿਖਾਉਣੀ ਪਊਗੀ ਗਲਤ ਕਿਵੇਂ ਹੁੰਦੇ ਆ ਰਿਸ਼ਤੇ। ਮੈਂ ਤਾਂ ਫਿਰ ਵੀ ਐਂ ਸੋਚੀ ਜਾਂਦੀ ਹਾਂ ਵੀ ਚੱਲ ਘਰ ਫਸਿਆ ਰਹੇ ਕੋਈ ਚੱਕਰ ਨੀ ਹੈ ਨਾ, ਚੱਲ ਜਿਵੇਂ ਜੀ ਲੱਗਦਾ ਉਵੇਂ ਲੱਗ ਜੂਗਾ, ਚੱਲ ਕੋਈ ਨੀ ਜਿਹੋ ਜਿਹਾ ਹੈਗਾ ਹੈਗਾ ਗਾ।
ਫਿਰ ਵੀ ਨਹੀਂ ਇਹ ਸੋਚਦਾ ਕੁਛ ਵੀ। ਜੇ ਤੂੰ ਆਪ ਨੀ ਸਹੀ ਹੈਗਾ ਤੇਰੇ ਚ ਨੀ ਕੋਈ ਕਣ ਕੰਡਾ ਵੀ ਤੂੰ ਚੁੱਪ ਕਰਕੇ ਬਹਿ ਜਾ, ਜਿਹੋ ਜਿਹਾ ਚੱਲੀ ਜਾਂਦਾ ਸਾਰਾ ਕੁਛ ਚੱਲੀ ਜਾਂਦੇ, ਇਹ ਹੁਣ ਫਾਨੀ ਲੈਂਦਾ ਗਾ ਪੰਗੇ ਲੈਣ ਵਾਲੀਆਂ ਗੱਲਾਂ ਹੀ ਨੇ। ਏਦਾਂ ਮੁੜ ਕੇ ਜਾਣ ਚੋਣ ਦੀ ਗੱਲ ਕਰੂਗਾ ਨਾ, ਪਹਿਲਾਂ ਮੈਨੂੰ ਦੱਸੀ ਤੂੰ। ਮੈਂ ਹੁਣ ਜਾਂਦੇ, ਮੈਨੂੰ ਤਾਂ ਪਤਾ ਹੀ ਨੀ ਤੈਥੋਂ ਚੋਰੀਓ ਵਿੱਚ ਲਗਿਆ ਗਾ। ਮੈਨੂੰ ਤਾਂ ਖੁਦ ਨੇ ਮੈਂ ਤਾਂ ਇਹੋ ਵਜੋ ਤੁਸੀਂ ਆਏ ਹੋ, ਮੈਂ ਕਹਿੰਦਾ ਤੂੰ ਆਪ ਹੀ ਵਗ ਗਿਆ ਸੀ ਮੋੜ ਕੇ ਲਿਆ ਤੈਨੂੰ। ਕਹਿੰਦਾ ਮੈਂ ਤੈਨੂੰ ਮਿਲਿਆ ਕਹੂੰਗਾ, ਤੂੰ ਇੱਥੇ ਨਾ ਆਈ। ਮਿਲਿਆ ਕਰੂੰਗਾ, ਪਹਿਲਾਂ ਤਾਂ ਹੁੱਬ ਕੇ ਤੂੰ ਹੀ ਸੱਦਿਆ ਸੀਗਾ, ਆ ਜਾ ਅਸੀਂ ਇਕੱਲੇ ਹੀ ਆ। ਉਹ ਹੱਥ ਮੈਂ ਪੁੱਛ ਗਈ, ਕਹਿੰਦਾ ਮੈਨੂੰ ਤਾਂ ਕਹਿੰਦਾ ਲੱਛਣ ਜੇ ਉਹਦੀ ਵਿਗੜਦੇ ਲੱਗਦੇ ਸੀ ਤੈਨੂੰ, ਕਹਿੰਦਾ ਕਹਿੰਦਾ ਤੇਰੀ ਮਾਮੇ ਦੇ ਲੱਛਣ ਤਾਂ ਉਹਦੀ ਵਿਗੜਦੇ ਲੱਗਦੇ ਸੀ। ਕਹਿੰਦਾ ਜਦੋਂ ਤੈਨੂੰ ਤੂੰ ਫੋਨ ਕੀਤਾ ਸੀ ਮੈਨੂੰ ਪੁੱਛਦੀ ਸੀ ਕਿੱਡਾ ਗਾ ਕਿੰਨਾ ਕੁ ਸੋਹਣਾ ਗਾ ਜਵਾਨ ਆ। ਫੇਰ ਕੀ ਹੋ ਗਿਆ ਜੇ ਪੁੱਛ ਲਿਆ? ਨੋਰਮਲ ਗੱਲਾਂ ਨੇ, ਮੈਂ ਜੇ ਪੁੱਛ ਲਿਆ ਮਾਮੀ ਨੇ ਇਹ ਚ ਫੇਰ ਕੀ ਹੋ ਗਿਆ? ਕਹਿੰਦਾ ਸ਼ੱਕ ਤਾਂ ਮੈਨੂੰ ਉਹਦੀ ਹੋ ਗਿਆ ਸੀ, ਹੁਣ ਤਾਂ ਕਹਿੰਦਾ ਬਸ ਸੱਕ ਯਕੀਨ ਚ ਬਦਲਦਾ ਜਾਂਦਾ ਗਾ। ਕਹਿੰਦਾ ਜਦੋਂ ਹੁਣ ਤੇਰੇ ਬਿਨਾਂ ਇੱਕ ਬਿੰਦ ਨੀ ਸਾਰਦੀ। ਮੈਂ ਯਾਰ ਜੇ ਮੂੰਹ ਕਰਦੀ ਆ ਫਿਰ ਅਸੀਂ ਗਲਤ ਹੋ ਗਏ। ਕਹਿੰਦਾ ਗਲਤ ਗੁਲਤ ਨੀ, ਕਹਿੰਦਾ ਤੂੰ ਵਗ ਜਾ ਇੱਥੋਂ, ਮੇਰਾ ਘਰ ਪੱਟਿਆ ਜਾਊਗਾ। ਮੈਂ ਯਾਰ ਮਾਮਾ ਜੇ ਤੂੰ ਹਾਂ ਕਹੀ ਗਿਆ ਤਾਂ ਫਿਰ ਪੱਟਿਆ ਜਾਊਗਾ। ਬਸ ਇਹਨੇ ਯਾਰ ਆਵਾ ਘਰ ਵਸਾਉਣਾ ਸੀ, ਇਹਦੇ ਛੜੇ ਮਰਨ ਵਾਲੇ ਲੱਛਣ ਸੀਗਾ, ਇਹ ਵਿਆਹ ਕੇ ਵੀ ਛੜੀ ਮਰੂ। ਹੁਣ ਤੂੰ ਹੁਣ ਕਿੰਨਾ ਕੁ ਚਿਰ ਸਹੀ ਜਾਏਂਗੀ? ਦੋਸਤ ਵੀ ਆ ਗਿਆ ਉਹਦੇ ਨਾਲ ਵੀ ਤੈਨੂੰ ਕਹਿ ਦੂਗਾ ਵੀ ਤੂੰ ਗਲਤ ਆ। ਕਿਸੇ ਨਾਲ ਜਾਣ ਹੀ ਨੀ ਦਿੰਦਾ, ਕਿਤੇ ਮੈਨੂੰ ਬਾਹਰ ਤਾਂ ਟੱਪਣ ਨੀ ਦਿੰਦਾ। ਸਵੇਰ ਨੂੰ ਇਹਦਾ ਕੋਈ ਹੋਰ ਆਉਂਦਾ, ਰਿਸ਼ਤੇਦਾਰ ਕੋਈ ਆਉਂਦਾ, ਇਹ ਤਾਂ ਹਰੇਕ ਨੂੰ ਗਲਤ ਬਣਾ ਦਿਆ ਕਰੂਗਾ। ਕਿਸੇ ਨਾਲ ਵਰਤਣ ਨੀ ਦੇਣਾ ਹੈਗਾ, ਹੋਰ ਮੈਨੂੰ ਕੋਈ ਮਰਦ ਨੀ ਧਿਆਉਣਾ। ਗਲਤ ਹੋਣ ਤੇ ਆ ਗਈ ਫਿਰ ਤੂੰ ਕਿਹੜਾ ਫੜ ਲੇ? ਹੁਣ ਘਰੋਂ ਜਾਂਦੀ ਨੀ ਗਾ, ਜਾਂਦੇ ਨੀ, ਖੇਤ ਵੀ ਨੀ ਜਾਂਦਾ, ਗੇੜਾ ਮਾਰਨਾ ਵੀ ਜਾਂਦਾ, ਰਾਖੀ ਤੇ ਬੈਠਾ ਰਹਿੰਦਾ ਮੇਰੇ। ਵੀ ਸੱਜਣਾ ਸੀ ਫਿਰ, ਅੱਛਾ ਜੇ ਅਸੀਂ ਗਲਤੀ ਕਰਨਾ ਹੋਇਆ ਵੀ ਫਿਰ ਤੂੰ ਘਰੇ ਹੋਏਗਾ, ਫੇਰ ਕਿਹੜਾ ਹਟਾ ਲਏਗਾ ਸਾਨੂੰ? ਐ ਰਾਖੀਆਂ ਰੱਖਣ ਨਾਲ ਨੀ ਕੁਛ ਹੁੰਦਾ, ਬੰਦੇ ਦਾ ਕਿਰਦਾਰ ਸਹੀ ਹੋਣਾ ਚਾਹੀਦਾ ਗਾ। ਇਹ ਗੱਲਾਂ ਨੀ ਨਾ ਸਮਝਦਾ, ਮੈਨੂੰ ਤਾਂ ਐਂ ਆ ਵੀ ਮੈਂ 24 ਘੰਟੇ ਕੋਲੇ ਰਹਿਣਾ ਗਾ, ਮੇਰੀ ਝੇਪ ਮੰਨਦੇ ਆ। ਪੁੱਠਾ ਚੱਲਦਾ ਜਿਹੜਾ ਦਿਮਾਗ ਇਹ ਨੀ ਨਾ ਸਹੀ ਹੁੰਦਾ ਇਹਦਾ। ਜਿਹਨੇ ਗਲਤ ਹੋਣਾ ਗਾ ਉਹ ਤਾਂ ਸਾਰਿਆਂ ਦੇ ਸਾਹਮਣੇ ਵੀ ਹੋ ਜਾਊਗਾ, ਫਿਰ ਤੂੰ ਕਿਹੜਾ ਹਟਾ ਲਏਗਾ? ਬਸ ਇਹ ਕਰ ਦੂਗਾ ਤੈਨੂੰ, ਮਾਮੀ ਗਲਤ ਆ, ਆਪਦੇ ਹੱਥੀ ਕਰਵਾਊਗਾ। ਚਾਦਰ ਜੀ ਨਾ। ਹਾਂਜੀ ਕੀ ਕਰੀ ਜਾਂਦੇ ਜਨਾਸਾ? ਆ ਗਈ ਯਾਦ? ਹੈ ਆ ਗਈ ਯਾਦ? ਮੈਂ ਕਹਾਂ ਜਾਦੀਆਂ, ਮੈਂ ਤਾਂ ਭੁੱਲਦਾ ਹੀ ਨਹੀਂ ਤੈਨੂੰ। ਬਸ ਰਹਿਣ ਦਿਆ ਕਰ, ਇਹੋ ਜਿਹੀਆਂ ਮਿੱਠੀਆਂ ਨਾ ਕਿਤੇ ਹੋਰ ਜਾ ਕੇ ਮਾਰੀ, ਬਾਲੇ ਵਾਰੀ ਤੂੰ ਆਈ ਮਿੱਠੀਆਂ ਮਾਰਦਾਗਾ। ਪਹਿਲਾਂ ਗਲਤੀਆਂ ਪਹਿਲਾਂ ਗੱਲ ਦਾ ਸੁਣ ਲਿਆ ਕਰ, ਫੇਰ ਉਹ ਕਰਨ ਲੱਗ ਜਾਂਦੀ ਆ। ਹਾਂ ਕੀ ਗੱਲ ਸੁਣਾ ਤੇਰੀ? ਮੈਂ ਪਹਿਲੇ ਹੀ ਲੜਨ ਲੱਗਿਆ, ਫਿਰ ਮੈਂ ਫਿਰ ਕਹਿੰਦਾ ਨੀ ਤੂੰ ਅੱਗੇ ਰੱਖ ਜਾ, ਫਿਰ ਮੇਰਾ ਬਲੱਡ ਵੱਧ ਜਾਂਦਾ। ਤੇਰੇ ਇਕੱਲੇ ਦਾ ਬਲੱਡ ਵੱਧਦਾ, ਮੇਰਾ ਨੀ ਵੱਧਦਾ, ਜਿਹੜੀਆਂ ਤੂੰ ਗਲਤੀਆਂ ਕਰਦਾਗਾ। ਉਹ ਨਹੀਂ ਮੇਰੀ ਗੱਲ ਤਾਂ ਸੁਣ, ਤੂੰ ਇੱਕ ਦੋ ਆਇਆ ਤਰੀ ਪਏ ਸੀ ਨਾ, ਮੈਨੂੰ ਬਹਿਮੀ ਪੈ ਗਈ।
ਤੂੰ ਤੇ ਆਪਣਾ ਬਾਣ ਹਾਂ ਕਦੋਂ ਅੰਦਰ ਕਦੋਂ ਪਏ ਸੀ ਆਪਾਂ ਉਹ ਮੈਨੂੰ ਵਹਿਮ ਹੋ ਤੇ ਆਪਾਂ ਇਕੱਠੇ ਪਏ ਸੀਗੇ ਫਿਰ ਪਏ ਤਾਂ ਇਕੱਠੇ ਸੀ ਤੇ ਮੈਂ ਐਂ ਤਾਂ ਨੀ ਕਹਿੰਦਾ ਵੀ ਆਪਾਂ ਡੋਡੀ ਪਏ ਸੀ ਵੀ ਮੈਨੂੰ ਵਹਿਮ ਹੋ ਗਿਆ ਆਪ ਤਾਂ ਵੀ ਐਂ ਇਕੱਠੇ ਪਏ ਨੇ ਚੱਲ ਸੁੱਤੇ ਪਏ ਨੇ ਕਿਤੇ ਇੱਧਰ ਉੱਧਰ ਮੂੰਹ ਪਾਉਂਗੇ ਤੇ ਫਿਰ ਕੀ ਹੋ ਗਿਆ ਜੇ ਮੂੰਹ ਪਾਵਾਂਗਾ ਚੱਪੀ ਤਾਂ ਨੀ ਪਾਈ ਸੀ ਕੋਈ ਉਹਨੂੰ ਮੈਂ ਹੱਥ ਰੱਖਿਆ ਗਿਆ ਉਹ ਕਿੱਡੀ ਕੁ ਗੱਲ ਹੈ ਹਾਂ ਫਿਰ ਮੈਂ ਤੇ ਲੱਤਾਂ ਐਂ ਕਰਤਾ ਪਰੇ ਮੈਨੂੰ ਵਹਿਮ ਹੀ ਆਇਆ ਉਹ ਮੈਂ ਇਹ ਕੀ ਗੱਲ ਹੋ ਗਈ ਕਿਤੇ ਮੈਂ ਜਾਗਦੇ ਪਏ ਉਪਰੀ ਜਾਂਦੇ ਤੂੰ ਨਾ ਦਿਮਾਗ ਆਪਦਾ ਸਿੱਧਾ ਰੱਖਿਆ ਕਰ ਪੁੱਠਾ ਨਾ ਸੋਚਿਆ ਕਰ ਸਿੱਧਾ ਹੀ ਆ ਤੂੰ ਮੈਨੂੰ ਆਪਦੇ ਆਪ ਗਲਤ ਕਹੀ ਜਾਂਦਾ ਚੱਲ ਮੈਂ ਉਹ ਵੀ ਗਲਤੀ ਮੰਨਦਾ ਮੈਨੂੰ ਚੱਲ ਮੈਂ ਚੋ ਕੇ ਹੈਗਾ ਚੱਲ ਭਾਣ ਜਾ ਮੇਰਾ ਹੀ ਆ ਵੀ ਮੇਰੇ ਕੋਲ ਹੀ ਪਿਆ ਸੀ ਵੀ ਆਏ ਦਾ ਜਵਾਕ ਆਏ ਤਾਂ ਤੈਨੂੰ ਇੰਨਾ ਕੁ ਤਾਂ ਮਾੜਾ ਮੋਟਾ ਤੂੰ ਸਿਆਣਾ ਹੈਗਾ ਇੰਨੇ ਕੁ ਤਾਂ ਤੇਰੇ ਤੇ ਸ਼ਰਮ ਮੰਨੂਗੇ ਵੀ ਘਰ ਵਾਲਾ ਮੇਰੇ ਕੋਲੇ ਪਿਆ ਗਾ ਜੇ ਭਾਣ ਜਾ ਵਿਚਾਲੇ ਪੈ ਗਿਆ ਤਾਂ ਮੈਂ ਉਹਦੇ ਨਾਲ ਮਾੜੀ ਹੋ ਗਈ ਫਿਰ ਤੂੰ ਮੈਂ ਦਿਨ ਮਾੜੀ ਕਹਿੰਦਾ ਹੀ ਨਹੀਂ ਮਖਾ ਸੋਚਦਾ ਤੂੰ ਫਿਰ ਮੈਨੂੰ ਉਹ ਵਹਿਮੀ ਆਏ ਹੋ ਗਈ ਜੇ ਕੋਈ ਹੱਥ ਤਰੀ ਬਜੀ ਸੀ ਮਖਾ ਆ ਕੀ ਗੱਲ ਹੱਥ ਧਰਨਾ ਫਿਰ ਕੀ ਹੋ ਗਿਆ ਆ ਮੈਨੂੰ ਕੀ ਪਤਾ ਵੀ ਸੁੱਤੇ ਪਏ ਆ ਤਾਂ ਉੱਗੇ ਅੱਗੇ ਚੱਲ ਮੈਨੂੰ ਇਹਦੀ ਜਾਗਦੇ ਕਿਤੇ ਉਗਰੀ ਜਾਂਦੇ ਫਿਰ ਜੇ ਤੇਰੇ ਮਨ ਚ ਵਹਿਮ ਸੀ ਤੂੰ ਮੇਰੇ ਨਾਲ ਗੱਲ ਕਰਦਾ ਮੈਨੂੰ ਕਹਿੰਦਾ ਵੀ ਸੋਨੀ ਮੈਨੂੰ ਤਾਂ ਵਹਿਮ ਆਗਾ ਵੀ ਮੈਨੂੰ ਮੁੰਡਾ ਸਹੀ ਨੀ ਲੱਗਦਾ ਹੈਗਾ ਵੀ ਆਪਾਂ ਇਹਨੂੰ ਘਰੋਂ ਤੋਰ ਦਿੰਦੇ ਵੀ ਆਪਣੇ ਦੋਨਾਂ ਜੀਆਂ ਚ ਫਰਕ ਪੈਂਦਾ ਗਾ ਤੂੰ ਮੈਨੂੰ ਕਹਿ ਸਕਦਾ ਸੀਗਾ ਮੇਰੇ ਨਾਲ ਗੱਲ ਕਰਕੇ ਕਲੀਅਰ ਕਰ ਸਕਦਾ ਸੀ ਤੂੰ ਮੇਰੇ ਘਰ ਵਾਲਾ ਗਾ ਬਸ ਤੈਨੂੰ ਤਾਂ ਉੱਥੋਂ ਹੀ ਸ਼ੱਕ ਪੈ ਗਿਆ ਜੇ ਹੱਥ ਧਰ ਲਿਆ ਮੈਂ ਉਹਦੇ ਉੱਤੇ ਸੁੱਤੀ ਪਈ ਨੇ ਤੈਨੂੰ ਐਂ ਹੋ ਗਿਆ ਵੀ ਇਹ ਜੱਫੀ ਪਾਈ ਮੇਰੇ ਸਾਹਮਣੇ ਪਈ ਆ ਗਏ ਮੈਨੂੰ ਐਂ ਹੋ ਗਿਆ ਵੀ ਦਿਨੇ ਖਬਰ ਕੀ ਕੁਛ ਕਰ ਦੇਣਗੇ ਕੱਲੇ ਰਹਿ ਕੇ ਕਰੇ ਇੰਨੀ ਸੋਚ ਮਾੜੀ ਹੈ ਤੇਰੀ ਯਾਰ ਉਹ ਮੈਨੂੰ ਬਹਿਮੀ ਪੈ ਗਈ ਦਿਲ ਚ ਤੂੰ ਮੇਰੇ ਨਾਲ ਤਾਂ ਪਹਿਲਾਂ ਗੱਲ ਕਰਕੇ ਕਲੀਅਰ ਕਰ ਲੈਂਦਾ ਤੂੰ ਪਹਿਲਾਂ ਕੀਪੂ ਨੂੰ ਕੀ ਕੁਛ ਬੋਲਿਆ ਰਹਿੰਦਾ ਖੁੰਦਾ ਤੂੰ ਆਪਦੇ ਉਹ ਦੋਸਤ ਨੂੰ ਉਹਨੂੰ ਜਾ ਕੇ ਸਾਰਾ ਕੁਛ ਘਰ ਦੀ ਗੱਲ ਉਹਨੂੰ ਦੱਸ ਤੇ ਉਹ ਘਰੇ ਮੈਨੂੰ ਸਮਝਾਉਣ ਆਇਆ ਮੈਨੂੰ ਕੌਣ ਹੁੰਦਾ ਉਹ ਸਮਝਾਉਣ ਵਾਲਾ ਜੇ ਮੈਂ ਮਾੜੀ ਹੋਣਾ ਹੋਊਗਾ ਨਾ ਤੇਰੀਆਂ ਅੱਖਾਂ ਦੇ ਸਾਹਮਣੇ ਨਹੀਂ ਹੋਊਗੀ ਉਹ ਚੱਲ ਮੈਂ ਬੈਠਾ ਸੀ ਐਂ ਕਰੀ ਉਹ ਆਇਆ ਸੀਗਾ ਕਹਿੰਦਾ ਬੈਠਾ ਮਾ ਯਾਰ ਗੱਲ ਗਲਤ ਹੋ ਰਹੀ ਉਹਨੂੰ ਦੱਸਣਾ ਜ਼ਰੂਰੀ ਸਮਝ ਲੈ ਤੂੰ ਆਪਣੇ ਦੋਸਤ ਨੂੰ ਪਰ ਮੇਰੇ ਨਾਲ ਗੱਲ ਮੈਂ ਤਾਂ ਸੱਚੀ ਗੱਲ ਕਹਿ ਕੇ ਹੀ ਜਾਂਦੀ ਆ ਮੰਨਦੀ ਮੰਨਦੇ ਗੱਲ ਫਿਰ ਮੇਰੇ ਨਾਲ ਕਰ ਸਕਦਾ ਸੀ ਮੇਰੇ ਘਰ ਵਾਲੀ ਸੀ ਮੇਰੇ ਨਾਲ ਗੱਲ ਕਰ ਸਕਦੇ ਤੈਨੂੰ ਮੈਂ ਕਿੰਨਾ ਪਿਆਰ ਕਰਦੀ ਹਾਂ ਜੀ ਤੈਨੂੰ ਖੁਦ ਨੂੰ ਵੀ ਪਤਾ ਜੇ ਤੈਨੂੰ ਮੈਂ ਛੱਡ ਕੇ ਜਾਣਾ ਹੁੰਦਾ ਨਾ ਇਦੋਂ ਪਹਿਲਾਂ ਜਾ ਚੁੱਕੀ ਹੁੰਦੀ ਮੈਂ ਆ ਫਿਰ ਤੂੰ ਤਾਂ ਲੀੜੇ ਚੱਕ ਕੇ ਤਿਆਰ ਹੋਣ ਲੱਗੀ ਫਿਰ ਉਹ ਯਾਰ ਉਹ ਮੈਂ ਗੁੱਸੇ 'ਚ ਕਿਹਾ ਸੀ ਮੈਂ ਗੁੱਸੇ 'ਚ ਤਿਆਰ ਹੋਈ ਸੀ ਜਾਣ ਨੂੰ ਜਦੋਂ ਤੂੰ ਹੜਤਾ ਨਹੀਂ ਜਦੋਂ ਕੱਤੀਆਂ ਕਰਨ ਫਿਰ ਗੁੱਸੇ 'ਚ ਹੀ ਮੈਥੋਂ ਕਿਹਾ ਗਿਆ ਕਹਿੰਦਾ ਤੁਸੀਂ ਐਂ ਮੈਂ ਤੈਨੂੰ ਐਂ ਕਹਿੰਦੀ ਵੀ ਗੱਲ ਤੂੰ ਪਿਆਰ ਨਾਲ ਕਰ ਸਕਦਾ ਸੀ ਬੈਠੇ ਮੇਰੇ ਨਾਲ ਵੀ ਮੈਨੂੰ ਗਲਤ ਲੱਗਦਾ ਚੱਲ ਇੰਨੀ ਮੈਂ ਤਾਂ ਗਲਤੀ ਹੋ ਗਈ ਬਸ ਤੂੰ ਜਾ ਕੇ ਦੂਜਿਆਂ ਕੋਲੇ ਮੇਰੀ ਗਲਤੀਆਂ ਕੱਢਦਾ ਤੇ ਉਹੀ ਜਿਹੜੇ ਦੋਸਤ ਕੋਲੇ ਕਿਹਾ ਉਹ ਚਾਰ ਹੁੰਦਿਆਂ ਕੋਲੇ ਹੋਰ ਕਹੂ ਵੀ ਮੈਨੂੰ ਪਾਲਾ ਐਂ ਕਹਿੰਦਾ ਮੇਰਾ ਭਾਣਜਾ ਘਰੇ ਰਹਿੰਦਾ ਮੇਰੇ ਘਰ ਵਾਲੀ ਰੱਖੀ ਵੇਖੀ ਆ ਉਹਨੂੰ ਤੇ ਕਿੱਥੇ ਤੱਕ ਗੱਲ ਜਾਊਗੀ ਇਹ ਕੀ ਸੋਚੂ ਤੇਰੀ ਇੱਜ਼ਤ ਘਟਦੀ ਇਹਦੇ ਚ ਗੱਲ ਸੁਝਾ ਕੇ ਕਿਤੇ ਗੱਲ ਨਹੀਂ ਕੋਈ ਕਰ ਮੇਰੀ ਨਹੀਂ ਘਟਦੀ ਇੱਜ਼ਤ ਇਹਦੇ ਚ ਤੇਰੀ ਇੱਜ਼ਤ ਘਟਦੀ ਆ ਲੋਕ ਮੈਨੂੰ ਤਾਂ ਪਤਾ ਕੀ ਕਹਿਣਗੇ ਹਾਂ ਜੇ ਉਹ ਮਾੜਾ ਸੀ ਉਹਨੇ ਭਾਣਜਾ ਰੱਖਿਆ ਤਾਂ ਘਰੇ ਰੱਖਿਆਗਾ ਉਹ ਕਿਹੜਾ ਬਾਹਰ ਭੱਜ ਗਈ ਕਿਸੇ ਨਾਲ ਮੈਨੂੰ ਨਹੀਂ ਕੋਈ ਮਾੜਾ ਕਹਿੰਦਾ ਤੈਨੂੰ ਕਹਿਣਗੇ ਵੀ ਤੇਰੇ ਚ ਕਣ ਕੰਡਾ ਨਹੀਂ ਸੀ ਜੇ ਤੂੰ ਆਪਦੇ ਘਰ ਵਾਲੀ ਸਾਂਭ ਲੈਂਦਾ ਨਾ ਉਹਨੂੰ ਇੱਜ਼ਤ ਪਿਆਰ ਸਭ ਕੁਛ ਦਿੰਦਾ ਤਾਂ ਉਹ ਘਰੇ ਬੰਦਾ ਰੱਖ ਦੇ ਤੇਰੀਆਂ ਬਹੁਤ ਸੁਣ ਲੀਆਂ ਫਿਰ ਮੇਰੀ ਤਾਂ ਸੁਣ ਲਾ ਫਿਰ ਕੀ ਸੁਣਾ ਹੁਣ ਮੈਂ ਤੇਰੀ ਗੱਲ ਨਹੀਂ ਗਲਤੀ ਹੋ ਗਈ ਮੇਰੇ ਨਾਲੋਂ ਉਮਰ ਤੇ ਵੀ ਵੱਡਾ ਮੈਂ ਮਨ ਚ ਉਸ ਬਹਿਮੀ ਪਈ ਗਈ ਬਹਿਮ ਨਾ ਫਿਰ ਕਹਿੰਦੇ ਨੇ ਕੋਈ ਦਵਾਈ ਨਹੀਂ
ਤੇਰੇ ਮਨ ਚ ਵਹਿਮ ਪੈ ਰਿਹਾ ਗਾ ਵੀ ਮੈਂ ਉਮਰ ਚ ਵੱਡਾ ਗਾ ਵੀ ਮੈਨੂੰ ਖਬਰੇ ਪਸੰਦ ਨੀ ਕਰਦੀ, ਮੈਂ ਘਰ ਪਰਿਵਾਰ ਦੁਨੀਆਦਾਰੀ ਚਲਾਉਣ ਦੀ ਮਾਰੀ ਮੈਂ ਫੇਰ ਵੀ ਤੇਰੇ ਬਸੀ ਬੈਠਾ। ਮੈਨੂੰ ਉਹਦੇ ਦੇ ਪੁੱਛਿਆ ਕਹੀਂ ਕਿੱਡਾ ਸੁਣ ਮੈਨੂੰ ਬਣਦਾ ਮੈਨੂੰ ਰਾਤ ਨੂੰ। ਜੇ ਮੇਰੀ ਕੋਈ ਸਹੇਲੀ ਆਉਂਦੀ ਆ ਜਾਂ ਮੇਰੀ ਕੋਈ ਭੈਣ ਆਉਂਦੀ ਆ, ਜੇ ਤੂੰ ਪੁੱਛ ਲੇਗਾ ਇਹਦੇ ਚ ਵੀ ਜਵਾਨ ਹੈਗੀ ਵਿਆਹੀ ਹੈਗੀ ਕੁਮਾਰੀ ਹੈਗੀ, ਤਾਂ ਫਿਰ ਮੈਂ ਇਹਦੇ ਚ ਇਹ ਸੋਚ ਲੂੰਗੀ ਵੀ ਇਹ ਗਲਤ ਸੋਚਦਾ। ਉਹ ਨਹੀਂ ਹੈ ਤੇਰੇ ਦਿਮਾਗ ਚ ਨਹੀਂ ਬੜਦੀ ਯਾਰ ਉਹ, ਯਾਰ ਦਿਮਾਗ ਚ ਉਹਦੇ ਬੜੂਗੀ ਜਿਹਦਾ ਦਿਮਾਗ ਸਿੱਧਾ ਚੱਲੂਗਾ। ਤੇਰਾ ਦਿਮਾਗ ਚੱਲਦਾ ਇਸ ਟਾਈਮ ਪੁੱਠਾ, ਤੇਰੇ ਦਿਮਾਗ ਚ ਪੁੱਠੀ ਗੱਲ ਬਣਦੀ। ਚੱਲ ਮੇਰੇ ਗਲਤੀ ਹੋ ਗਈ, ਮੈਂ ਕਹਿੰਦਾ ਕਿਉਂ ਐ ਕਿਹਾ ਵੀ ਮੈਨੂੰ ਤਾਂ ਉੱਥੇ ਪਹਿਲ ਕਾਸੇ ਨੂੰ ਦੱਬ ਲਿਆ, ਮੈਂ ਜਾਣ ਕੇ ਨਾ ਕਿਤੇ ਪਾਇਆ ਪਾਇਆ ਉਹਨੂੰ ਹੈ ਆਪ ਕਰੀ ਬੈਠੇ। ਮੈਨੂੰ ਐ ਹੋ ਗਿਆ ਨਾ ਜੇ ਕੋ ਵੀ ਭੂਤਾਂ ਭਾਤਾਂ ਦਾ ਕਰਕੇ ਉਹ ਜਮਾਨ ਖਬਰਾਂ ਵੀ ਮਾਮੀ ਛੋਟੀ ਜਿਹੀ ਮਾਮੀ ਆ ਵੀ ਮਾਮਾ ਹੈ ਵੱਡਾ ਵੀ ਆਪਾਂ ਨੇੜੇ ਰੱਖੀਏ ਕੀ ਪਤਾ ਉਹਦੇ ਚਿੱਤ ਚ ਬਹਿਮੀ ਹੋ। ਅੱਛਾ ਤੈਨੂੰ ਐ ਲੱਗਦਾ ਵੀ ਤੇਰਾ ਭਾਣਜਾ ਬੇਈਮਾਨ ਹੋ ਗਿਆ ਮੇਰੇ ਤੇ? ਕੀ ਹੈ ਮੈਂ ਕੀ ਪਤਾ ਅੱਜ ਕੱਲ ਕਲ ਯੋਗ ਨਾ। ਬਸ ਤੂੰ ਰਹਿਣ ਦੇ, ਤੇਰਾ ਤਾਂ ਤੇਰਾ ਦਿਮਾਗ ਪੁੱਠਾ ਚੱਲਦਾ, ਤੂੰ ਪੁੱਠਾ ਸੋਚ ਰਿਹਾ ਗਾ। ਤੇਰਾ ਤਾਂ ਮੈਨੂੰ ਪਤਾ ਵੀ ਨਹੀਂ ਇਹੀ ਜੀ ਹੈਗੀ ਇਹ। ਉਹਨੇ ਹਜੇ ਤੱਕਰ ਨਾ ਮੈਨੂੰ ਇਸ ਨਜ਼ਰ ਨਾਲ ਦੇਖਿਆ ਤੱਕਰ ਨਹੀਂ ਹੈਗਾ, ਤੂੰ ਉਹਦੇ ਬਾਰੇ ਇੰਨਾ ਗਲਤ ਕਹੀ ਜਾਂਦਾ ਸੋਚਦਾ। ਚੱਲ ਤੂੰ ਆਪਦੇ ਮਨ ਚ ਰੱਖਦਾ ਉਹ ਗੱਲ ਵੱਖਰੀ ਸੀ, ਤੂੰ ਆਪਦੇ ਜਵਾਨ ਨਾਲ ਹੀ ਕਹੀ ਜਾਂਦਾ ਤੂੰ ਇੰਨਾ ਗਲਤ ਸੋਚਦਾ ਉਹਦੇ ਬਾਰੇ, ਨਾਲੇ ਉੱਤੋਂ ਦੀ ਮੇਰੇ ਬਾਰੇ ਸੋਚਦਾ ਵੀ ਮੈਂ ਐ ਹੋ ਸਕਦੀ ਹੈਗੀ। ਤੈਨੂੰ ਤੇਰੇ ਪਿੱਛੇ ਮੈਨੂੰ ਸਾਰਾ ਪਤਾ ਹੈਗਾ ਵੀ ਇਹੀ ਜਿਹੀ ਨਹੀਂ, ਮੈਨੂੰ ਐ ਸੱਚ ਉੱਥੋਂ ਹੋ ਗਿਆ। ਜੇ ਤੈਨੂੰ ਭਾਣਜੇ ਤੇ ਭਰੋਸਾ ਹੈ ਨੀ ਸੀ ਵੀ ਉਹ ਬਗਾਨਾ ਸੀ ਯਾਰ, ਮੈਂ ਤਾਂ ਤੇਰੀ ਘਰ ਵਾਲੀ ਸੀ, ਮੇਰੇ ਤੇ ਤਾਂ ਭਰੋਸਾ ਕਰ ਸਕਦਾ ਸੀ? ਫਿਰ ਭਰੋਸਾ ਕਰਕੇ ਫਿਰ ਮੈਂ ਕਹਿਤਾ ਵੀ ਵਿਚਾਲੇ ਪੈ ਜਾ, ਤੇ ਉਹ ਕਹਿੰਦਾ ਮੰਮਾ ਮੈਂ ਤੇ ਇੱਥੇ ਤਾਂ ਡਰ ਲੱਗਦਾ, ਮੈਂ ਤਾਂ ਵਿਚਾਲੇ ਪੈ ਮੈਂ ਲੈ ਵਿਚਾਲੇ ਪੈ ਜਾ ਮੈਂ ਲੈ ਵਿਚਾਲੇ ਪੈ ਜਾ ਕਹਿੰਦਾ ਫਿਰ ਤੁਸੀਂ ਐਂ ਕਰੀ ਪਏ। ਮੈਂ ਕਹਿਤਾ ਮੈਨੂੰ ਯਾਦ ਆ ਗਈ ਮੈਂ ਤਾਂ ਜਦ ਇੰਨਾ ਗਲਤ ਦਿਮਾਗ ਤੇਰਾ, ਫਿਰ ਤੁਸੀਂ ਸੁੱਤੇ ਪਏ ਸੀ ਕੁਛ ਨਹੀਂ ਬਣ ਸਕਦਾ, ਮੈਂ ਤੇਰਾ ਹੱਥ ਫੜੇ ਕਰਤਾ ਬਸ। ਤੇ ਤੈਨੂੰ ਮੈਂ ਕੁਛ ਕਿਹਾ ਜਿਹੜਾ ਜਲੂਸ ਕੱਢਤਾ ਇਹ ਕਹਿਣ ਨਾਲੋਂ ਦੁੱਗਣਾ ਤਿੱਗਣੀ ਬੇਇੱਜ਼ਤੀ ਕਰਤੀ ਤੂੰ ਮੇਰੀ ਨਾਲੇ ਉਹਦੀ ਨਾਲੇ ਆਪਦੀ। ਫਿਰ ਮੈਂ ਤੈਨੂੰ ਰਾਤ ਨੂੰ ਕਹਿ ਦਿੰਦਾ ਵੀ ਇਹਨੂੰ ਠਾ ਦੂਜੇ ਕਮਰੇ ਚ ਪਾ ਵੀ ਚਾਹ ਆਪਾਂ ਪਾਈਆਂ ਦੂਜੇ। ਬਸ ਹੁਣ ਯਾਰ ਮੇਰੇ ਨਾਲ ਕੋਈ ਗੱਲ ਨਾ ਕਰ ਉਹਦੇ ਬਾਰੇ, ਠੀਕ ਆ ਨਾ? ਆਪਣੀ ਗੱਲ ਪਹਿਲਾਂ ਕਲੀਅਰ ਹੋ ਚੁੱਕੀ ਆ ਵੀ ਉਹ ਇੱਥੇ ਰਹੂਗਾ। ਰਹੇ ਵੀ ਫਿਰ ਮੈਂ ਤੈਨੂੰ ਕਦੋਂ ਕਹਿਣਾ ਵੀ ਨਾ ਮਸਾ ਮੇਰਾ ਇਸ ਘਰ ਚ ਜੀ ਲੱਗਣ ਲੱਗਿਆ। ਤੇਰਾ ਜੀ ਲੱਗਣਾ ਚਾਹੀਦਾ ਮੈਂ ਤੈਨੂੰ ਕਦੋਂ ਕਹਿਣਾ? ਪਤਾ ਨੀ ਮੇਰੀ ਖੁਸ਼ੀ ਤੇਰੇ ਤੋਂ ਜਲੀ ਨੀ ਜਾਂਦੀ ਹੈਗੀ ਵੀ ਇਹ ਖੁਸ਼ ਕਿਉਂ ਰਹਿੰਦੀ ਆ, ਐਵੇਂ ਗਲ ਘੋਟਦੇ ਯਾਰ ਮੇਰਾ ਮਕਾ ਪਰੇ ਜੱਪ ਐਵੇਂ ਘੋਟਦੇ ਆ ਗਲ, ਤੈਨੂੰ ਆਇਆ ਵੀ ਮੈਨੂੰ ਛੱਡ ਕੇ ਇਹ ਜਾਂਦੀ ਨੀ ਹੈਗੀ ਵੀ ਇਹਨੂੰ ਦੁਨੀਆਦਾਰੀ ਦੀ ਤੇਰਾ ਗਲ ਘੋਟ ਕੇ ਮੈਨੂੰ ਕੀ ਮਿਲੂ, ਤੈਨੂੰ ਆਇਆ ਵੀ ਦੁਨੀਆਦਾਰੀ ਦੀ ਇਹਨੂੰ ਪਰਵਾਹ ਕੀ? ਮਸਾਂ ਦਾ ਮੈਂ ਸੁੱਖਾਂ ਸੁੱਖ ਕੇ ਲੈ ਆਂਦੀ ਆ ਹੈ ਐਨਾ ਨੂੰ ਚਾਹਦਾ ਉਦਾਂ ਦਾ। ਬਸ ਬਸ ਰਹਿਣ ਦੇ ਰਹਿਣ ਦੇ, ਹੁਣ ਇਹ ਜੇ ਮਸਕੇ ਜੇ ਨਾ ਲਾ ਸਮਝ ਗਿਆ ਨਾ। ਨਹੀਂ ਬੋਲਦਾ ਫਿਰ ਨਾ ਗਲਤ ਸੋਚ ਸੋਚਿਆ ਕਰ,
ਉੱਥੋਂ ਨਾ ਆਰੋ ਦਾ ਪਾਣੀ ਸੁੱਧ ਲੈ ਲਾ ਤੇ ਪੱਗ ਪੁੱਗ ਜੀ ਲਾ ਕੇ ਮਾੜਾ ਜਿਹਾ ਨਾ ਆ ਕੇ ਫਰੈਸ਼ ਹੋਇਆ ਸਰਸਰ ਤੇ ਠੰਡਾ ਪਾਣੀ ਪਾ ਲਾ ਮਾੜਾ ਦਿਮਾਗ ਚ ਤੇਰੇ ਜਿਹੜਾ ਗੰਦਾ ਨਿਕਲ ਜੇ ਕੋਈ ਨਿਕਲ ਜੂ ਦਿਮਾਗ ਨੂੰ ਸੁੱਧ ਕਰ ਲਾ ਨਿਕਲੀ ਗਿਆ ਗੱਲ ਤੇ ਮੈਨੂੰ ਕਹਿਤਾ ਬਸ ਠੀਕ ਹੈ ਹੁਣ ਇੱਦਾਂ ਮੁੜ ਕੇ ਨਾ ਗੱਲ ਛੇੜੀ ਘਰ ਚ ਨਹੀਂ ਛੇੜਦਾ ਆਉਣਾ ਚਾਹ ਰਹਿਣ ਦੇ ਘਰ ਚ ਠੀਕ ਆ ਨਾ ਖੁਸ਼ ਰਹਿ ਰਹਿਣ ਦੇ ਮੈਨੂੰ ਮੈਂ ਤਾਂ ਕਹਿੰਦਾ ਖੁਸ਼ ਮੇਰੇ ਕੋਲ ਤਾਂ ਚੱਲ ਦੇਣੇ ਦੋਨੇ 10 ਮਿੰਟ ਪੈ ਜਾਏਗਾ ਉਹ ਕੋਈ ਗੱਲ ਨਹੀਂ ਯਾਰ ਸਾਰੀ ਉਮਰ ਹੀ ਪਈ ਹੈਗੀ ਆਪਣੀ ਭੈਣ ਨੂੰ ਉਹ ਹੁਣ ਦੇਖ ਇੱਥੇ ਕੋਈ ਨਹੀਂ ਹੈਗਾ ਆਪਾਂ ਨੂੰ ਵੀ ਪਤਾ ਹੈਗਾ ਵੀ ਜੇ ਆਪਾਂ ਦੋਨੇ ਹੁੰਦੇ ਸੀ ਫਿਰ ਕਿਹੜਾ ਮੇਰੇ ਮੂੰਹੋਂ ਕੁਛ ਹੋਰ ਨਿਕਲਿਆ ਸੀਗਾ ਫਿਰ ਕਹੇਗਾ ਵੀ ਮੇਰੇ ਚ ਕਮੀਆਂ ਗਿਣਦੀ ਰਹਿੰਦੀ ਹੈਗੀ ਫਿਰ ਕਿਹੜਾ ਕੁਛ ਹੁੰਦਾ ਕਰਦਾ ਸੀ ਫਿਰ ਵੀ ਤਾਂ ਜਿਹੋ ਜਿਹਾ ਪੈਂਦੇ ਸੀ ਉਹੋ ਜਿਹੇ ਉੱਠ ਖੜਦੇ ਸੀਗੇ ਜਿਹੋ ਜਿਹਾ ਕੋਈ ਬਗਾਨੇ ਪੈ ਗਏ ਜਿਹੋ ਜਿਹੇ ਆਪਾਂ ਆਦਮੀ ਤੀਵੀ ਪੈ ਗਏ ਫਿਰ ਜੇ ਉਹ ਤੀਜਾ ਵਿੱਚ ਪੈ ਗਿਆ ਫਿਰ ਕੀ ਹੁੰਦਾ ਗਾ ਆਪਣੀ ਕਿਹੜਾ ਕੋਈ ਉਮਰ ਟੱਪ ਗਈ ਚੱਲ ਠੀਕ ਆ ਤੂੰ ਕਰ ਦੂਜੇ ਕਮਰੇ ਚ ਉੱਥੇ ਪੈ ਜਾ ਮੈਂ ਸਫਾਈ ਸਫੂਈ ਕੋਈ ਨਾ ਕਈ ਵਾਰੀ 10 ਮਿੰਟ ਪੈਣਾ ਪੈ ਕੋਈ ਨਾ ਕੋਈ ਨਾ ਸਾਰੀ ਹਤੀ ਜਾਗਦਾ ਰਹਿੰਦਾ ਨਾ ਕੋਈ ਗੱਲ ਨੀ ਸੌ ਜਾਂਦਾ ਜਵਾਗਦਾ ਆਹੋ ਕੋਈ ਨੀ ਘਰ ਸਾਫ ਵੱਡਾ ਆ ਵੀ ਉੱਥੇ ਜੇ ਸਾਰੀ ਰਾਤ ਉਹ ਜਾਗਦਾ ਨੀ ਹੁੰਦਾ ਵੀ ਸੌਂ ਜਾਂਦਾ ਵੀ ਉੱਠ ਕੇ ਕੰਮ ਨੀ ਮੈਂ ਇੱਧਰਲੇ ਕਮਰੇ ਚ ਆ ਜਾਊਂਗੀ ਤੇਰੇ ਨਾਲ ਬਹਿ ਜਾ ਟਿੱਕੇ ਸੰਭਲਦਾ ਜੇ ਮੈਂ ਤੇਰੇ ਨਾਲ ਹੀ ਪੈਣਾ ਹੁੰਦਾ ਰਾਤਾਂ ਕੱਟਣੀਆਂ ਹੁੰਦੀਆਂ ਫਿਰ ਮੈਂ ਉਹਨੂੰ ਇੱਥੇ ਰੱਖਦੀ ਸੀ ਆਹੋ ਇੱਥੇ ਯਾਰ ਸੋਨੀ ਤੂੰ ਤੂੰ ਇੱਥੇ ਕਿਉਂ ਕਿਵੇਂ ਮੈਂ ਤਾਂ ਇੱਥੇ ਵਿਆਹੀ ਆ ਮੇਰਾ ਘਰ ਹੈ ਤੂੰ ਇੱਥੇ ਕਿਵੇਂ ਰਿਸ਼ਤੇਦਾਰੀ ਹੈ ਮੇਰੀ ਬਾਈ ਕਿੱਧਰ ਗਿਆ ਬਹਿ ਜਾਓ ਹੈ ਇੱਥੇ ਹੀ ਹੋਣਗੇ ਬਾਹਰ ਹੁਣ ਕੋਈ ਗੱਲ ਨਹੀਂ ਬਹਿ ਤਾਂ ਜਾਓ ਤੁਸੀਂ ਬੋਲ ਹਾਂ ਸੁਣਨੇ ਜੇ ਹੋ ਗਈ ਨਹੀਂ ਮੈਂ ਤੈਨੂੰ ਦੇਖ ਕੇ ਅਚਾਨਕ ਜੇ ਮੈਂ ਅੱਖਾਂ ਵੀ ਅੱਗੇ ਤਾਂ ਕਦੇ ਮੈਂ ਦੇਖਿਆ ਨਹੀਂ ਹੈਗਾ ਮੈਨੂੰ ਤਾਂ ਇੰਨਾ ਟਾਈਮ ਹੋ ਗਿਆ ਵਿਆਹੀ ਨੂੰ ਰਿਸ਼ਤੇਦਾਰੀ ਹੈ ਮੇਰੀ ਇੱਥੇ ਅੱਛਾ ਰਿਸ਼ਤੇਦਾਰੀ ਪਰ ਮੈਨੂੰ ਤਾਂ ਕਦੇ ਪਾਲਾ ਨੇ ਦੱਸਿਆ ਨਹੀਂ ਹੈ ਵੀ ਮੇਰੀ ਰਿਸ਼ਤੇਦਾਰੀ ਨਾ ਹੀ ਤੁਹਾਡਾ ਕਦੇ ਕੋਈ ਜ਼ਿਕਰ ਕਰਿਆ ਗਾ ਪੁੱਛ ਲਈ ਉਹਨੂੰ ਇਹਦੀ ਭੂਆ ਦਾ ਮੁੰਡਾ ਭੂਆ ਦਾ ਮੁੰਡਾ ਤੇ ਫਿਰ ਵਿਆਹ ਉਹਨੂੰ ਵੀ ਨਹੀਂ ਮੈਂ ਤਾਂ ਦੇਖਿਆ ਉਦੋਂ ਬਾਅਦ ਵੀ ਨਹੀਂ ਆਏ ਹੈਗੇ ਬਣਦੀ ਨਹੀਂ ਸੀ ਮੈਂ ਬਾਹਰ ਰਹਿੰਦਾ ਸੀ ਕਾਲਜ ਤੋਂ ਬਾਅਦ ਬਾਹਰ ਬਾਹਰੋਂ ਹੁਣ ਆਏ ਸਿੰਗਾਪੁਰ ਹੋਰ ਪਾਣੀ ਲਿਆਵਾਂ ਪਹਿਲਾਂ ਕਾਲਜ ਟਾਈਮ ਹੀ ਯਾਦ ਆ ਗਿਆ ਮੇਰਾ ਤਾਂ ਕਿੱਥੇ ਮੈਂ ਫਸ ਗਈ ਆ ਕੇ ਯਾਰ ਮੈਂ ਇਹਦੇ ਨਾਲ ਹੀ ਵਿਆਹ ਕਰਵਾਇਆ ਹੁੰਦਾ ਕਿੰਨਾ ਮੇਰੇ ਮਗਰ ਫਿਰਦਾ ਸੀਗਾ ਕਿੰਨਾ ਪਿਆਰ ਵੀ ਕਰਦਾ ਸੀ ਮੈਂ ਹੀ ਇਗਨੋਰ ਕਰੀ ਗਈ ਇਹਨੂੰ ਇੱਦਾਂ ਅੱਜ ਅਚਾਨਕ ਆ ਕੇ ਮੇਰੇ ਤਾਂ ਲੱਤਾਂ 'ਚੋਂ ਸੀਤ ਹੀ ਕੱਢਤਾ ਇਹਨੇ ਪਾਣੀ ਨੂੰ ਡਿੱਕੀ ਜਾਂਦਾ ਉਹ ਪਾਣੀ ਤਾਂ ਲੈ ਜਾ ਮੈਨੂੰ ਤਾਂ ਯਕੀਨ ਹੀ ਨਹੀਂ ਹੋ ਰਿਹਾ ਵੀ ਇਹ ਆ ਰਿਹਾ ਇੱਥੇ ਦਿਲ ਵੀ ਇੰਨਾ ਤੇਜ਼ ਤੇਜ਼ ਧੜਕ ਰਿਹਾ ਮੇਰਾ ਤਾਂ
ਹਾਂਜੀ ਪਾਣੀ ਪਾਣੀ ਨੂੰ ਤਾਂ ਕੀ ਸੀਗਾ ਕੋਈ ਗੱਲ ਨਹੀਂ ਹੋਰ ਠੀਕ ਰਹਿਣੀ ਆ ਬਸ ਵਧੀਆ ਤੂੰ ਸੁਣਾ ਆਪਣਾ ਵਧੀਆ ਬਸ ਵਧੀਆ ਨਿਕਲਦੀ ਹੈ ਜ਼ਿੰਦਗੀ ਟਾਈਮ ਪਾਸ ਖੁਸ਼ ਹਾਂ ਫਿਰ ਬਸ ਜਦੋਂ ਵਿਆਹ ਹੀ ਹੋ ਗਿਆ ਖੁਸ਼ ਹੀ ਹੈਗੀ ਫਿਰ ਵਿਆਹ ਕਿਵੇਂ ਕਰਵਾ ਲਿਆ ਮੈਂ ਝਾਈ ਨਹੀਂ ਸਮਝ ਆਉਂਦੀ ਵਿਆਹ ਕਰਵਾਉਣਾ ਹੀ ਸੀਗਾ ਉਮਰ ਸੀ ਵਿਆਹ ਵਾਲੀ ਮਾਂ ਬਾਪ ਨੇ ਕਰਤਾ ਹੱਦ ਹੋ ਗਈ ਦੱਸਿਆ ਵੀ ਨਹੀਂ ਦੱਸਦੇ ਤਾਂ ਫਿਰ ਹੀ ਜੇ ਕਾਲਜ ਤੋਂ ਬਾਅਦ ਮਿਲਦੇ ਧੱਕਾ ਕੀਤਾ ਮੈਂ ਤਾਂ ਕਾਹਦਾ ਧੱਕਾ ਕੀਤਾ ਧੱਕਾ ਤਾਂ ਕਿਸਮਤ ਨੇ ਕੀਤਾ ਮੇਰੇ ਨਾਲ ਕਿੱਧਰ ਗਿਆ ਹੁਣ ਬਸ ਇੱਥੇ ਹੋਊਗਾ ਕੋਈ ਪਊਆ ਦੀ ਗਾ ਲੈਣ ਗਿਆ ਹੋਊ ਠੇਕੇ ਤੋਂ ਕਿਉਂ ਤੇ ਹੋਰ ਸ਼ਾਮ ਹੁੰਦੀ ਜਾਂਦੀ ਹੈਗੀ ਚਾਰ ਵੱਜ ਚੁੱਕੇ ਆ ਬਸ ਸ਼ਾਮ ਨੂੰ ਹੋਰ ਕੀ ਚਾਹੀਦਾ ਦਾਰੂ ਪੀਂਦਾ ਡਰਿੰਕ ਕਰਦਾ ਗਾ ਫਿਰ ਤਾਂ ਕਿਹੜੀ ਜ਼ਿੰਦਗੀ ਉਹਦੀ ਬਸ ਫਿਰ ਤੈਨੂੰ ਪਤਾ ਹੀ ਹੈ ਕਿਹੜੀ ਜ਼ਿੰਦਗੀ ਹੈ ਨਾਲੇ ਕਹਿੰਦੀ ਖੁਸ਼ ਹਾਂ ਜੀ ਫਿਰ ਬਸ ਹੁਣ ਮਾਂ ਬਾਪ ਦੀ ਮਰਜ਼ੀ ਨਾਲ ਹੋਇਆ ਹੋਇਆ ਵਿਆਹ ਹੋਇਆ ਹੋਇਆ ਜਦੋਂ ਖੁਸ਼ ਹੀ ਹੈ ਫਿਰ ਆਪਦੀ ਜ਼ਿੰਦਗੀ ਰੁਕ ਨਹੀਂ ਸਕਦੀ ਸੀ ਥੋੜ੍ਹਾ ਟਾਈਮ ਬਹਾਨਾ ਲਾ ਲਾ ਮੁੰਡੇ ਬਹਾਨਾ ਲਾ ਲੈਂਦੇ ਵੀ ਅਸੀਂ ਕੰਮ ਕਰਨ ਅੱਗੇ ਵਧਣਾ ਜ਼ਿੰਦਗੀ 'ਚ ਅੱਗੇ ਜਾਣਾ ਗਾ ਕਿਤੇ ਬਾਹਰ ਜਾਣਾ ਗਾ ਕੁੜੀਆਂ ਬਹਾਨਾ ਨਹੀਂ ਲਾ ਸਕਦੀਆਂ ਹੁੰਦੀਆਂ ਜਿਹਨੇ ਕਰਨਾ ਹੋਵੇ ਸਾਰਾ ਕੁਛ ਹੋ ਜਾਂਦਾ ਕਈ ਕੁੜੀਆਂ ਨਹੀਂ ਲਾ ਸਕਦੀਆਂ ਬਹਾਨਾ ਮਾਂ ਪਿਓ ਦੀ ਮਰਜ਼ੀ ਨਾਲ ਵੀ ਚੱਲਣਾ ਪੈਂਦਾ ਗਾ ਦੁਨੀਆਦਾਰੀ ਹੈ ਤੈਨੂੰ ਪਤਾ ਹੀ ਹੈ ਚੱਲ ਕਿਸਮਤ ਸੀ ਜੋ ਹੋਣਾ ਸੀ ਹੋ ਗਿਆ ਹੁਣ ਫਿਰ ਬਸ ਠੀਕ ਹੈ ਤੂੰ ਦੱਸ ਵਿਆਹ ਵਿਊਹ ਕਰਵਾ ਲਿਆ ਕਿੱਥੋਂ ਕਰਵਾ ਲਿਆ ਫਿਰਦੇ ਹਾਂ ਧੱਕੇ ਖਾਂਦੇ ਤੇ ਬਾਹਰ ਗਿਆ ਸੀ ਵਿਆਹ ਵੀ ਨਹੀਂ ਕਰਵਾ ਕੇ ਆ ਵਿਆਹ ਲੈ ਕਿਸਮਤ ਆ ਹੋਈ ਨਹੀਂ ਹੈਗਾ ਇੰਤਜ਼ਾਰ ਕਰਦੇ ਰਹਿ ਗਏ ਕਿਸੇ ਦਾ ਕਿਸੇ ਦਾ ਚਲ ਵਧੀਆ ਪਤਾ ਕਰਿਆ ਸੀ ਮੈਂ ਤਾਂ ਹੀ ਇੱਥੇ ਆਇਆ ਅੱਛਾ ਪਤਾ ਕਰਕੇ ਆਇਆ ਹੁਣ ਤੈਨੂੰ ਆਏ ਨੂੰ ਪਤਾ ਲੱਗਿਆ ਵੀ ਜਦੋਂ ਮੈਂ ਪਤਾ ਕਰਿਆ ਮੈਂ ਉਹਦਾ ਦੇ ਰਿਸ਼ਤੇਦਾਰ ਆ ਯਾਰ ਉੱਥੇ ਦਾ ਜਬਰ ਹੌਲੀ ਹੌਲੀ ਪਤਾ ਕਰਿਆ ਫਿਰ ਮੈਂ ਚੱਲ ਮਿਲ ਕੇ ਆਉਣੇ ਆ ਉਹਦਾ ਬਣਦੀ ਨਹੀਂ ਸੀ ਇਹਨਾਂ ਨਾਲ ਹਾਂ ਤਾਂ ਹੀ ਤਾਂ ਮੈਂ ਕਹੀ ਨੇ ਇੱਕ ਪਾਸੇ ਦਾ ਤੂੰ ਕਹੀ ਇੰਨਾ ਮੇਰੀ ਬਣਦੀ ਨਹੀਂ ਸਾਡੇ ਇਹਨਾਂ ਨਾਲ ਤਾਂ ਹੀ ਉਹ ਵਿਆਹ ਵੇਲੇ ਵੀ ਨਹੀਂ ਆਏ ਫਿਰ ਹੁਣ ਅਚਾਨਕ ਕਿਵੇਂ ਬਣਨ ਲੱਗ ਗਈ ਕਿਸਮਤ ਲੈ ਆਈ ਮੈਨੂੰ ਚੱਲ ਫਿਰ ਐਂ ਕਹੇ ਨਾ ਮੈਂ ਤੇਰਾ ਕਰਕੇ ਆ ਗਿਆ ਐਂ ਲਾ ਲਾ ਆਉਣਾ ਨਹੀਂ ਸੀ ਨਾ ਮੈਂ ਕਦੋਂ ਕਹਿੰਦੀ ਹੈਗੀ ਫਿਰ ਵਧੀਆ ਕਰਿਆ ਜਿਹੜਾ ਆ ਗਿਆ ਅੱਛਾ ਜਿਹੜੇ 2 ਘੰਟੇ ਨਿਕਲਣਗੇ ਵਧੀਆ ਜ਼ਿੰਦਗੀ 'ਚ 2 ਘੰਟੇ ਤੱਕ ਮੈਂ ਤਾਂ ਸਾਰਾ ਜ਼ਿੰਦਗੀ ਰਹਿਣਾ ਚਾਹੁੰਦਾ ਸੀਗਾ ਫਿਰ ਨਹੀਂ ਮਿਲਾਇਆ ਕਿਸਮਤ ਨੇ ਆਪਾਂ ਨੂੰ ਤੇਰੇ ਵੀ ਹੱਥ ਸਾਰਾ ਕੁਛ ਹੈਗਿਆ ਸੀਗਾ ਠੀਕ ਮੇਰੇ ਹੱਥ ਤਾਂ ਕੀ ਸੀਗੇ ਤੈਨੂੰ ਪਤਾ ਹੀ ਹੈਗਾ ਚਲ ਕੋਈ ਨਾ ਚਲ ਕੋਈ ਗੱਲ ਨਹੀਂ ਆਉਣ ਵਾਲਾ ਹੈਗਾ ਵੀ ਐਂ ਨਹੀਂ ਪਤਾ ਦਾਰੂ ਪੀ ਕੀ ਆ ਜੇ ਅੱਛਾ ਨਾ ਵੀ ਤੈਨੂੰ ਪਹਿਚਾਣੇ ਉਹ ਤਾਂ ਹੀ ਕਹਿ ਦੂਗਾ ਵੀ ਕਿਹਨੂੰ ਬਿਠਾਈ ਬੈਠੀ ਹੈ ਹੋ ਨਹੀਂ ਸਕਦਾ ਚਲ ਹੋਰ ਚਾਹ ਬਣਾਵਾਂ ਉਹਨੇ ਮੈਂ ਬਸ ਚਾਹ ਨੂੰ ਕੀ ਹੈ ਕੋਈ ਗੱਲ ਨਹੀਂ ਹੋਰ ਕੀ ਹਾਲ ਬਾਈ ਉਹ ਕਿਵੇਂ ਆ ਠੀਕ ਹੈ ਵਧੀਆ ਠੀਕ ਹੈ ਠੀਕ ਹੈ ਵਧੀਆ ਬਾਈ ਆ ਕਿੱਧਰ ਵਗ ਗਿਆ ਸੀ ਬਸ ਜਾਣਾ ਕਿੱਥੇ ਸੀ ਜਾਂ ਵਿਆਹ ਕਰਵਾ ਲਿਆ ਦੱਸਿਆ ਹੈ ਨਹੀਂ ਵੀ ਲੱਡੂ ਨਾ ਖਵਾਉਣੇ ਪੈ ਜਾਣ ਹੈ ਹੈ ਵਿਆਹ ਕਰਵਾ ਲਿਆ ਲੱਡੂਆਂ ਥੋੜਾ ਜਿਹਾ ਨਾ ਦੱਸੀ ਨਹੀਂ ਤਾਂ ਉਹ ਤਾਂ ਲੰਡੂ ਪੰਜੂ ਆ ਵਿਆਹ ਸੀ ਲੰਡੂ ਪੰਜੂ ਤਾਂ ਮੈਂ ਖਾਦਾ ਸੀ ਯਾਰ ਉਹਦੀ ਬੇਇੱਜ਼ਤੀ ਕਰੀ ਜਾਂਦੇ ਆ ਕਿ ਮੇਰੀ ਹੈ ਲੰਡੂ ਪੰਜੂ ਤਾਂ ਖਾਦਾ ਸੀ ਐਂ ਕਹਿ ਦੋ ਨਾ ਵੀ ਜਿੰਨੀ ਜਿਹੜਾ ਵਾ ਕਰਿਆ ਸੀਗਾ ਨਹੀਂ ਇਕੱਠ ਕਰਿਆ ਮੇਰੇ ਮੁੱਢੀ ਦੀ ਬੇਇੱਜ਼ਤੀ ਰੱਖ ਦਾਂਗੇ ਕਿਹਨਾਂ ਦਾ ਚੌੜ ਕਰੀ ਜਾਂਦੇ ਇਹਦੇ ਨਾਲ
ਰਿਸ਼ਤੇਦਾਰੀ ਹੋ ਗਈ ਵਧੀਆ ਗੀ ਚਲ ਕੁਛ ਤੇਰੇ ਵਧਾਈਆਂ ਭਾਈ ਮੈਨੂੰ ਤਾਂ ਕਾਦੀਆਂ ਵਧਾਈਆਂ ਹੋਰ ਡਾਵਲ ਹੋ ਗਈ ਕਦੋਂ ਫਿਰ ਪਤਾ ਤਾਂ ਲੱਗ ਹੀ ਜਾਂਦਾ ਹਾਂ ਛੋਟੀ ਜੀ ਉਮਰ ਦੀ ਆ ਚੱਲ ਫਿਰ ਮੈਂ ਫੇਰ ਮਾਰੂੰਗਾ ਜਿਹੜਾ ਮੈਂ ਤਾਂ ਕੰਮ ਆਇਆ ਸੀ ਖਾਣ ਪੀਣ ਨੂੰ ਤਾਂ ਦੱਸ ਕੀ ਮੈਨੂੰ ਲੱਡੂ ਨੀ ਪਾਏ ਕਹਿੰਦੇ ਜਾਣ ਨੂੰ ਤੇਰੀਆਂ ਲੱਡੂਆਂ ਦਾ ਥੋੜਾ ਸ਼ਾਮ ਸ਼ੋਮ ਨੂੰ ਕਰਾਂਗੇ ਪਾਰਟੀ ਤਾਂ ਆਪਣੀ ਤੈਨੂੰ ਪਤੀ ਹੈ ਮੈਂ ਤਾਂ ਹੁਣ ਹੀ ਕਰਦਾ ਪਾਰਟੀ ਦੇ ਕਿਹੜਾ ਵੇਲਾ ਗਾ ਹੁਣ ਤਾਂ ਲੜੂਗੀ ਇਹ ਲੜਦੀ ਲੁੜਦੀ ਐ ਨੀ ਲੜਦੀ ਕਿਉਂ ਆਏਗਾ ਇਹਨੂੰ ਨਹੀਂ ਕੁਛ ਕਹਿੰਦੀ ਅੱਛਾ ਐ ਤਾਂ ਨਰਮਾ ਚੱਲ ਵਧੀਆ ਫੇਰ ਤਾਂ ਮੈਂ ਹੀ ਨੀ ਕੁਛ ਕਹਿੰਦੀ ਚੱਲ ਚੰਗਾ ਹੈਂ ਮੈਂ ਜਾਮਾ ਫਿਰ ਨਾ ਨਾ ਜਾਣਾ ਨਹੀਂ ਹੈਗਾ ਕਿਉਂ ਮੈਨੂੰ ਤਾਂ ਬਾਹਰ ਵੱਡਾ ਕੰਮ ਆ ਤੇ ਤਈ ਮੇਰੇ ਤਾਂ ਕੀ ਕੰਮ ਪੈ ਗਿਆ ਮੈਂ ਤਾਂ ਰੱਖੂ ਆਣ ਹੁਣ ਨਹੀਂ ਜਾਣ ਜੂਣ ਦਿੰਦਾ ਮੈਂ ਕੀ ਗਿਆ ਦੱਸਤਾ ਦੇ ਉਹ ਤਾਂ ਵੀ 100 ਗੱਲਾਂ ਬਾਤਾਂ ਕਰਾਂਗੇ ਅੱਛਾ ਹੋਰਣ ਚੱਲ ਚੰਗਾ ਫਿਰ ਹੌਲੀ ਹੌਲੀ ਅੱਜ ਬੜੀ ਦਰਦੀ ਆ ਮੰਮੀ ਤੇ ਖੁਸ਼ ਵੀ ਲੱਗ ਰਹੀ ਹੈ ਕੀ ਗੱਲ ਖੁਸ਼ ਤਾਂ ਮੈਂ ਅੱਜ ਵੈਸੀ ਹੈਗੀ ਬਸ ਕੋਈ ਤਾਂ ਗੱਲ ਹੋਊਗੀ ਨਾ ਨਾ ਕੋਈ ਗੱਲ ਨਹੀਂ ਬਸ ਘਰੋਂ ਪਲੇਸ ਜਾਂ ਮੁੱਕ ਗਿਆ ਵਧੀਆ ਪਾਲੇ ਨੇ ਵੀ ਆਪਣੀ ਹਾਂ ਆਪਦੀ ਗਲਤੀ ਮੰਨ ਲਈ ਕਹਿੰਦਾ ਮੇਰੀ ਗਲਤੀ ਹੈ ਇੱਦਾਂ ਮੁੜ ਕੇ ਨੀ ਕਹਿੰਦਾ ਮੈਂ ਕਹਿੰਦਾ ਹੈ ਕੁਛ ਵੀ ਮਾਫੀ ਮੰਗ ਰਹੀ ਹਾਂ ਨਾ ਮੈਂ ਕਹਿੰਦਾ ਕਿਸੇ ਕੋਲੇ ਗੱਲ ਕਰਾਂ ਮੈਂ ਠੀਕ ਹੈ ਚਲ ਵਧੀਆ ਰੌਲਾ ਤਾਂ ਨਿਕਲ ਗਿਆ ਤਾਂ ਖੁਸ਼ ਸੀਗੀ ਐਵੇਂ ਮਾਸਟ ਗੱਲਾਂ ਪਾਲੇ ਬੈਠਾ ਐਵੇਂ ਬਹਿਮ ਹੈ ਬਹਿਮ ਦੀ ਬਿਮਾਰੀ ਦਾ ਕੋਈ ਇਲਾਜ ਨਹੀਂ ਹੁੰਦਾ ਹੈਗਾ ਤੈਨੂੰ ਵੀ ਪਤਾ ਹੀ ਹੈ ਦੇਖ ਆਏ ਰਹਿ ਗਿਆ ਮੰਮੀ ਵਧੀਆ ਲੱਗ ਮੇਰੇ ਪਾ ਰੱਖ ਕੇ ਪਾਣ ਛਣ ਕੇ ਤੇਰੇ ਮਾਮੇ ਦੇ ਦੇਖ ਹੀ ਦਿੱਤੀ ਕਰਤੂਤ ਤੂੰ ਆਏ ਨੀ ਪਤਾ ਕੀ ਰੋਜ਼ਾਮ ਲਾਊਗਾ ਮੇਰੇ ਤੇ ਫਿਰ ਉਹਦਾ ਤਾਂ ਚੱਲੀ ਆ ਯਾਰ ਹੁਣ ਫਿਰ ਕਿਸੇ ਪਿੱਛੇ ਆਪਾਂ ਜ਼ਿੰਦਗੀ ਜਿਉਣੀ ਤਾਂ ਨਹੀਂ ਛੱਡ ਸਕਦੇ ਬਸ ਕੀ ਕਰਾਂ ਕਦੇ ਕਦੇ ਸੋਚਦੀ ਆ ਜੇ ਫਿਰ ਜੀ ਵੀ ਕਰਦਾ ਵੀ ਜਿਉਂ ਨਾ ਕਦੇ ਕਦੇ ਇੰਜ ਕਰਦਾ ਕੱਟ ਹੀ ਲੈਂਦੀ ਕਿ ਜਿਉਣ ਦਾ ਤਾਂ ਕੀ ਫਾਇਦਾ ਜ਼ਿੰਦਗੀ ਕੱਟਣੀ ਨਹੀਂ ਚਾਹੀਦੀ ਜਿਉਣੀ ਚਾਹੀਦੀ ਭਾਵੇਂ ਕਿਹੜੇ ਮਰਜ਼ੀ ਹਾਲਾਤ ਚ ਹੋਈ ਜੇ ਅੱਜ ਦਾ ਜੀ ਕਰਦਾ ਕਿ ਜ਼ਿੰਦਗੀ ਜਿਉਂ ਆ ਹੈਗਾ ਕੋਈ ਜ਼ਿੰਦਗੀ ਮੇਰੇ ਬਸ ਹਾਂਜੀ ਅਸਲੀ ਜ਼ਿੰਦਗੀ ਜੀ ਲੈਂਗੀ ਉਹ ਆਪਦਾ ਤਾਂ ਟੁੱਟੀ ਭੱਜੀ ਜੀ ਜਾਂਦਾ ਚਾਹੇ ਜਾਂ ਮਾਮਾ ਜੀ ਜਾਂਦੀ ਆ ਤੇ ਹੋਰ ਹੋ ਜੀ ਕਿਹੜੀ ਹੋ ਰਹੀ ਚਲ ਵਧੀਆ ਹੈਗਾ ਇੱਕ ਤਾਂ ਗਰਮੀ ਬਹੁਤ ਜ਼ਿਆਦਾ ਹੋ ਰਹੀ ਹੈ ਆਏ ਬੈਠੋ ਕੌਣ ਹੈ
ਇਹ ਤਾਂ ਸਾਡਾ ਭਾਣਜਾ ਗਾ ਵੇ, ਇਹ ਤਾਂ ਪਾਲੇ ਦੀ ਭੂਆ ਦਾ ਮੁੰਡਾ। ਠੀਕ ਹੈ ਵਧੀਆ। ਨਾ ਨਾ ਪਾਲੇ ਦੇ ਜਿਹੜੀ ਭੂਆ ਗੀ ਸਮਝੋ ਉਹਦਾ ਮੁੰਡਾ ਗਾ। ਤੇ ਚਲ ਕਿਪੂ ਤੂੰ ਦੋ ਮਿੰਟ ਬਾਹਰ ਵੇ ਜਾ। ਹੈ ਹਾਂ ਮੈਂ ਤਾਂ ਬਾਹਰ ਜਾਂਦੀ ਸੀ ਬੈਚ। ਬਹੁਤ ਠੀਕ ਆ ਕਰ। ਠੀਕ ਹੈ ਵਧੀਆ ਵਧੀਆ ਵਧੀਆ। ਉਧਰੋਂ ਉਹ ਛੱਡ ਲਈ ਕੂਲਰ, ਛੱਡ ਲਈ ਦੂਜੇ ਕਮਰੇ ਦੇ। ਚੰਗਾ ਹੋਰ ਸੁਣਾਓ। ਵਧੀਆ। ਕਿੱਧਰ ਜਾਏ? ਨਾ ਮੈਂ ਤਾਂ ਜਾਇਆ, ਮੈਂ ਵੀ ਅੱਖਾਂ ਮੈਂ ਇੰਨੀ ਖੁਸ਼ ਕਿਉਂ ਆ ਗਏ ਜੇ ਨਾਲ। ਅੱਛਾ ਇਹ ਕਾਰਨ ਇੱਥੇ ਰਹਿੰਦਾ ਸੀ? ਹਾਂ ਇੱਥੇ ਰਹਿੰਦਾ ਹੈਗਾ। ਬੜਾ ਜੁੜ ਕੇ ਬੈਠੀ ਸੀਗੀ ਨਾਲ? ਨਾ ਬੈਸੀ ਬੈਠੀ ਸੀਗੀ, ਇਹ ਤਾਂ ਹੁਣੀ ਆਇਆ ਗਾ ਤਿੰਨ ਚਾਰ ਦਿਨਾਂ ਦਾ। ਇੱਥੇ ਰਹਿੰਦਾ, ਪਹਿਲਾਂ ਤਾਂ ਇਹ ਨਹੀਂ ਸੀ। ਇਹ ਸਾਡਾ ਭਾਣਜਾ ਗਾ। ਅੱਛਾ ਕਿਉਂ? ਵਧੀਆ ਗੱਲ ਹੈ। ਬੜਾ ਕਹਿੰਦੇ ਜੁੜ ਕੇ ਬੈਠੀ ਸੀ। ਮੈਂ ਤਾਂ ਫਿਰ ਉਹਨੂੰ ਪੁੱਛਿਆ, ਹੁਣ ਮੈਨੂੰ ਕੀ ਪਤਾ ਕੌਣ ਆ ਕਿਵੇਂ ਕੁਛ ਹੈਗਾ। ਅੱਛਾ ਇਹ ਤਾਂ ਇੱਥੇ ਰਹਿੰਦਾ ਗਾ, ਇੱਥੇ ਦੀ ਜੋਬ ਲੱਗੀ ਸੀਗੀ ਨੇੜੇ। ਤੇ ਫਿਰ ਇਹ ਕਹਿੰਦਾ ਪਾਲਾ, ਕਹਿੰਦਾ ਵੀ ਜ਼ਰੂਰੀ ਕਿਰਾਏ ਤੇ ਰੂਮ ਲੈਣਾ ਗਾ। ਕਹਿੰਦਾ ਆਪਣੇ ਤਾਂ ਕਈ ਕਮਰੇ ਨੇ, ਕਹਿੰਦਾ ਸਾਡਾ ਦੋਤਾ ਵਾ ਇੱਥੇ ਰਹਿਪੂਗਾ। ਮੈਂ ਤਾਂ ਮੈਨੂੰ ਤਾਂ ਕੀ ਦਿੱਕਤ ਆਉਣੀ ਹੈ। ਮੈਂ ਵੀ ਰਹਿਪਣਾ ਫਿਰ। ਹਾਂ ਤੂੰ ਰਹਿਪਾ, ਮੈਂ ਤਾਂ ਤਿਆਰ ਰੱਖਣ ਨੂੰ। ਅੱਛਾ ਰਹਿਣ ਵਾਲਾ ਬਣ ਜਮਾਣੀ ਯਾਦ ਨੂੰ ਦਿੱਤਾ। ਯਾਦ ਕੀ ਕਰਨ, ਦੇਖ ਹੀ ਲੱਤਾ ਹੁਣ ਘਰ ਪਰਿਵਾਰ ਚ ਕਿੱਦਾਂ ਫਸੀ ਹੈ। ਫਸਣ ਨੂੰ ਤਾਂ ਕੀ ਹੋਇਆ ਯਾਰ, ਰਹਿ ਕੇ ਤਾਂ ਦੇਖ ਤੈਨੂੰ ਫਿਰ ਪਤਾ ਲੱਗੂ ਵੀ ਫਸੀ ਆ ਕਿ ਕੀ ਹੋਇਆ ਗਾ। ਰਹਿਣ ਬਦਲ ਗਈ ਹੈ? ਕੀ ਬਦਲ ਗਈ? ਨਹੀਂ ਬਦਲੀ ਮੈਂ, ਮੈਂ ਤਾਂ ਉਹੀ ਹੈ। ਅੱਛਾ ਬਸ ਇੰਨਾ ਕਾ ਫਰਕ ਵੀ ਤੂੰ ਵਿਆਹ ਨਹੀਂ ਕਰਵਾਇਆ, ਮੈਂ ਵਿਆਹ ਕਰਵਾ ਲਿਆ। ਮੈਂ ਵਿਆਹ ਨਹੀਂ ਨਾ ਕਰਵਾਉਂਦੀ ਸੀ ਤੂੰ, ਫਿਰ ਹੋਰ ਕੀ ਕਰਦੀ ਮੈਂ? ਦੱਸ ਵੀ ਦੇ, ਮੈਂ ਤੈਨੂੰ ਪਹਿਲਾਂ ਵੀ ਦੱਸ ਕੇ ਹਟੀ ਹਾਂ। ਇੰਤਜ਼ਾਰ ਇੰਤਜ਼ਾਰ ਜੇ ਵਾਅਦਾ ਕਰਕੇ ਜਾਂਦਾ ਵੀ ਮੈਂ ਵਾਪਸ ਆਊਂਗਾ, ਫਿਰ ਇੰਤਜ਼ਾਰ ਕਰਿਆ ਜਾਂਦਾ। ਜਦੋਂ ਕੁਛ ਦੱਸਣਾ ਨੀ, ਪੁੱਛਿਆ ਨੀ, ਆਹੀ ਪਤਾ ਲੱਗਾ ਵੀ ਚਲਿਆ ਗਿਆ, ਫਿਰ ਇੰਤਜ਼ਾਰ ਕਾਹਦਾ ਸੀ। ਚੱਲ ਕੋਈ ਗੱਲ ਨੀ, ਫਿਰ ਫਿਰ ਤਾਂ ਆਪਦੇ ਮਾਂ ਪਿਓ ਦੀ ਮਰਜ਼ੀ ਨਾਲ ਹੀ ਤੁਰਨਾ ਸੀ। ਕੋਈ ਨੀ, ਫਿਰ ਹੁਣ ਤੂੰ ਖੁਸ਼ ਹੈਗੀ ਆਪਦੀ ਜ਼ਿੰਦਗੀ ਚ, ਅੱਗੇ ਵੱਧ ਵਧੀਆ ਚੱਲ, ਜੋ ਹੋਇਆ ਸੋ ਹੋਇਆ। ਵਿਆਹ ਤਾਂ ਹੋ ਗਿਆ ਪਰ ਅੱਗੇ ਨੀ ਨਾ ਵੱਧ ਸਕਦੀ। ਕਿਉਂ? ਬਸ ਜ਼ਿੰਦਗੀ ਕੱਟ ਰਹੀ ਹੈ। ਕਿਉਂ? ਨਾ ਕਿ ਜਿਉਂ ਰਹੀ ਹੈ। ਕਿਉਂ, ਕੀ ਹੋਇਆ ਹੈ ਯਾਰ? ਦੇਖੀ ਜਾਂਦਾ ਗਾ, ਤੇਰਾ ਤਾਂ ਭਰਾ ਹੀ ਹੈ, ਤੈਨੂੰ ਤਾਂ ਪਤਾ ਲੱਗ ਹੀ ਗਿਆ ਹੋਣਾ। ਵਧੀਆ ਬੋਲਦੇ ਹੋ, ਹੱਸਦੇ ਖੇਡਦੇ ਹੋ, ਐਸ਼ ਕਰਦੀ ਹੈ। ਕੋਈ ਐਸ਼ ਨਹੀਂ ਕਰਦੀ ਹੈਗੀ। ਆ ਹੁਣ ਦੋ ਤਿੰਨ ਦਿਨਾਂ ਦੀ ਜ਼ਰੂਰ ਮੈਂ ਐਵੇਂ ਵੀ ਵਧੀਆ ਚੱਲ ਕੰਮ ਧੰਦਾ ਕਰਕੇ ਦਿਨੇ ਖੁਸ਼ ਰਹਿ ਲੈਂਦੀ ਹਾਂ। ਚੱਲ ਆਇਆ ਹੋਇਆ ਸਾਡਾ ਦੋਤਾ, ਇਹਦੇ ਨਾਲ ਗੱਲਾਂ ਬਾਤਾਂ ਕਰ ਲੈਣੀ, ਦਿਨ ਲੰਘ ਜਾਂਦਾ ਗਾ। ਵਧੀਆ ਦਿਨ ਲੰਘਾਉਂਦਾ ਫਿਰ, ਫਿਰ ਹੋਰ ਕੀ ਕਰਾਂ, ਦਿਨ ਤਾਂ ਲੰਘਦੇ ਹੀ ਆ, ਰਾਤਾਂ ਤਾਂ ਜਿਵੇਂ ਨਿਕਲਦੀਆਂ ਨਿਕਲਦੀਆਂ ਹੀ, ਪਤਾ ਹੀ ਹੈ। ਇੱਕ ਗੱਲ ਦੱਸ, ਚੱਲ ਮੈਨੂੰ ਅੱਜ ਵੀ ਪਿਆਰ ਕਰਦੀ ਹੈ ਕਿ ਭੁੱਲ ਗਈ? ਤੇਰਾ ਪਿਆਰ ਭੁਲਾਉਣ ਵਾਲਾ ਹੈਗਾ ਸੀ? ਕਿਉਂ, ਤੈਨੂੰ ਲੱਗਦਾ ਵੀ ਮੈਂ ਭੁੱਲ ਸਕਦੀ ਹਾਂ? ਮੈਨੂੰ ਤਾਂ ਹੁਣ ਕੀ ਪਤਾ ਹੈਗਾ, ਪਿਆਰ ਤਾਂ ਮੈਂ ਅੱਜ ਵੀ ਉਨੀ ਕਰਦੀ ਹਾਂ ਤੈਨੂੰ ਜਿੰਨਾ ਮੈਂ ਪਹਿਲਾਂ ਕਰਦੀ ਸੀ। ਪਰ ਇੱਥੇ ਮੈਂ ਮਾਂ ਪਿਓ ਮਜਬੂਰ ਸੀ, ਜਦੋਂ ਮੈਂ ਵਿਆਹ ਕਰਵਾ ਲਿਆ, ਵਿਆਹ ਕਰਾ ਕੇ ਵੀ ਮੈਂ ਅੱਗੇ ਵੱਧ ਨਹੀਂ ਸਕੀ ਜ਼ਿੰਦਗੀ ਚ, ਉੱਥੇ ਦੀ ਉੱਥੇ ਖੜੀ ਹੈ। ਵਿਆਹੀ ਜ਼ਰੂਰ ਗਈ ਪਰ ਹਜੇ ਵੀ ਕੁਮਾਰੀ ਨਹੀਂ ਹੈ। ਸੋਚਣਾ ਕੀ ਮਤਲਬ ਕੁਮਾਰੀ ਦਾ? ਘਰ ਵਾਲਾ ਨਾਲ ਪੈਂਦਾ ਨਾਲ ਉੱਠਦਾ,
ਪਰ ਕਿਸੇ ਨੂੰ ਇਹ ਨਹੀਂ ਪਤਾ ਹੈਗਾ ਵੀ ਇਹ ਘਰ ਵਾਲੇ ਨਾਲ ਪਈ ਆ ਜਾਂ ਬਗਾਨੇ ਨਾਲ ਪਈ ਆ। ਜਿਵੇਂ ਪੈ ਜਾਂਦੇ ਆ ਉਵੇਂ ਹੀ ਜੇ ਨਹੀਂ ਪਈ ਇੱਥੇ ਖਾਨੇ 'ਚ ਪਈ ਨਹੀਂ ਵੀ ਕਈ ਕੀ ਜਾਂਦੀਆਂ ਕਈ ਕੀ ਜਾਂਦੀਆਂ ਭੇਜੇ 'ਚ ਤੇਰੇ ਪੈਂਦੀ ਨਹੀਂ ਪਏ ਜੂਗੀ। ਇਹਦੇ 'ਚ ਕਣ ਕੰਡਾ ਕੁਛ ਨਹੀਂ ਹੈਗਾ ਮਰਦ ਵਾਲੀ ਤਾਂ ਗੱਲ ਹੀ ਨਹੀਂ ਇਹਦੇ 'ਚ। ਫਿਰ ਤੂੰ ਘਰੇ ਦੱਸਣਾ ਸੀਗਾ ਕਿਹਨੂੰ ਦੱਸਾਂ ਘਰੇ ਸੁਣਨ ਵਾਲਾ ਹੈਗਾ ਮੇਰੇ ਕੋਈ ਕਿਉਂਕਿ ਉਹਨਾਂ ਨੇ ਤੇ ਇਹੀ ਕਹਿ ਦੇਣਾ ਸੀ ਵੀ ਇਹ ਜਾਣ ਬੁੱਝ ਕੇ ਕਹਿ ਰਹੀ ਆ ਵੀ ਉਹਦੇ ਨਾਲ ਵਿਆਹ ਕਰਵਾਉਣ ਨੂੰ। ਜਦੋਂ ਮੈਂ ਪਹਿਲਾਂ ਵਿਆਹ ਨੂੰ ਜਵਾਬ ਦਿੱਤਾ ਸੀ ਜ਼ਬਰਦਸਤੀ ਮੇਰਾ ਵਿਆਹ ਕਰਿਆ ਜਿਵੇਂ ਹੁਣ ਇਹ ਗੱਲ ਕਹੂੰਗੀ ਕਹਿਣਗੇ ਤੂੰ ਢੰਗ ਕਰਦੀ ਹੈਗੀ ਇਲਜ਼ਾਮ ਲਾ ਰਹੀ ਆ ਉਹਦੇ ਤੇ ਐਂ ਕਹਿ ਦਿੰਦੇ ਮੈਨੂੰ ਚੁੱਪ ਕਰਕੇ ਜ਼ਿੰਦਗੀ ਕੱਟੀ ਜਾਂਦੀ ਆ ਮੈਂ। ਹੁਣ ਫਿਰ ਬਸ ਜਿੱਧਰ ਕਿਸਮਤ ਲੈ ਜੂ ਕਿਸਮਤ ਤਾਂ ਹੁਣ ਤੇਰੇ ਹੱਥ ਚ ਹੁਣ ਤਾਂ ਲੱਗਦਾ ਮੇਰੇ ਹੱਥ ਚ ਹੈਗੀ ਆ ਜੀ। ਭੱਜ ਕੇ ਤਾਂ ਕੋਈ ਹੱਲ ਨਹੀਂ ਹੈਗਾ। ਉਦੋਂ ਵੀ ਤਾਂ ਇਹੀ ਜਵਾਬ ਦਿੱਤਾ ਸੀਗਾ ਅੱਜ ਵੀ ਉਹੀ ਜਵਾਬ ਕਰਕੇ ਤੇ ਜ਼ਿੰਦਗੀ ਦੇਖਦਾ ਤੇਰੀ ਅੱਜ ਵੀ ਔਖੀ ਆ ਕੱਲ ਵੀ ਔਖੀ ਸੀ ਅੱਗੇ ਵੀ ਔਖੀ ਹੋਊਗੀ ਤੇਰੀ ਸਿਰਫ ਇਹ ਚੀਜ਼ ਕਰਕੇ। ਜਦੋਂ ਮਾਂ ਪਿਓ ਗਲਤ ਆ ਸਮਝਦਾ ਨੀ ਕੋਈ ਮੰਨਦਾ ਨੀ ਤੇਰੇ ਮਨ ਦੀ ਨੀ ਕਰਦਾ ਹੈਗਾ। ਮੈਂ ਮਾਂ ਦੀ ਚੁੰਨੀ ਕਿਵੇਂ ਸਿਰ ਤੋਂ ਰੋਲਦਾ ਔਖੀ ਹੋਈ ਇੰਨੀ ਤੇਰੀ ਮਾਂ ਪਿਓ ਨਾ ਇੱਥੇ ਵੀ ਖੜੇ ਨਾ ਵੀ ਮੇਰੀ ਧੀ ਔਖੀ ਹੈਗੀ ਤੇਰੀ ਔਖਤਾ ਦੇਖੇ ਕੱਲਾ ਪੈਸਾ ਜਾਂ ਉਹ ਸਭ ਕੁਛ ਤਾਂ ਨੀ ਹੁੰਦਾ ਸਕੂਨ ਨਾਮ ਖੁਸ਼ੀ ਕੋਈ ਦੁੱਖ ਕੋਈ ਸੁੱਖ ਨਾਮ ਦੀ ਵੀ ਚੀਜ਼ ਹੁੰਦੀ ਆ ਕੀ ਕਰੇਂਗੀ ਇਹੋ ਜਿਹੀਆਂ ਚੁੰਨੀਆਂ ਨੂੰ ਉਹਨਾਂ ਨੂੰ ਵੀ ਚਾਹੀਦਾ ਹੈਗਾ। ਭੱਜ ਤਾਂ ਮੈਂ ਕੱਲ ਵੀ ਜਾਂਦੀ ਭੱਜ ਮੈਂ ਅੱਜ ਵੀ ਸਕਦੀ ਹਾਂ ਰੋਕ ਤਾਂ ਮੈਨੂੰ ਕੋਈ ਸਕਦਾ ਨਹੀਂ ਪਰ ਮੈਂ ਉਹਨਾਂ ਬਾਰੇ ਸੋਚਦੀ ਹਾਂ ਵੀ ਉਹਨਾਂ ਦਾ ਤਾਂ ਮੁੜ ਕੇ ਜ਼ਿੰਦਗੀ ਤੇ ਜਿਉਣ ਹੀ ਨਹੀਂ ਹੈਗਾ ਵੀ ਦੁਨੀਆਂ 'ਚ ਜਿਉਣਾ ਕਿਵੇਂ ਜੀਵੇਂਗੀ ਉਮਰ ਹੀ ਕੁਛ ਨਹੀਂ ਹੈਗੀ ਕਿਵੇਂ ਕੱਟੇਂਗੀ ਦੱਸ ਸਿਰ ਬਦਨਾਮੀ ਦੇ ਦਾਗ ਲੱਗਣਗੇ ਜੇ ਕਿਤੇ ਹੋਰ ਜਾਵੇਂਗੀ। ਜਾਣ ਜੋਗਰੀ ਵੀ ਨਹੀਂ ਫੇਰ ਜਾਂਦੀ ਨਹੀਂ ਮੈਂ ਇਹ ਚਾਹੁੰਦੀ ਨਹੀਂ ਹੈਗੀ ਝੂਠ ਨਾ ਬੋਲੀ ਪਿਆਰ ਦੀ ਸਮਝ ਲੱਗੀ ਤੈਨੂੰ ਇਹ ਪਸੰਦ ਹੈ ਨਾ ਜਿਹੜਾ ਭਾਣਜਾ ਸਹੀ ਸਹੀ ਦੱਸੀ ਤੇਰੇ ਆਉਣ ਤੋਂ ਪਹਿਲਾਂ ਤੱਕ ਤਾਂ ਪਸੰਦ ਸੀ ਗੱਲਬਾਤ ਵੀ ਫਿਰ ਤਾਂ ਕੀਤੀ ਹੋਈ ਕੋਈ ਨਾ ਕੋਈ ਗੱਲ ਨਹੀਂ ਕੀਤੀ ਹਜੇ ਤੱਕ ਇਹ ਕਿਵੇਂ ਹੋ ਸਕਦਾ ਹੈ ਤੇ ਤੈਨੂੰ ਚੀਜ਼ ਹੈ ਤੂੰ ਅੱਛਾ ਆਪਦੀ ਲੋੜ ਨਾ ਪੂਰੀ ਕਰੇ ਮੈਂ ਹਜੇ ਤੱਕ ਇਹ ਸੋਚਿਆ ਹੀ ਨਹੀਂ ਹੈਗਾ ਹੁਣ ਸੋਚ ਲਾ ਨਾ ਕਿਉਂ ਜਦੋਂ ਹੁਣ ਤੂੰ ਹੈਗਾ ਤੇ ਮੈਂ ਆਪਣੇ ਬਾਰੇ ਕਿਹਾ ਹੈਗਾ ਹੋਰ ਕਿਹਦੇ ਬਾਰੇ ਕਿਹਾ ਹੈਗਾ ਮੈਂ ਕਿਤੇ ਉਹਦੇ ਬਾਰੇ ਕਹੀ ਆ ਆਪਣੇ ਬਾਰੇ ਤਾਂ ਸੋਚਿਆ ਹੀ ਹੋਇਆ ਕੀ ਸੋਚਿਆ ਪਹਿਲਾਂ ਵੀ ਸੋਚਿਆ ਹੋਇਆ ਸੀ ਹੁਣ ਵੀ ਸੋਚਿਆ ਹੀ ਹੈ ਕਦੇ ਸੋਚੇ ਨਾਲ ਤਾਂ ਕੁਛ ਨਹੀਂ ਬਣਦਾ ਤੂੰ ਮੰਨ ਜਾ ਫਿਰ ਭੱਜ ਕੇ ਪੈ ਖੰਡ ਕੋਈ ਹੱਲ ਹੀ ਨਹੀਂ ਹੈਗਾ ਸਾਰੇ ਹੱਲ ਤੈਨੂੰ ਨਾਲੇ ਮੇਰੇ ਪਿਛੋਕੇ ਦਾ ਤਾਂ ਪਤਾ ਹੀ ਆ ਗਰੀਬ ਜ਼ਰੂਰ ਆ ਮਾਰ ਪਰ ਮਾਰੇ ਬਿਨਾਂ ਤਾਂ ਛੱਡਦੇ ਨਹੀਂ ਕੋਈ ਨਹੀਂ ਹੱਥ ਲਾ ਸਕਦਾ ਵਹਿਮ ਆ ਤੇਰਾ ਤੇਰਾ ਵੀ ਇਹ ਵਹਿਮ ਹੀ ਜਿਹੜੀ ਇੱਜ਼ਤ ਨੂੰ ਦਾਗ ਲੱਗੂ ਉਹਨਾਂ ਦੇ ਉਹਦਾ ਲੱਗੂਗੀ ਉਹ ਤਾਂ ਅੱਜ ਵੀ ਲੱਗੂ ਕੱਲ ਵੀ ਲੱਗੂ ਫਿਰ ਸਾਰੀ ਉਮਰ ਖਾਈ ਜਾ ਤੱਕ ਜੇ ਹੁਣ ਕਿਸੇ ਨਾਲ ਗੱਲ ਕਰਨੀ ਫੜੀਗੀ ਫਿਰ ਇਹ ਤੈਨੂੰ ਬਖਸ਼ੂਗਾ ਐਂ ਤਾਂ ਤੂੰ ਸਾਰੀ ਜ਼ਿੰਦਗੀ ਕੱਟ ਨਹੀਂ ਸਕਦਾ ਤਾਂ ਸਾਲ ਦੋ ਸਾਲ ਤਿੰਨ ਸਾਲ ਕੱਟ ਲੈਂਦੀ ਕੱਲ ਨੂੰ ਜਵਾਕਾਂ ਦੀ ਲੋੜ ਆ ਕਿੰਨਾ ਚਿਰ ਸਬਰ ਕਰੀ ਜਾਏਗੀ
ਦੱਸ ਸਬਰ ਤਾਂ ਹੁਣ ਹੁੰਦਾ ਨਹੀਂ ਫੇਰ ਸਬਰ ਤਾਂ ਹੁਣ ਮੁੱਕਿਆ ਸੌਖੀ ਰਹੀ ਇੱਕ ਮਿੰਟ ਤੂੰ ਚੇ ਨਹੀਂ ਚੱਲ ਮੁੜ ਕੇ ਦੱਸਦੀ ਹੈ ਠੀਕ ਹੈ ਚੱਲ ਹੁਣ ਫੋਨ ਚੁਲਝ ਗਿਆ ਫੋਨ ਚੁਲਝ ਗਿਆ ਤੂੰ ਮੈਨੂੰ ਦੱਸਤਾ ਦੇ ਫਿਰ ਮੈਂ ਤਾਂ ਕੋਈ ਹੱਲ ਨਹੀਂ ਹੈਗਾ ਮੈਂ ਤਾਂ ਕਹਿੰਦਾ ਭੱਜ ਚੱਲਦੇ ਹਾਂ ਵਧੀਆ ਰਹਾਂਗੇ ਚੱਲ ਕੋਈ ਨਹੀਂ ਸੋਚ ਕੇ ਦੱਸਦੀ ਹਾਂ ਫਿਰ ਸੋਚਣਾ ਕੀ ਹੈ ਯਾਰ ਲੈ ਹੁਣ ਟਾਈਮ ਤਾਂ ਦੇ ਯਾਰ ਸੋਚਣ ਦਾ ਐਂ ਤਾਂ ਨਹੀਂ ਹੈਗਾ ਤੂੰ ਤਾਂ ਉਦੋਂ ਵੀ ਆਈ ਕਾਲੀ ਕਰਦਾ ਸੀਗਾ ਇੱਕੇ ਦਿਨ 'ਚ ਹੁਣੀ ਦੱਸ ਹੁਣੀ ਦੱਸ ਐਂ ਥੋੜ੍ਹੀ ਹੁੰਦਾ ਚੱਲ ਫਿਰ ਸੋਚ ਲਈ ਫਿਰ ਕਿੱਥੇ ਪਾਵਾਂ ਮੈਂ ਉਰੀ ਆ ਰੂਮ 'ਚ ਪੈ ਜੀ ਮੈਂ ਦੂਜੇ ਰੂਮ 'ਚ ਪੈ ਜੂੰ ਕੋਈ ਗੱਲ ਨਹੀਂ ਦੂਜੇ 'ਚ ਪੈਂਗੀ ਤੇ ਪੈਣਾ ਤਾਂ ਮੈਨੂੰ ਘਰ ਵਾਲੇ ਕੋਲ ਹੀ ਪਊਗਾ ਨਾ ਚੱਲ ਕੋਈ ਤੂੰ ਕਿਹੜਾ ਨਿਆਣਾ ਗਾ ਚੰਗਾ ਫਿਰ ਠੀਕ ਹੈ ਚੱਲ ਚੱਲ ਤੂੰ ਕਰ ਲੈ ਰੈਸਟ ਇੱਥੇ ਮੈਂ ਰੋਟੀ ਰੋਟੀ ਬਣਾ ਲਾ ਯਾਰ ਬਾਬੇ ਚੱਕਰ ਕੀ ਪੈ ਗਿਆ ਭਾਣਜੇ ਨਾਲ ਪਸੰਦ ਕਰਦੀ ਹੈ ਕਦੇ ਉਹਦੇ ਨਾਲ ਤਾਂ ਨਹੀਂ ਗੱਲਬਾਤ ਹੈਗੀ ਇਹਦੀ ਯਾਰ ਇੰਨਾ ਚਿਰ ਤਾਂ ਉਹ ਨਹੀਂ ਕੱਟ ਸਕਦਾ ਬੰਦਾ ਕਦੇ ਮੇਰੇ ਆਏ ਤੂੰ ਐਂ ਕਹਿ ਦਿਓ ਵੀ ਤੇਰੇ ਨਾਲ ਉਹਦੇ ਨਾਲ ਗੱਲਬਾਤ ਹੋਵੇ ਪਾਲੇ ਨੂੰ ਪੁੱਛੀਏ ਉਹ ਦੱਸੂਗਾ ਕੀ ਰਾਜ ਆ